22 ਬੇਸ ਘਟਾ ਦੇ ਜੀ ਪਤਲੀ ਕਰ ਦੋ ਵਾਲੇ ਤੇ 22 ਵੈਸੇ ਵੀ ਘਟਾ ਦੇ ਹਾਂਜੀ ਠੀਕ ਹੈ ਜੀ ਹੁਣ ਤੇ ਜੇ ਤੁਸੀਂ ਆਪਣੀ ਗਲਤੀ ਦੇ ਵਿੱਚ ਆਪਣਾ ਧਿਆਨ ਸਾਨੂੰ ਦਿੱਤਾ ਹੈਗਾ ਤਾਂ ਤੁਸੀਂ ਬੜੀ ਗੌਰ ਨਾਲ ਪਹਿਲਾਂ ਦੋ ਬੁਲਾਰਿਆਂ ਨੂੰ ਸੁਣਿਆ ਹੈਗਾ ਤੇ ਮੈਂ ਸਭ ਤੋਂ ਪਹਿਲਾਂ ਸਾਰੇ ਕਿਸਾਨਾਂ ਦਾ ਜਿਹੜੇ ਮਿੱਟੀ ਦੇ ਕੀੜੇ ਨੇ ਆਪਾਂ ਵੀ ਕੀੜੀ ਹਾਂ ਕਿਸਾਨ ਵੀ ਇੱਕ ਕੀੜਾ ਆ ਜਿਹੜਾ ਦੁਨੀਆਂ ਨੂੰ ਫੀਡ ਕਰਦਾ ਹੈਗਾ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਨੂੰ ਸਲੂਟ ਕਰਦਾ ਅਤੇ ਮੰਚ 'ਤੇ ਪਹੁੰਚੇ ਹੋਏ ਸਰਦਾਰ ਬਲਜੀਤ ਸਿੰਘ ਜੀ ਬਰਾੜ ਮੋਰਨ ਕਰੋਪ ਕੇਅਰ ਕੈਮੀਕਲ ਤੋਂ ਅਤੇ ਸਰਦਾਰ ਜਤਿੰਦਰ ਸਿੰਘ ਜੀ ਬਰਾੜ ਜਿਹੜੇ ਕਿ ਐਗਰੀਕਲਚਰ ਚੀਫ KVK ਦੀ ਡਿਊਟੀ ਨਿਭਾ ਚੁੱਕੇ ਆ ਉਹ ਵੀ ਕਿਸਾਨਾਂ ਲਈ ਆਪਣਾ ਗੁੜਕਾ ਵਿਖਾਉਣ ਇੱਥੇ ਆਏ ਹੈਗੇ ਆ ਅਤੇ ਬਾਈ ਹਰਦੀਪ ਸਿੰਘ ਜੀ ਮਾਰ ਪੈਲਸੀ ਸਾਈਡ ਤੋਂ ਇੱਥੋਂ ਪਦਮ ਤੋਂ ਜਿੰਨਾ ਵਧੀਆ ਤਰੀਕੇ ਨਾਲ ਤੁਸੀਂ ਸੁਣਨ ਦੀ ਕੋਸ਼ਿਸ਼ ਕਰੋਗੇ ਉਦੋਂ ਤਿੰਨ ਗੁਣਾ ਤਰੀਕੇ ਦੇ ਨਾਲ ਮੈਂ ਤੁਹਾਨੂੰ ਸ਼ਬਦ ਪਰੋਸਾਂਗਾ ਪਰ ਮੈਨੂੰ ਅਫਸੋਸ ਹੈ ਕਿ ਤੁਹਾਡੇ ਹੱਥਾਂ ਦੇ ਵਿੱਚ ਨਾ ਡੈਰੀ ਹੈ ਨਾ ਪੈੱਨ ਹੈ ਫੋਨ ਹੈਗਾ ਤਾਂ ਫੋਨ ਕਰ ਦਿਓ ਰਿਕਾਰਡ ਕਰ ਸਕਦੇ ਰਿਕਾਰਡ ਕਰ ਦਿਓ ਮੈਨੂੰ ਤੁਹਾਡੇ ਮੱਥਿਆਂ ਤੋਂ ਤੁਹਾਡੇ ਅੱਖਾਂ ਤੋਂ ਪਤਾ ਲੱਗ ਜਾਣਾ ਵੀ ਤੁਸੀਂ ਬੋਰ ਹੋਈ ਜਾਂਦੇ ਹੋ ਤਾਂ ਮੈਂ ਟਾਈਮ ਫਿਰ ਮੈਂ 10 ਮਿੰਟ ਹੀ ਲੈਣੇ ਆ ਜੇ ਵਧੀਆ ਤਰੀਕੇ ਨਾਲ ਸੁਣੋਗੇ ਤਾਂ ਮੈਂ 7 ਵਿਸ਼ੇ ਲੈਣੇ ਆ ਠੀਕ ਹੈ ਪਿਛਲੇ 5-7 ਦਿਨਾਂ ਤੋਂ ਗੁਲਾਬੀ ਸੂਟੀ ਦੇ ਮਸਲੇ ਦੇ ਉੱਤੇ ਗੱਲਬਾਤ ਕਰ ਰਹੇ ਹੈਗੇ ਹਾਂ ਅਤੇ ਜਿੰਨਾ ਵਧੀਆ ਤਰੀਕੇ ਦੇ ਨਾਲ ਤੁਸੀਂ ਮੈਨੂੰ ਰਿਸਪੋਂਸ ਦਿਓਗੇ ਤੁਹਾਡੇ ਬਿਨਾਂ ਬੋਲੇ ਮੈਂ ਸਮਝ ਜਾਣਾ ਹੈਗਾ ਅਤੇ ਓਨਾ ਹੀ ਵਧੀਆ ਤਰੀਕੇ ਦੇ ਨਾਲ ਮੈਂ ਸਾਰੀਆਂ ਸਮੱਸਿਆਵਾਂ ਦੇ ਬਾਰੇ ਗੱਲ ਕਰਾਂ ਤੁਸੀਂ ਪਹਿਲਾਂ ਜੋ ਉਹਨਾਂ ਨੇ ਦੱਸਿਆ ਉਹਨਾਂ ਨੂੰ ਸਵਾਲ ਬਹੁਤ ਵਾਰ ਕੀਤੇ ਹੈਗੇ ਆ ਇੱਕ ਬੁਲਾਰੇ ਦੇ ਲਈ ਸਵਾਲ ਬਹੁਤ ਜ਼ਰੂਰੀ ਹੁੰਦਾ ਫਿਰ ਉਹਨੂੰ ਸਮਝ ਆ ਜਾਂਦਾ ਵੀ ਉਹਦਾ ਤੁਹਾਡੇ ਤੱਕ ਚੀਜ਼ ਪਹੁੰਚੀ ਹੈ ਕਿ ਨਹੀਂ ਪਹੁੰਚੀ ਤੁਸੀਂ ਇੱਥੇ ਆਏ ਹੋ ਆਪਣਾ ਪੈਸਾ ਖਰਚ ਕਰਨੀ ਆਏ ਤੁਸੀਂ ਆਪਣਾ ਸਮਾਂ ਖਰਚ ਕਰਨਾ ਜ਼ਿੰਦਗੀ ਵੀ ਸਭ ਤੋਂ ਬੋਲੀ ਚੀਜ਼ ਸਮਾਂ ਅਤੇ ਜੇ ਤੁਸੀਂ ਸਮਾਂ ਸਹੀ ਜਗ੍ਹਾ 'ਤੇ ਖਰਚ ਨਹੀਂ ਕਰਦੇ ਪੈਸਾ ਕਮਾ ਕੇ ਵੀ ਤੁਸੀਂ ਫੇਲ ਹੋ ਜਾਓਗੇ ਅਤੇ ਮੈਂ ਵੀ ਇੱਥੇ ਸਮਾਂ ਖਰਚ ਕਰਨ ਆਇਆ ਅਤੇ ਪਰ ਬਾਈ ਜੀ ਨੇ ਹਰਦੀਪ ਜੀ ਨੇ ਮੈਨੂੰ ਸੂਚਨਾ ਦਿੱਤੀ ਇਸ ਪ੍ਰੋਗਰਾਮ ਦੀ ਕਿ ਅਸੀਂ ਇੱਥੇ ਨਰਮੇ ਦੇ ਫਾਰਮਾਂ ਨੂੰ ਇਕੱਠਾ ਕਰਦੇ ਇੱਕ ਕਲੈਬਰੇਸ਼ਨ ਕਰਦੇ ਹਾਂ ਫਾਰਮਾਂ ਨੂੰ ਡਰ ਲੱਗ ਰਿਹਾ ਨਰਮੇ ਦੀ ਫਸਲ ਦੀਆਂ ਸਮੱਸਿਆਵਾਂ ਤੋਂ ਅਤੇ ਅਸੀਂ ਉਸ ਦੇ ਲਈ ਤੁਹਾਨੂੰ ਬੁਲਾਉਣਾ ਚਾਹੁੰਦੇ ਹਾਂ ਇਹਨਾਂ ਨੂੰ ਮੈਨੂੰ 5-6 ਦਿਨ ਪਹਿਲਾਂ ਦੱਸਿਆ ਅਤੇ ਮੈਂ ਵੀ ਸ਼ਾਇਦ ਕਈ ਵਾਰ ਮੀਟਿੰਗ ਹੁੰਦਾ ਫਾਰਮਾਂ ਦੇ ਕੋਲ ਹੀ ਜਾਂਦੇ ਰਹਿੰਦੇ ਹਾਂ ਉਦੋਂ ਮੈਂ ਫਾਰਮਾਂ ਕਿਸਾਨ ਕੋਈ ਸਾਇੰਟਿਸਟ ਨਹੀਂ ਕੋਈ ਡਾਕਟਰ ਨਹੀਂ ਕੋਈ ਮੈਂ ਐਗਰੀਕਲਚਰ ਐਕਸਪਰਟ ਨਹੀਂ ਹੈਗਾ ਬਾਹਰ ਨਹੀਂ ਹੈਗਾ ਪਰ ਮੈਂ ਜਿੰਨੇ ਕੁ ਸਵਾਲ ਤੁਸੀਂ ਕਰ ਸਕਦੇ ਹੋ ਉਦੋਂ ਦੱਸ ਹੋਣਾ ਬਹੁਤ ਸਵਾਲ ਵੀ ਕਰ ਸਕਦਾ ਜਿੰਨੇ ਕੁ ਤਜਰਬੇ ਕਰਕੇ ਤੁਸੀਂ ਸਾਂਭ ਸਕਦੇ ਹੋ ਉਹ ਤਜਰਬੇ ਇਕੱਠੇ ਕਰਨ ਦੇ ਲਈ ਮੈਂ ਫਾਰਮਾਂ ਦੇ ਖੇਤਾਂ ਵਿੱਚ ਜਾਂਦਾ ਪਿਛਲੇ 7 ਸਾਲ ਤੋਂ 2017 ਨਵੰਬਰ ਤੋਂ ਕੰਮ ਸ਼ੁਰੂ ਕੀਤਾ ਸੀਗਾ ਸੋਸ਼ਲ ਮੀਡੀਆ ਦੇ ਉੱਪਰ ਐਜ ਏ ਕੰਟੈਂਟ ਕ੍ਰੀਏਟਰ ਵੀਡੀਓ ਬਣਾ ਕੇ ਪਾ ਦੇਣੀਆਂ ਛੋਟੀ ਪਾ ਦੀ ਵੀਡੀਓ ਵੱਡੀ ਪਾ ਦੀ ਕਿਤੇ ਆਪਦੇ ਖੇਤ 'ਚ ਕਦੇ ਅਸੀਂ ਕਿਤੇ ਖੇਤ 'ਤੇ ਸਿੱਖਣ ਦਾ ਹੀ ਕੰਮ ਕਰ ਰਹੇ ਸੀ ਸਿੱਖਣ ਦਾ ਕੰਮ ਹੀ ਕਰ ਰਹੇ ਹਾਂ ਅਤੇ ਸਿੱਖਣ ਦਾ ਕੰਮ ਹੀ ਅੱਗੇ ਆਉਣ ਵਾਲੇ ਸਮੇਂ ਵਿੱਚ ਮੈਂ ਨਹੀਂ ਕਰਨਾ ਹੈਗਾ ਅਤੇ ਜੇ ਕਿਸੇ ਨੂੰ ਵਹਿਮ ਆ ਵੀ ਇੱਥੇ ਮੈਂ ਕਿਸੇ ਨੂੰ ਕੁਛ ਸਿਖਾਉਣ ਆਇਆ ਹੈਗਾ ਤਾਂ ਉਹ ਆਪਦਾ ਵਹਿਮ ਦੂਰ ਕਰ ਦੇ ਮੈਂ ਇਸ ਪਰ ਤੋਂ ਸਿੱਖਣ ਆਇਆ ਹੈਗਾ ਜੇ ਤੁਸੀਂ ਮੈਨੂੰ ਕਰਵਾਇਆ ਸਵਾਲ ਪੁੱਛੋਗੇ ਤਾਂ 5-7 ਸਾਲ ਮੈਨੂੰ ਹੋਰ ਭਾਵ ਹੋਰ ਵਧੀਆ ਹੋਊਗਾ ਅਤੇ ਜੇ ਕੋਈ ਦਾ ਸਵਾਲ ਪੁੱਛੋਗੇ ਮੈਨੂੰ ਆਨਸਰ ਪਤਾ ਹੋਇਆ ਮੈਂ ਦੱਸ ਦਿਆਂ ਹੈਗਾ ਮੈਂ 7 ਵਿਸ਼ਿਆਂ 'ਤੇ ਗੱਲ ਕਰਾਂਗਾ ਫਸਲ ਦੇ ਖੁਰਾਕੀ ਪ੍ਰਬੰਧਨ 'ਤੇ ਪਿੰਡ ਕਾਪੀ ਜਿਹੜਾ ਨੋਟ ਕਰ ਲਓ ਫੋਨਾਂ 'ਚ ਨੋਟਬੁੱਕ ਹੁੰਦੀ ਆ ਫੋਨ ਦੇ ਵਿੱਚ ਵੀ ਵਰਤੀ ਪਹਿਲਾਂ ਤੁਸੀਂ ਕਦੇ ਉਹਦੇ ਵੀ ਨੋਟ ਕਰ ਲਓ ਮੋਬਾਇਲ ਤੁਹਾਡਾ ID ਕਾਰਡ ਹੈ ਤੁਸੀਂ ਮੈਨੂੰ 15 ਮਿੰਟ ਫਾਇਲ ਫਾਇਲ ਮੈਨੂੰ ਥੋੜ੍ਹਾ ਨਾਲ ਗੱਲ ਕਰਨ ਦੀ ਲੋੜ ਨਹੀਂ ਇਸ ਤਰ੍ਹਾਂ ਦੇ ਬੰਦੇ ਉਹਨਾਂ ਪਤਾ ਕਰ ਦਿਓ ਮੋਬਾਇਲ ਤੁਹਾਡੀ ਸਕ੍ਰੀਨਿੰਗ ਹੈ ਪਹਿਲਾਂ ਬਲੱਡ ਟੈਸਟ ਹੁੰਦੇ ਸੀ ਫਿਰ ਐਕਸਰੇ ਹੁੰਦੇ ਸੀਗੀ MRIਆਂ ਹੋਣ ਲੱਗ ਗਈਆਂ ਸਿਟੀ ਸਕੈਨਾਂ ਹੋਣ ਲੱਗ ਗਈਆਂ ਅੱਜ ਦੇ ਸਮੇਂ 'ਤੇ ਨਵੀਂ ਟੈਕਨੋਲੋਜੀ ਆ ਰਹੀ ਹੈ ਜਿਵੇਂ ਸਿਆਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਬੰਦੇ ਦੀ ਅੱਖ ਪੜ੍ਹ ਲੈਂਦੇ ਹਾਂ ਉਹ ਮਸ਼ੀਨਾਂ AI ਵਾਲੀਆਂ ਅੱਖ ਪੜ੍ਹਨਾ ਤਾਂ ਆ ਰਹੀਆਂ ਹੈਗੀਆਂ ਵੀ ਮਸ਼ੀਨ ਤੁਹਾਡੇ ਕਹਿਣ ਤਾਂ ਨੋਰਮਲ ਅਤੇ ਡਾਕਟਰ ਨੂੰ ਬਿਮਾਰੀ ਦਾ ਪਤਾ ਲੱਗ ਜਾਇਆ ਕਰਦਾ ਜਿਹੜਾ ਤੁਹਾਡਾ ਟੈਸਟ 500-700 ਦਾ ਹੋਣਾ ਸੀਗਾ ਉਹਨਾਂ ਨੇ 5000 ਲਿਆ ਕਿਉਂਕਿ ਸਫਲ ਹੋ ਰਹੇ ਹੋ ਇਸ ਅਤੇ ਕੁਛ ਵੀ ਕੁਦਰਤ ਦੇ ਵਿੱਚ ਉਹ ਬਾਹਰੋਂ ਨਹੀਂ ਆਉਂਦਾ ਹੈਗਾ ਨਾ ਚੌਂਕਾ ਤਾਂ ਵੀ ਉਹਦੇ ਬਾਹਰ ਗਿਆ ਪਾਣੀ ਦਾ ਅਤੇ ਨਾ ਮਿੱਟੀ ਤਾਂ ਧਰਤੀ ਦੇ ਵਿੱਚ ਬਾਹਰ ਗਈ ਇਹ ਕਿੰਨਾ ਕੁਦਰਤ ਨੇ ਆਪਾਂ ਨੂੰ ਬਖਸ਼ਿਆ ਹੈਗਾ ਆਪਾਂ ਸਾਂਭਾਂਗੇ ਜੇ ਆਪਾਂ ਖੇਤੀ ਦੇ ਕੀੜੇ ਮਕੌੜੇ ਦੇ ਨਾਲ ਹੈਲਪ ਦੇ ਨਾਲ ਖੇਤੀ ਕਰਦੇ ਹੈਗੇ ਆਪਾਂ ਵੀ ਕੀੜੇ ਮਕੌੜਿਆਂ ਦੇ ਵਿੱਚ ਹੀ ਆਉਂਦੇ ਹੈਗੇ ਮੌਸਮ ਹੀ ਆਪਾਂ ਨੂੰ
ना मेरी स्थिति करा रहा है। हिंदुस्तान भारत एक ऐसा इस तरह की कंट्री है जिथे के चार तो छे रुत्त एक ही समय चल रही हैं। सियालों के सरों की फसल सी ज्यों सी कणक सी हम भी हिंदुस्तान के किसी हिस्से ज्यों सरों उभरे हुए हो। आप कई बार माण कर जाते हैं जो सोलह गुरु किले का झाड़ आया जिमीदार बहुत खुश हुए रेट भी बदले अज ने कह सोलह गुरु झाड़ आए किसी जिमीदार का तो वह वधिया पैसे कमा सकता है। पर जिहड़ियां आफतां चल रही है जिन्हां दे विच गुलाबी सुंडी है वेटिंग है डैम्पिंग ऑफ है बूटे सुटना है बूटे कमलाना है पैरावेंट है ब्लास्ट है जां कोई होर बारिश के नामा खराब होता है जां किसी होर कारण करके भी नामा खराब हो सकता है चिट्टी मक्खी करके होता या वायरस करके होता विषय बहुत है। मैं बोलना चाहता तो मैं भी चार घंटे बोल सकता पर मैं समझता है भी जिदा किसी बंद की कपैसिटी होंगी पानी पीने की कपैसिटी है रोटी खाने की कपैसिटी है सुन की भी कपैसिटी होती है। तुम पहला एक घंटा सुन लिया तो मैं समा तो ज़्यादा नहीं देवगा चालीस मिनटा काम जोड़ा गा जे मैं विषय ये छोए हाँ सब तो पहला फसल के नोट कर लो खादा का प्रबंध आप अगर जो बच्चा पैदा होता है परमात्मा ने उसकी माता दे छाती के दुध बढ़ना पहले ही स्टार्ट करता परमात्मा जिवे जीव कुदरत की पौधा है बनस्पति है जीव है कीट है इंसान है वो जमण तो पहला खुराक का प्रबंध जरूर करता है इस करके परमात्मा कहते हैं जे अपने बंद हाथ दौर हो आपां तां फिर हवा से भी कब्जा कर लीए तो पानी से भी कर लीए तो मिट्टी से भी कर लीए छड़ के ही कुछ ना तां जो बच्चे का जन्म होता है पहले 12-15 महीने का सफर उसकी माँ का दुध पी के पूरा होता है। नरमे की फसल तुसीं बीजती नर बच्चे हस्प जो मान लो बच्चा नॉर्मल डिलीवरी का होया अज बच्चा होया तो एक दिन बाद छुट्टी मिल जानी हैगी छुट्टी मिल तो पहले टीका ला देंगे वैक्सीनेशन कर देंगे है तुसीं वैक्सीनेशन करते हो नरमे की बिजाई तो पहला बीज सोत करते हो बीज पहला ही सोतिया होंगे वैक्सीन उन्होंने पता है भी जो बीज सोत के ना भेजा इन्होंने हजार बंदे जो पांच बंद ने हिम्मत कर दी है तो भांडा कंपनियां सिर खोल देना तो फिर पेस्टिसाइड के भी तुम पैसे नप जाने दुकान वाले के भी तुहाडे कोल 20 किले हैगे आ तुहाडे कोल साल के 20 लाख की वो वो फसल आनी हैगी चंगे मौसम के जे कोई पेस्टिसाइड वाला हैगा वो 200 फार्मर जुड़िया होया 1.5 करोड़ की रिस्क है 2 करोड़ की रिस्क है किन्ने फार्मर वो माड़ा व्यवहार कर सकते हैं वो अपने को ज़्यादा दलेर बैठा है। मैं ये गल समझता है जे आप इन बंद सपोर्ट करिए जोड़े बंदे चंगा काम कर रहे हैं हाँ माड़े बंद नहीं मैं कह रहा है हर बंदा माड़ा नहीं होता चंगा नहीं हो सकता जोड़े बंदे चंगे काम करते हैं उन्होंने सपोर्ट नहीं मिलती सोसायटी वो शैतानी दिमाग फिर वरतते हैं हर एक गैंगस्टर पहला चंगा होंदा है वो धक्का हों माड़ा हों सारी एनर्जी आपकी माड़े पासे ला दिता है। आप इंसानी जामा मिलया है ज्यादा शैतान बन जाओ या परमात्मा बन जाओ नहीं तो वारी वारी फिर कीटा 84 लाख जोड़ी आना पैना है। मैं कई बार दलील होर तरीके दे दिना है मैं माफ़ी भी चाहना है जो कई बार मैं हर क्योंकि हर वर्ग के नाल गलबात करते हैं कई बार थकावट थकिया होंगे शरीर कई बार मूड चाहता है कई बार बोले शब्द कई बार सख्त शब्द बोले जाते हैं पर जिनी मार शब्द करता है वाक करता है उन्नी मार गोली भी नहीं करती उन्नी मार मार कोई नहीं करता है। जे तुसी शब्दों के नाल इत्थे जानकारी लैन आए हैगे हो तां उह शब्द तुसी सामभ के लै असी शब्दों नूं बंद किया किताब दे विच मैं उस बंदे नूं 5000 रुपया भी दे दिंदा जेब दे विचों जिहड़ा मेरी किताब दे विचों मैनूं 200 गलती कढ के फड़ा दे पर पढ़दा नहीं कोई फ्री च लै के भी नहीं पढ़दे पैसा नहीं लै के भी नहीं पढ़दे मैं नाल पैसे दिंदा फिर भी नहीं पढ़दे है। ਬਾਈ ਜੀ ਨੇ ਸਾਨੂੰ ਬੇਨਤੀ ਕੀਤੀ ਕਹਿੰਦਾ ਬਾਈ ਤੁਸੀਂ ਕਿਤਾਬਾਂ ਲਿਆਓ ਆਪਾਂ ਦੇ ਦਿਆਂਗੇ ਇੱਥੇ ਅਸੀਂ ਆਪਣੇ ਖਰਚੇ 'ਤੇ ਦੇ ਦਿਆਂਗੇ ਅਸੀਂ ਮੈਂ ਕਿਹਾ ਨਹੀਂ ਨਹੀਂ ਇੱਦਾਂ ਕਦੇ ਨਹੀਂ ਹੋਣਾ ਫਰੀ ਦੀ ਚੀਜ਼ ਦੀ ਕਦਰ ਨਹੀਂ ਹੁੰਦੀ ਤੁਸੀਂ ਸੋਨਾ ਵੰਡੋ ਬਾਈ ਜੀ ਨੂੰ ਕਹਿੰਦਾ 100 ਤੋਲਾ ਵੰਡ ਦਿਓ ਇੱਥੇ ਬੰਦੇ ਨੂੰ ਕੱਢ ਖੜਾ ਕਰਕੇ ਆਖਣਗੇ ਇਹ ਤਾਂ ਪੁਰਾਣਾ ਹੈ ਜੀ ਇਹ ਤਾਂ ਕਾਲਾ ਹੋ ਗਿਆ ਜੀ ਇਹਦੇ ਵਿੱਚ ਮਿਕਸਿੰਗ ਹੈ ਜੀ ਇਹ ਤਾਂ ਹੋਰ ਹੀ ਕੁਛ ਸੀਗਾ ਇਹ ਤਾਂ ਸਾਨੂੰ ਬਣਾ ਤਾ ਮਤਲਬ ਕਦਰ ਆਪਾਂ ਨੂੰ ਜ਼ਿੰਦਗੀ ਵੀ ਫਰੀ 'ਚ ਨਹੀਂ ਮਿਲੀ ਹੋਈ ਆਪਾਂ ਇਹਦੀ ਕਦਰ ਬਹੁਤ ਘੱਟ ਕਰਦੇ ਹੈਗੇ ਹਾਂ।
ਅਤੇ ਮੈਂ ਵਿਸ਼ਿਆਂ ਤੋਂ ਬਾਹਰ ਨਹੀਂ ਜਾਵਾਂਗਾ। ਪਹਿਲਾਂ ਸਿੱਧਾ ਖੁਰਾਕਾਂ 'ਤੇ ਕੰਮ ਕਰਦੇ ਹੈਗੇ ਹਾਂ। ਪੈਸਟੀਸਾਈਡ ਵਪਾਰਕ ਖੇਤੀ ਦਾ ਅੰਗ ਬਣ ਚੁੱਕਿਆ, ਜ਼ਰੂਰੀ ਵੀ ਹੋ ਚੁੱਕਿਆ। ਮਿੱਟੀ ਦੀ ਸਿਹਤ ਕਮਜ਼ੋਰ ਹੋ ਰਹੀ ਹੈ, ਸਾਡਾ ਮੈਨੇਜਮੈਂਟ ਕਮਜ਼ੋਰ ਹੋ ਰਿਹਾ। ਜਿਹੜੇ ਬਜ਼ੁਰਗ ਬੈਠੇ ਆ ਇੱਥੇ ਸਫੇਦ ਦਾੜੀਆਂ ਵਾਲੇ, ਉਹਨਾਂ ਨੂੰ ਮੈਂ ਸਲੂਟ ਕਰਦਾ ਕਿ ਉਹਨਾਂ ਨੇ ਬਿਨਾਂ ਮੋਬਾਈਲ ਚਲਾਏ ਸਾਨੂੰ ਟਿੱਬੇ ਪੱਧਰ ਕਰਕੇ ਦੇ ਦੇ, ਅਸੀਂ ਟਰੈਕਟਰ ਵਾਹੁਣ ਜੋਗੇ ਹੋ ਗਏ। ਸਾਡੇ ਤੋਂ ਹੁਣ ਸਾਹਮਿਆ ਨਹੀਂ ਜਾਂਦਾ ਹੈਗਾ। ਪਹਿਲਾਂ ਬਜ਼ੁਰਗ ਬੈਠੇ ਹੈਗੇ ਆ, ਉਹਨਾਂ ਦੇ ਵੀ ਅੱਗੇ ਪਹਿਲਾਂ ਬਜ਼ੁਰਗ ਖੇਤੀ ਕਰਕੇ ਗਏ ਹੈਗੇ ਆ, ਉਹਨਾਂ ਨੇ ਮੁਰੱਬੇ ਵਾਲੇ ਦੇ ਦੂਜਾ ਦੋ ਮੁਰੱਬੇ ਪੈਲੀ ਬੁੱਲ ਲੈ ਲਈ, ਸਾਡੇ ਮੁਰੱਬੇ ਵਾਲੇ ਦੇ ਕਿੱਲੇ ਦੋ ਕਿੱਲੇ ਵਿਕਾਊ ਹੋਏ ਪਏ ਹੈਗੇ ਆ। ਸਹੂਲਤਾਂ ਸਾਡੇ ਕੋਲ ਸਾਰਿਆਂ ਨਾਲੋਂ ਜ਼ਿਆਦਾ ਨੇ, ਹਰੇਕ ਚੀਜ਼ ਦੀ ਸਹੂਲਤ ਆ। ਪਹਿਲਾਂ ਤਾਂ ਮੋਟਰਾਂ ਵੀ ਨਹੀਂ ਹੁੰਦੀਆਂ ਸੀਗੀਆਂ, ਝੱਟਿਆਂ ਨਾਲ ਪਾਣੀ ਲਾਉਂਦੇ ਸੀਗੇ ਜਾਂ ਨੱਕੇ ਵਾਟਵਾਂ ਲਾਉਂਦੇ ਸੀ ਜਾਂ ਬਰਸਾਤਾਂ 'ਤੇ ਕੰਮ ਚੱਲਦਾ ਸੀਗਾ। ਹੁਣ ਤਾਂ ਯਾਰ ਘਰੋਂ ਬੈਠੇ ਮੋਟਰ ਚੱਲ ਪੈਂਦੀ ਹੈਗੀ ਆ, ਸਿਮਰਨ ਆਪਾਂ ਨਹੀਂ ਕਰਦੇ ਹੈਗੇ, ਸਮਾਂ ਆਪਾਂ ਲਾਉਣੇ ਕਿੱਥੇ ਆ, 24 ਘੰਟੇ ਪਹਿਲਾਂ ਹੀ ਚੋਣੀ ਹੋਣਾ। ਕਰੋਪ ਨਿਊਟ੍ਰੀਸ਼ਨ 'ਤੇ ਗੱਲ ਕਰਨ ਲੱਗਿਆ ਹੈਗਾ ਕਿ ਜਿਵੇਂ ਸਰ ਨੇ ਪਹਿਲਾਂ ਗੱਲ ਕੀਤੀ 17 ਤੱਤਾਂ ਬਾਰੇ, ਠੀਕ ਹੈ, 17 ਤੱਤਾਂ 'ਤੇ ਗੱਲ ਕਰਕੇ ਤਾਂ 3-4 ਦਿਨ ਲੱਗਦੇ ਆ, ਪਰ ਫਿਰ ਵੀ ਮੈਂ 5-7 ਮਿੰਟ ਨਿਬੇੜ ਦਿੰਦਾ। ਨਾਈਟ੍ਰੋਜਨ ਤੋਂ ਸ਼ੁਰੂ ਕਰਦੇ ਹਾਂ, NPK ਨਾਈਟ੍ਰੋਜਨ ਫਾਸਫੋਰਸ ਪੋਟਾਸ਼। ਪੋਟਾਸ਼ ਤੁਹਾਡੇ ਖੇਤਾਂ 'ਚ ਬਹੁਤ ਹੋਣੀ ਆ, ਕਿਉਂਕਿ ਮਾਲਵਾ ਅਤੇ ਆਹ ਜਿਹੜੇ 2-3 ਜ਼ਿਲ੍ਹੇ ਪੰਜਾਬ ਦੇ ਨਾਲ ਟੱਚ ਹੈਗੇ ਆ, ਜਿਹੜੇ ਰਾਜਾ ਗੰਗਾ ਜੀ ਨੇ ਮਾਝੇ ਦੇ ਜ਼ਿਮੀਂਦਾਰਾਂ ਨੂੰ ਬੇਨਤੀ ਕਰਕੇ ਇੱਥੇ ਲਿਆਂਦਾ, ਅਤੇ ਇਸ ਜ਼ਮੀਨਾਂ ਦਾ ਮੁੱਲ ਰਾਜਾ ਗੰਗ ਜੀ ਨੇ ਪਵਾਇਆ, ਉਹਨਾਂ ਨੂੰ ਵੀ ਸਿਹਰਾ ਜਾਂਦਾ ਹੈਗਾ। ਪੰਜਾਬੀ ਭਾਈਚਾਰਾ ਜ਼ਿਆਦਾ ਹੈਗਾ ਇਸ ਏਰੀਏ ਦੇ ਵਿੱਚ, ਇਹ ਬਾਗੜੀ ਆ, ਪਰ ਇਹਨਾਂ ਨੂੰ ਸੁਪਨਾ ਪੰਜਾਬ ਦਾ ਹੀ ਆਉਂਦਾ ਜਿਹੜੇ ਇੱਥੇ ਰਹਿੰਦੇ ਹੈਗੇ ਆ, ਕਿਉਂਕਿ ਜ਼ਮੀਨਾਂ ਹੀ ਇਹਨਾਂ ਨੇ ਬਹਾਲ ਕੀਤੀਆਂ ਹੈਗੀਆਂ। ਪੰਜਾਬੀ ਜਿੱਥੇ ਵੀ ਗਿਆ, ਗੁਜਰਾਤ ਦੇ ਵਿੱਚ ਗਿਆ, ਬਿਹਾਰ 'ਚ ਗਿਆ, ਯੂਪੀ 'ਚ ਗਿਆ, ਉਹਨੇ ਜ਼ਮੀਨ ਬਹਾਲ ਕਰਨ ਦੇ ਲਈ ਸਭ ਤੋਂ ਪਹਿਲੇ ਨੰਬਰ 'ਤੇ ਜਾਣਿਆ ਜਾਂਦਾ ਉਹ, ਕਿਉਂਕਿ ਉਹ ਦਲੇਰ ਸੀ, ਉਹਨਾਂ ਨੇ ਵਡੇਰਿਆਂ ਨੇ ਲਹੂ ਵਹਾਇਆ ਹੈਗਾ, ਵਾਹਿਆ ਹੈਗਾ ਆਪਦਾ ਵੀ ਲਹੂ ਜ਼ਮੀਨਾਂ ਦੇ ਵਿੱਚ। ਬੜੇ ਦਰਦ ਹੰਡਾਏ ਹੈਗੇ ਆ ਉਹਨਾਂ ਦੇ ਵਿੱਚ, ਅੱਖਰਤਾ ਵੀ ਹੈਗੀ ਆ ਉਹਨਾਂ ਵਿੱਚ, ਦ੍ਰਿੜਤਾ ਵੀ ਹੈਗੀ ਆ, ਦਲੇਰੀ ਵੀ ਹੈਗੀ ਆ। ਪਰ ਅੱਜ ਦੇ ਸਮੇਂ ਜਿਹੜੀ ਮੈਂ ਦੇਖ ਰਿਹਾ ਹੈਗਾ, ਯੰਗ ਫਾਰਮਰ ਆ, ਨੌਜਵਾਨ ਕਿਸਾਨ ਹੈਗਾ, ਉਹ ਖੇਤੀ ਤੋਂ ਪਿੱਛਾ ਟਕਾ ਰਿਹਾ, ਖੇਤੀ ਦੀ ਪੜ੍ਹਾਈ ਗਲਤ ਵੀ ਪੈਸੇ ਲਾਉਂਦਾ ਹੈਗਾ, ਅਤੇ ਖੇਤੀ ਕਰਨ ਵਿੱਚ ਵੀ ਉਹ ਇੰਟਰਸਟ ਨਹੀਂ ਦਿਖਾਉਂਦਾ ਹੈਗਾ। ਬਾਹਰ ਜਾਣਾ ਕਹਿੰਦਾ ਜੀ, ਬਾਹਰ ਵੀ ਜਾ ਕੇ ਤੁਸੀਂ ਕੰਮ ਹੀ ਕਰੋਗੇ, ਇੱਥੇ ਕਰ ਲਓ। ਤਾਂ ਜਿਹੜੇ ਵਿਸ਼ੇ ਮੈਂ ਸ਼ੁਰੂ ਕਰਨ ਲੱਗਿਆ, ਪਹਿਲਾਂ ਯੂਰੀਆ ਦੀ ਗੱਲ ਕਰ ਲੈਂਦੇ ਹੈਗੇ ਹਾਂ। ਯੂਰੀਆ ਖਾਦ ਭਾਰੀਆਂ ਜ਼ਮੀਨਾਂ ਵਾਸਤੇ ਘੱਟ ਚਾਹੀਦੀ ਹੈ ਜੀ, ਰਿਕਮੈਂਡੇਸ਼ਨ ਸਾਰੀ ਇੱਕ ਹੁੰਦੀ ਹੈ, 2 ਗੱਟੇ ਪਾ ਲਓ ਜੀ 90 ਕਿਲੋ। ਇੱਕ ਬੰਦਾ 4 ਗੱਟੇ ਪਾ ਕੇ ਵੀ ਨਹੀਂ 4 ਕੁਇੰਟਲ ਝਾੜ ਲੈ ਰਿਹਾ, ਅਤੇ ਇੱਕ ਬੰਦਾ ਕਹਿੰਦਾ ਮੈਂ 2 ਗੱਟਾ ਹੀ ਪਤਾ। ਕੱਲ੍ਹ ਸਾਨੂੰ ਇੱਕ ਪਿੰਡ ਵਜੀਰਪੁਰ ਭੋਮਾ ਦੇ ਵਿੱਚ ਫਾਰਮਰ ਮਿਲਿਆ, ਕਹਿੰਦਾ ਮੈਂ 2 ਗੱਟਾ ਵੱਧ ਤੋਂ ਵੱਧ ਯੂਰੀਆ ਪਾਉਣਾ, ਅਤੇ ਮੇਰਾ 13 ਕੁਇੰਟਲ ਨਰਮਾ ਹੋਇਆ, ਪਿਛਲੀ ਵਾਰ ਮੇਰਾ 10 ਕੁਇੰਟਲ ਹੋ ਗਿਆ, ਕਹਿੰਦਾ 8 ਕਨਾਲਾਂ 'ਚੋਂ। ਅਤੇ ਮੈਂ ਉਹ ਜ਼ਿਮੀਂਦਾਰਾਂ ਨੂੰ ਆਈਡਲ ਮੰਨਦਾ ਹੁੰਦਾ ਜਿਹੜੇ ਆਪਣਾ ਤਜਰਬਾ ਕਰ ਲੈਂਦੇ ਆ, ਸਾਂਭ ਲੈਂਦੇ ਆ, ਆਪਣੀ ਗਲਤੀ ਵੀ ਹੋਰਾਂ ਨੂੰ ਦੱਸਦੇ ਆ, ਆਪਣਾ ਤਜਰਬਾ ਵੀ ਹੋਰਾਂ ਨੂੰ ਦੱਸਦੇ ਹੈਗੇ ਆ। ਤਾਂ ਨਾਈਟ੍ਰੋਜਨ ਦੀ ਗੱਲ ਹੈਗੀ ਹੈ ਕਿ ਭਾਰੀਆਂ ਜ਼ਮੀਨਾਂ ਵਿੱਚ ਕੋਈ ਜ਼ਿਆਦਾ ਯੂਰੀਆ ਨਹੀਂ ਚਾਹੀਦਾ, ਅਤੇ ਇਕੱਲੇ ਯੂਰੀਏ ਨਾਲ ਪਾਰ ਨਹੀਂ ਪੈਣੀ। ਨਾਈਟ੍ਰੋਜਨ ਯੂਰੀਆ ਤੋਂ ਮਿਲਦਾ, ਥੋੜ੍ਹਾ ਮੋਟਾ DAP ਤੋਂ ਵੀ ਮਿਲ ਜਾਂਦਾ ਹੈਗਾ, ਮੀਹਾਂ ਤੋਂ ਵੀ ਮਿਲ ਜਾਂਦਾ ਹੈਗਾ, ਰੂੜੀ ਪਾਉਣੇ ਤਾਂ ਵੀ ਮਿਲ ਜਾਂਦਾ ਹੈਗਾ, ਕੋਈ ਪਿਛਲੀ ਫਲੀਦਾਰ ਫਸਲ ਲਾਈ ਹੈ ਉਦੋਂ ਵੀ ਮਿਲ ਜਾਂਦਾ ਹੈਗਾ, ਨਹਿਰੀ ਪਾਣੀ ਲਾਉਣਾ ਥੋੜ੍ਹਾ ਬਹੁਤਾ ਉਸੇ ਤੋਂ ਵੀ ਮਿਲ ਜਾਂਦਾ ਹੈਗਾ। ਬੂਟੇ ਨੂੰ ਕੀ ਕਰਦਾ, ਪ੍ਰੋਟੀਨ ਬਣਾਉਂਦਾ, ਅਮਾਈਨੋ ਐਸਿਡ ਬਣਾਉਂਦਾ, ਜਿਹਦੇ ਨਾਲ ਬੂਟੇ ਦਾ ਰੰਗ ਬਣਦਾ, ਕੱਦ ਬਣਦਾ, ਜੁੱਸਾ ਬਣਦਾ, ਜੜ੍ਹਾਂ ਬਣਦੀਆਂ, ਤਣੇ ਬਣਦੇ ਆ, ਪੱਤੇ ਬਣਦੇ ਆ, ਹਰ ਇੱਕ ਹਰੇ ਰੰਗ ਦੀ ਚੀਜ਼ ਬਣਦੀ ਆ। ਮੈਗਨੀਸ਼ੀਅਮ ਨਾਲ ਵੀ ਇੱਦਾਂ ਹੀ ਹੁੰਦਾ, ਜਿਹੜੀਆਂ ਜ਼ਮੀਨਾਂ ਦੇ ਵਿੱਚ ਸ਼ੋਰੇ ਵਾਲਾ ਪਾਣੀ ਆ, ਜਿਨ੍ਹਾਂ ਜ਼ਮੀਨਾਂ ਦੇ ਵਿੱਚ EC 2500 ਤੋਂ ਉੱਪਰ ਚੱਲ ਰਹੀ ਹੈ, 2000 ਤੋਂ ਉੱਪਰ ਚੱਲ ਰਹੀ ਹੈਗੀ, ਚਲੋ ਨਰਮੇ ਵਾਸਤੇ 4000 ਮੰਨ ਲਓ, 4000 ਤੋਂ ਵੱਧ EC ਵਾਲਾ ਪਾਣੀ ਉੱਥੇ ਵੀ ਕੈਲਸ਼ੀਅਮ ਦੇ ਕਰਕੇ ਮੈਗਨੀਸ਼ੀਅਮ ਗੜਬੜ 'ਚ ਆ ਜਾਂਦਾ ਹੈਗਾ। ਜੇ ਥੱਲੇ ਪਾਓਗੇ ਤੁਹਾਡੀ ਮਿੱਟੀ ਦੀ PH, ਜੇ ਤੁਸੀਂ ਚੈੱਕ ਕਰਾਉਣੇ ਹੈਗੇ ਹੋ ਜਿਹੜੇ ਵੀਰਾਂ ਨੇ, ਤਾਂ ਮਿੱਟੀ ਦੀ PH ਜ਼ਿਆਦਾ ਚੱਲ ਰਹੀ ਹੈ, 8 ਤੋਂ ਉੱਪਰ ਚੱਲ ਰਹੀ ਆ, ਤਾਂ ਤੁਹਾਡਾ ਮੈਗਨੀਸ਼ੀਅਮ ਪਾਇਆ ਹੋਇਆ ਕੰਮ ਹੀ ਨਹੀਂ ਕਰਦਾ। ਜੇ ਮਿੱਟੀ 'ਚ ਘਾਟ ਦਿਖਾ ਰਹੀ ਆ, ਤੁਸੀਂ ਸਪਰੇਹਾਂ 3 ਕਰ ਦਿਓ, 100 ਲੀਟਰ ਪਾਣੀ 'ਚ ਕਿਲੋ ਪੈਂਦਾ, ਇਹਦੇ ਨਾਲ ਜ਼ਿੰਕ ਮਿਕਸ ਕਰ ਲਓ, ਯੂਰੀਆ ਮਿਕਸ ਕਰ ਲਓ ਅਤੇ ਸਪਰੇ ਕਰ ਦਿਓ। ਗੁਲਾਬੀ ਸੁੰਡੀ ਦੀ ਵੀ ਗੱਲ ਕਰਾਂਗੇ, 7 ਵਿਸ਼ੇ ਸ਼ੋਅ ਮੈਂ, ਜਿੰਨੀਆਂ ਤੁਸੀਂ ਧੌਣਾ ਖੜੀਆਂ ਕਰਕੇ ਮੈਨੂੰ ਦੇਖੋਗੇ, ਫੋਨ ਆਇਆ ਫੋਨ ਕੱਟ ਦਿਓ, ਕੋਈ ਡਿਸਟਰਬ ਨਾ ਹੋਵੇ। ਅਤੇ ਨਾਈਟ੍ਰੋਜਨ ਦਾ ਕੰਮ ਇਹ ਹੈਗਾ ਕਿ ਬੂਟੇ ਨੂੰ ਇੱਕ ਵਾਰ ਇਹ ਭੋਜਨ ਜ਼ਿਆਦਾ ਮਾਤਰਾ 'ਚ ਬਣਾਉਂਦੀ ਆ,
ਥੱਲਿਓਂ ਜਿਹੜਾ ਬੂਟੇ ਦੇ ਪਾਣੀ ਸੋ ਕੇ ਬੂਟੇ 'ਚ ਘੁਮਾਉਣਾ ਅਤੇ ਕਲੋਰੋਫਿਲ ਦੇ ਨਾਲ ਅੱਗੇ ਫਿਰ ਇੱਕ ਬੂਟੇ ਚੰਗੇ ਸਵਸਥ ਪੌਦੇ ਨੇ ਸੂਰਜ ਦੀ ਰੋਸ਼ਨੀ ਦੇ ਵਿੱਚ ਹਵਾ ਦੇ ਸੁਮੇਲ ਦੇ ਨਾਲ 2.5 ਤੋਂ 3 ਗ੍ਰਾਮ ਭੋਜਨ ਤਿਆਰ ਕਰਨਾ ਹੈਗਾ ਉਹਦੇ 'ਚ ਇਹਦਾ ਰੋਲ। ਹੁਣ ਮੈਂ ਤੁਹਾਨੂੰ ਕਹਾਂ ਕਿ ਸੋਡੀਅਮ ਕਲੋਰਾਈਡ ਜਿਹਨੂੰ ਤੁਸੀਂ ਨਮਕ ਕਹਿ ਦਿੰਦੇ ਹੋ, ਲੂਣ ਕਹਿ ਦਿੰਦੇ ਹੋ, ਲੂਣ ਕਹਿ ਦਿੰਦੇ ਹੋ, ਉਹਦੇ ਵਿੱਚ ਸੋਡੀਅਮ ਹੁੰਦਾ। ਉਹ ਤੁਹਾਡੇ ਮਸਲ ਦੀ ਰਿਕਵਰੀ ਕਰਦਾ ਹੈਗਾ, ਤੁਹਾਡੇ ਦਿਮਾਗ ਲਈ ਕੰਮ ਕਰਦਾ ਹੈਗਾ। ਅਤੇ ਜੇ ਮੈਂ ਕਹਾਂ ਵੀ ਇਕੱਲਾ ਸੋਡੀਅਮ ਖਾਈ ਜਾਓ, ਸਾਰੇ ਸਰੀਰ ਤੋਂ ਵਾਲ ਝੜ ਜਾਣਗੇ ਅਤੇ ਸਾਰਾ ਸਰੀਰ ਗੰਜਾ ਹੋ ਜਾਓ, ਤੁਸੀਂ ਪਾਗਲ ਹੋ ਜਾਓ। ਅਤੇ ਜੇ ਹੁਣ ਜਿਮੀਦਾਰ ਨੇ ਜਿੰਕ ਨਹੀਂ ਪਾਉਣਾ ਹੈਗਾ, ਬਰੋਨ ਦੀ ਸਪਰੇਅ ਨਹੀਂ ਕਰਨੀ ਹੈਗੀ, ਪੋਟਾਸ਼ ਨਹੀਂ ਪਾਉਣੀ ਹੈਗੀ, ਮੈਗਨੀਸ਼ੀਅਮ ਨਹੀਂ ਪਾਉਣੀ ਹੈਗੀ, ਇਕੱਲਾ ਤੇਲੇ ਮਾਰ ਵਾਲਾ ਉਹ ਡਰਾਮਾ ਜਿਹਾ ਕਰੀ ਜਾਂਦਾ, ਤਾਂ ਫਿਰ ਉਹਦੀ ਫਸਲ ਦੇ ਵਿੱਚ ਝਾੜ ਤੁੱਕੇ ਨਾਲ ਮੌਸਮ ਦੀ ਕਿਰਪਾ ਦੇ ਨਾਲ ਇੱਕ ਦੋ ਵਾਰੀ ਆ ਸਕਦਾ, ਪਰ ਉਹ 13 ਕੁਆਂਟਲ ਨਾਲ ਸਿੱਧਾ 4 ਕੁਆਂਟਲ 'ਤੇ ਵੱਜਦਾ ਅੱਠ ਗ੍ਰਾਮਾਂ ਨੂੰ। ਜਦੋਂ ਤਾਂ ਆਪਣਾ ਨਰਮਾ, ਹੁਣ ਇਸ ਵਕਤ ਮੰਨ ਲਓ 2-3 ਸਾਲਾਂ ਤੋਂ ਨਰਮਾ ਪ੍ਰੋਡਕਸ਼ਨ ਘਟੀ ਹੈਗੀ ਆ, ਉਹਦੀ ਏਰੀਆ ਵੀ ਘਟਿਆ ਹੈਗਾ, ਤੁਹਾਡੇ ਦਾ ਚਲੋ ਵੱਧ ਗਿਆ ਹੋਣਾ ਕਿਉਂਕਿ ਤੁਹਾਡੇ ਪਿਛਲੀ ਵਾਰ ਮੂੰਗੀ ਦੁਆਰਾ ਨਹੀਂ ਹੋਇਆ ਹੈਗਾ, ਤੁਸੀਂ ਉਹ ਖੇਤਾਂ 'ਚ ਵੀ ਨਰਮਾ ਲਾ ਦਾ। ਅਤੇ ਜਦੋਂ ਵੀ ਇਸ ਤਰ੍ਹਾਂ ਦੀ ਸਮੱਸਿਆ ਬਣਦੀ ਹੈਗੀ ਆ, ਤੁਸੀਂ ਜਿਹੜਾ ਕੰਮ ਯੂਰੀਆ ਨੇ ਕਰਨਾ ਹੈਗਾ ਜਾਂ ਹੋਰ ਤੱਤਾਂ ਨੇ ਕਰਨਾ ਹੈਗਾ, ਉਹ ਸਿਰਫ ਇਕੱਲਾ ਤੁਸੀਂ ਯੂਰੀਆ 'ਤੇ ਧਿਆਨ ਦੇਈ ਜਾਂਦੇ, ਕਿਉਂਕਿ ਇਹ ਆਮ ਆਸਾਨੀ ਨਾਲ ਮਿਲ ਜਾਂਦੀ ਹੈਗੀ ਆ, ਅਤੇ ਆਪਾਂ ਇਹਦੀ ਮਾਤਰਾ ਜ਼ਿਆਦਾ ਪਾਉਣ ਲੱਗ ਜਾਂਦੇ। ਯੂਰੀਆ ਜ਼ਿਆਦਾ ਪਾਉਣ ਦੇ ਨਾਲ ਨਰਮੇ 'ਚ ਸੈਪ ਵੱਧਦਾ, ਨਰਮਾ ਮਿੱਠਾ ਹੁੰਦਾ, ਪੱਤਾ ਚਮਕੀਲਾ ਹੋ ਜਾਂਦਾ, ਉਹਦੇ 'ਚ ਪਾਣੀ ਦੀ ਮਾਤਰਾ ਵੱਧ ਜਾਂਦੀ ਆ, ਰਸ ਦੀ ਮਾਤਰਾ ਵੱਧ ਜਾਂਦੀ ਹੈਗੀ ਆ, ਫਿਰ ਉਸ ਨੇ ਮੱਛਰਾਂ ਨੂੰ ਸੱਦਣਾ ਹੈਗਾ ਜਾਂ ਹੋਰ ਕੀੜਿਆਂ ਨੂੰ ਸੱਦਣਾ ਹੈਗਾ। ਕੋਈ ਵੀ ਮੱਛਰ ਸੁੰਡੀ ਹੈ, ਤਿਲ ਹੈ, ਥ੍ਰਿਪਸ ਹੈ, ਜੂ ਹੈ, ਜਾਂ ਕੋਈ ਬਗ ਹੈ, ਜਾਂ ਕੋਈ ਹੋਰ ਮਿੱਤਰ ਕੀਟ ਹੈਗੇ ਆ, ਸਾਰੇ ਨਰਮੇ ਦੇ ਬੂਟੇ ਦੀ ਸਮੈਲ ਨੂੰ ਹਵਾ ਦੇ ਵਿੱਚੋਂ ਸੈਂਸ ਕਰਕੇ ਹੀ ਆਉਂਦੇ ਹੈਗੇ ਆ, ਉਹ ਹੋਰ ਫਸਲ 'ਤੇ ਨਹੀਂ ਜਾਂਦੇ। ਉਹ 10 ਖੇਤ ਲੱਗੇ ਹੋਏ ਆ, 10 ਖੇਤਾਂ ਦੇ ਵਿੱਚੋਂ ਜਿਹੜਾ ਸਭ ਤੋਂ ਉਹਨਾਂ ਨੂੰ ਵਧੀਆ ਲੱਗਿਆ ਉਹ ਉਸ 'ਚ ਜਾਣਗੇ ਉਹ। ਹੁਣ ਤੁਸੀਂ ਦੇਖ ਲਓ ਵੀ ਇਕੱਲਾ ਯੂਰੀਏ ਨਾਲ ਡੰਗਾ ਲਾਉਣਾ, ਤਾਂ ਯੂਰੀਏ ਦੇ ਲਈ ਇੱਕ ਚੀਜ਼ ਨੋਟ ਕਰ ਲਓ, ਜੇ 8 ਕਨਾਲਾਂ ਦਾ ਕਿੱਲਾ ਤਾਂ ਛਿੱਟੇ ਦੇ ਰੂਪ ਵਿੱਚ ਕਦੇ ਵੀ ਯੂਰੀਆ ਨਾ ਪਾਓ ਜਿੰਨਾ ਚਿਰ ਟਰੈਕਟਰ ਚੱਲਦਾ, ਅਤੇ 15 ਕਿਲੋ ਤੋਂ ਲੈ ਕੇ 20 ਕਿਲੋ ਤੱਕ ਤੁਹਾਡੇ ਵੀਘੇ ਦੀ ਗੱਲ ਕਰਦਾ ਮੈਂ, ਮੋਟਾ ਯੂਰੀਆ ਬੀਜ ਲਿਆ ਕਰੋ, ਪੋਟਾਸ਼ ਵੀ ਬੀਜ ਲਿਆ ਕਰੋ 15 ਤੋਂ 20 ਕਿਲੋ। ਇੱਕ ਰਿਸਰਚ ਹੋਈ ਸੀਗੀ ਕਿ ਪੋਟਾਸ਼ ਦੇ ਨਾਲ ਜਦੋਂ ਵੀ ਯੂਰੀਆ ਬਿਜਾਈ ਕੀਤਾ ਜਾਂਦਾ ਤਾਂ ਉਹਦਾ ਯੂਟੀਲਾਈਜੇਸ਼ਨ ਵੱਧਦਾ ਹੈਗਾ, ਉਹ ਬੂਟਾ ਚੰਗੇ ਤਰੀਕੇ ਨਾਲ ਗ੍ਰਹਿਣ ਕਰਦਾ, ਅਤੇ ਭਾਵੇਂ ਜੜਾਂ 'ਚ ਪਾ ਲਓ ਅਤੇ ਭਾਵੇਂ ਸਪਰੇਅ ਕਰ ਲਓ, ਤੁਸੀਂ 13-0-43 ਉੱਪਰ ਸਪਰੇਅ ਕਰਦੇ ਹੋ, ਉਹਦੇ ਨਾਲ ਵੀ ਪੋਟਾਸ਼ ਦੇ ਨਾਲ ਨਾਈਟ੍ਰੋਜਨ ਹੁੰਦੀ ਹੈਗੀ ਆ, ਜਿਹੜੀ ਤੁਸੀਂ ਜੜਾਂ 'ਚ ਬਿਜਾਈ ਕਰਨੀ ਹੈ, ਮੋਟਾ ਯੂਰੀਆ ਅਤੇ ਦਾਣੇਦਾਰ ਪੋਟਾਸ਼ ਲੈ ਕੇ ਦੋਨਾਂ ਸਾਈਡਾਂ 'ਤੇ ਬਿਜਾਈ ਕਰਦੇ। ਬੂਟੇ ਦੇ ਬਹੁਤੀਆਂ ਖਾਦਾਂ ਇਸ ਕਰਕੇ ਨਹੀਂ ਲੈ ਪਾਉਂਦਾ ਹੈਗਾ, ਉਹ ਨਦੀਨ ਲੈ ਜਾਂਦੇ ਆ, ਉਹ ਖਾਲੀ ਥਾਂ 'ਚ ਫਿਕਸ ਹੋ ਜਾਂਦੇ ਆ, ਪੱਥਰ ਬਣ ਜਾਂਦੀਆਂ ਹੈਗੀਆਂ, ਜਾਂ ਉਹਨਾਂ ਖਾਦਾਂ ਨੂੰ ਮੀਂਹ ਵਗੈਰਾ ਖੋਰ ਕੇ ਥੱਲੇ ਭੇਜ ਦਿੰਦੇ ਜਾਂ ਗਵਾਂਢੀ ਦੇ ਗੇਟ 'ਚ ਵਗ ਜਾਂਦੀਆਂ ਹੈਗੀਆਂ। ਤਾਂ ਇਹਨਾਂ ਖਾਦਾਂ ਨੂੰ ਤੁਸੀਂ ਪੈਸੇ ਲੈ ਕੇ ਪਾ ਰਹੇ ਹੈਗੇ ਹੋ, ਇਹਨਾਂ ਖਾਦਾਂ ਦੀ ਜੇ ਵਰਤੋਂ ਬਾਰੇ, ਕੰਮ ਬਾਰੇ, ਫੰਕਸ਼ਨ ਬਾਰੇ ਨਹੀਂ ਪਤਾ ਹੈਗਾ ਤਾਂ ਫਿਰ ਆਪਾਂ ਬਹੁਤ ਗਲਤ ਹੈਗੇ ਹਾਂ। ਕਈ ਵਾਰ ਮੈਂ ਵੀ ਬਹਿਸ ਕਰਦਾ ਹੈਗਾ ਕਿ 2.5 ਕਿੱਲਿਆਂ ਵਾਲੇ ਨੂੰ 1.5 ਲੱਖ ਦਾ ਫੋਨ ਰੱਖਣ ਦੀ ਕੀ ਲੋੜ ਆ, 2.5 ਕਿੱਲਿਆਂ ਵਾਲੇ ਨੂੰ ਲੋੜ ਹੈਗੀ ਹੈ 2.5 ਕਿੱਲਿਆਂ ਦੇ ਵਿੱਚੋਂ 4 ਲੱਖ ਦੀ ਆਮਦਨ ਕੱਢਣ ਦੀ, 30 ਲੱਖ ਰੁਪਏ ਦੀ ਆਮਦਨ ਕੱਢਣ ਦੀ। ਤੁਸੀਂ ਕਹੋਗੇ 2.5 ਕਿੱਲਿਆਂ 'ਚ 30 ਲੱਖ ਰੁਪਇਆ ਕਿਵੇਂ ਨਿਕਲੂਗਾ? ਨਿਕਲ ਸਕਦਾ ਜੀ, ਤੁਹਾਡੇ 'ਚ ਐਡਾ ਪੇਸ਼ਾ ਹੈ, ਤੁਹਾਡਾ ਮਾਦਾ ਹੈ ਇੰਨਾ, ਤੁਹਾਡੇ ਕੋਲ ਮਿਹਨਤ ਦਾ ਜਿਗਰਾ ਹੈ ਇੰਨਾ, ਕਰਦੇ ਆ। ਮੈਂ ਕਈ ਵਾਰ ਜਿਮੀਦਾਰਾਂ ਨੂੰ ਕਹਿੰਦਾ ਹੁੰਦਾ ਵੀ ਤੁਹਾਡੀ ਜੇਕਰ ਆਮਦਨ ਘੱਟ ਰਹੀ ਹੈਗੀ, ਆਪਾਂ ਵੈਸੇ ਵਿਸ਼ੇ ਤੋਂ ਦੂਰ ਚਲੇ ਜਾਂਦੇ ਹੈਗੇ, ਕਿਉਂਕਿ ਦਲੀਲਾਂ ਦੇ ਨਾਲ ਤੁਹਾਡੀ ਤੁਹਾਨੂੰ ਸੁਸਤੀ ਵੀ ਨਹੀਂ ਆਵੇਗੀ, ਤੁਹਾਨੂੰ ਮੁੜਕਾ ਵੀ ਨਹੀਂ ਆਵੇਗਾ, ਤੁਸੀਂ ਵਧੀਆ ਤਰੀਕੇ ਨਾਲ ਸੁਣੋਗੇ। ਮੈਂ ਕਈ ਵਾਰ ਕਹਿੰਦਾ ਹੁੰਦਾ ਕਿ ਜਿਮੀਦਾਰਾਂ ਨੂੰ ਵੀ ਤੁਹਾਡੇ ਸਿਰ ਤੋਂ ਸਾਰੀ ਸੁਸਾਇਟੀ ਚੱਲ ਰਹੀ ਆ, ਰੇਤਾ ਬਜਰੀ ਤੁਹਾਡੇ ਸਿਰ ਤੋਂ ਚੱਲ ਰਿਹਾ ਹੈਗਾ, ਡੀਜ਼ਲ ਤੁਹਾਡੇ ਸਿਰ ਤੋਂ ਚੱਲ ਰਿਹਾ ਹੈਗਾ, ਸ਼ਰਾਬ ਤੁਹਾਡੇ ਸਿਰ ਤੋਂ ਚੱਲ ਰਹੀ ਹੈਗੀ ਆ, ਆਹ ਸਿੰਮਾਂ ਤੁਸੀਂ ਇੰਟਰਨੈਟ ਯੂਜ਼ ਕਰਦੇ ਹੋ ਤੁਹਾਡੇ ਸਿਰ ਤੋਂ ਚੱਲ ਰਿਹਾ ਹੈਗਾ। 100 ਦੇ ਵਿੱਚੋਂ 75 ਬੰਦੇ ਹਿੰਦੁਸਤਾਨ 'ਚ ਖੇਤੀ ਕਰਦੇ ਆ, 150 ਕਰੋੜ ਦੀ ਆਬਾਦੀ ਹੋ ਗਈ ਆਪਣੀ, 100 ਕਰੋੜ ਤੋਂ ਉੱਪਰ ਬੰਦਾ ਖੇਤੀ ਨਾਲ ਜੁੜਿਆ ਹੋਇਆ, ਬਾਕੀ ਬੰਦੇ ਬਿਜ਼ਨਸ ਕਰਦੇ ਆ ਜਾਂ ਹੋਰ ਕੰਮ ਕਰਦੇ ਆ, ਉਹਨਾਂ ਦੇ ਉੱਤੇ ਪ੍ਰਭਾਵ ਪੈਂਦਾ। ਜਦੋਂ ਹੀ ਖੇਤੀ 'ਚ ਕੋਈ ਆਮਦਨ ਹੁੰਦੀ ਹੈ, 4 ਫਸਲਾਂ ਵੱਧ ਹੁੰਦੀਆਂ, ਮਾਰਕੀਟ 'ਚ ਤੱਤਾ ਹੋ ਜਾਂਦਾ ਕੰਮ, ਹਰ ਇੱਕ ਚੀਜ਼ ਦਾ, ਜ਼ਮੀਨਾਂ ਦੇ ਰੇਟ ਵੱਧ ਜਾਂਦੇ ਆ, ਪਲਾਟ ਮਹਿੰਗੇ ਹੋ ਜਾਂਦੇ ਆ, ਹਰ ਇੱਕ ਚੀਜ਼ ਇਨਫਲੂਐਂਸ 'ਚ ਆ ਜਾਂਦੀ ਆ। ਪਰ ਜਦੋਂ ਫਸਲ 4-5 ਸਾਲ ਨਹੀਂ ਹੁੰਦੀ ਹੈਗੀ ਤਾਂ ਮੰਦੀ ਦਾ ਦੌਰ ਆਉਣਾ ਸ਼ੁਰੂ ਹੁੰਦਾ, ਜਿਵੇਂ ਸਾਰੇ ਸੰਸਾਰ 'ਚ ਮੰਦੀ ਦੀ ਲਹਿਰ ਬਣੀ ਹੋਈ ਹੈ। ਪਰ ਇੱਕ ਵੱਡੇ ਇਕਨੋਮਿਸਟ ਨੇ ਦੱਸਿਆ ਹੈਗਾ ਕਿ ਉਹ ਲਹਿਰ ਹਿੰਦੁਸਤਾਨ 'ਤੇ ਪ੍ਰਭਾਵ ਨਹੀਂ ਪਾਵੇਗੀ,
क्योंकि इतों के लोग खेती करते हैं तो जो कुदरत मेहरबान होगी होगी वैसे क्योंकि हिंदुस्तान से पहले ही कुदरती सब तो मेहरबानी है कि जेकर दुनिया के सब तो पहला खेती हुई है तो हिंदुस्तान च हुई है तो जो हिंदुस्तान के रिसर्च हुई है तो वह सिंधु घाटी की हुई है जिसे कणक का जिक्र होया है ऋग्वेद के भी कॉटन का जिक्र होया है तो नॉर्थ इंडिया च होया है तो लाहौर के लागे होया है जिहड़ा पहला पंजाब होता सी तो आप भी उस जगह के नाल ही संबंध रखते हैं तो नरमे तो आप शायद बाहर ना जाइए गल करिए तो बहुत क्योंकि जेकर तुम सवाल नहीं पूछा है तो मैं तुम्हें पूछ लेना है फिर तुम बेइज्जती ना मनो क्योंकि आप इतने गोष्ठी कर आए हैं तुहाडे लई जे मैं समा खर्च कर रहा है तो तुम भी थोड़ा समा खर्चो ध्यान खर्चो जो बंदा ध्यान खर्चता है वह ध्यान के नाल हर एक चीज़ मिल जाती है ये साइंस भी मानती है। हम नाइट्रोजन का काम निबड़ गया जी जो तो ट्रैक्टर चलना बंद हो जाए तो छिट्टे दे नाल एक दो बार फुलां दे उपर किले अठ कनाल दे विच 20 तो 25 किलो यूरिया पाया जा सकता बहुते वीर बहाना जहा ला देंगे कि गट्टे तो घट छिट्टा ही नहीं आता है पर उन्होंने पूछना होगा भी फिर जो फलौनी कैमेड आ 7300 रुपये किलो आता वह भी लाना पेगा ज कोई होर तुम कोई कीड़े मार वरतनी भी पैसा नहीं आनी हैगी जे ये चीज़ा व्यापारिक खेती दे विच कोई भी तुसी फसल लाने है वो तुसी रख नहीं सकते उतो तुसी पैसा कमाना तो पैसा फिर कमाया जाऊ जी प्रोडक्शन ज़्यादा आऊ तो वो क्वालिटी ज़्यादा होगी। हम तुम कह रहे हो भी नरमा थोड़े पंज कराल के मैं देखा भाई पम्मा मोबाइल फड़िया हुआ जिन्होंने इन्होंने को पंजाब इक्के नरमा मैं इन्हों आइडल समझदा मेरे तो छोटा होड़ा कोई फर्क नहीं पैदा जो अपनी सीखण की बुद्धि के स्पेस ज़्यादा है ना तो फिर आप माड़िया चीज़ा डिलीट कर दें आपको सुपना भी खेती नहीं आता तो मेरे अठ कनाल मेरे खेत च मैं 7 किले नरमा ला रहा है 2021 नरमे की किताब लिखी थी तो है कि 2023 आपने झोने की किताब लिखी हैगी है पर किताब लिखण का मतलब ये नहीं है भी किसी से मैंने प्रभाव पाना है मैंने किताब बेचनी हैगी है जी मैं 50-60 लाख रुपया कमाना है मेरा मतलब सी कि मैनू मेरे प्यो च गलतियां लगियां मेरे दादे च गलतियां लगियां उही गलतियां दे टोए मेरे अगे आ गए मैं कहा भी मेरा पुत ना करे मेरा सांझी ना करे मेरा गवांडी ना करे उही गलतियां जे किसी होर खिते च मेरी भाषा नूं समझण वाला बंदा बैठा हैगा वह भी ना करे वीडियो बना के पा देनियां 1270 वीडियो पा दी आपां ने बंदे आसान गणा आते कई बार थोड़ी वीडियो देखते हैं वह भाई जी तुसीं अपनी फसल का प्रबंध सौखा कर लो मैनू असीस दे दिओ इन्नी बहुत आ तुम इतने सुन रहे हैं हो यह भी मेरे लिए माण वाली गल हैगी कि आप फसल के बारे इतने 5-7 टॉपिक होर चूज करने है जे तुम फसल का रेगूलरी प्रबंधन करना किताब लिखी गई तो रुक गई वो अखर तो हम ऐड होना नहीं है पर इतने प्लेटफॉर्म जोड़ा तुम किया हो बहुते बंदे आए भी नहीं होने तभी असं रिकॉर्ड कर रहे हैं तो बहुते बंदे सानू ऑनलाइन ही देखते हैं इंस्टाग्राम से यूट्यूब से फेसबुक से ज़्यादातर झोना नरमा से कणक सरों की यही जानकारी दें बहुते बंदे सब्जियां बारे भी पूछ लेंगे है मैं एडा दिमाग नहीं है साढ़े को रावण वाला साढ़े को एक ही सिर है तो वो असी आ 2-3 फसलों से ही लाया हुआ क्योंकि एग्रीकल्चर शब्द तो बहुत छोटा जहा है पर ये विषय बहुत ज़्यादा व्डे है मेरे नाल 50 बंद की टीम भी हो फिर भी मैं पिछे रहा दुनिया का 70,000 साइंटिस्ट लग्या होया भी जमीन का कोई मॉडल तैयार कर देंगे सारे दुनिया के चले वक्ो वक्रिया फसल छोटिया फसल व्डिया फसल दरख्तों फलदार बूटे सफल नहीं हो होंगे भी नहीं क्योंकि एक पिंड दिन 4 चुंडा होंगे उत्तर पानी सेम नहीं उत्तर रेता सेम नहीं उत्तर काम करना तरीका सेम नहीं उत्तर दरख्त सेम नहीं है उत्तर हवा क्लाइमेट कुछ भी सेम नहीं है कुदरत कदम रिश्वत नहीं लेंदी हैगी गुण आ जो रिश्वत लेंदी हो जिम्मे पटवारी को दे दें 5,000 रुपया फ्री ग्राउंड का बाद जी सरकारी फीस तो लैनी लैनी होंगी अगले ने तो रिश्वत को कुदरत को भी देने पिछे नहीं हटना सी बस कुदरती यही इस करके वह परमात्मा ने अपने को रखनी है क्योंकि परमात्मा दाता वो वंडना कुदरत भी वंडती है अपने झोलना कई बार बहुत छोटिया होंगे कई बार भी कह देते हैं साढ़े तो 8 कनाल 8 कनाल नरमा भी नहीं होंगे मैं क्या उस बंदे कदम डीजल फूकिया तो कदम समा कटिया जिसे जेडे बंद 25 क्वांटल किले का नरमा होया जिसे 17 क्वांटल किले का नरमा होया हूँ आपको 25 क्वांटल झूठ लगेगा 17 क्वांटल भी झूठ लगेगा क्योंकि इस खिते मैं देखा 58-52 5 कनाल 45 मान निकल जाए ना हथ खड़े करो 40 मान भी निकल जाए ना बिहार च 12 क्वांटल नहीं होती उन्होंने तो गापा
किन्नू जी कि लग्या हुआ किन्नू का बाग बिघे 200 क्विंटल निकल जाता 150 क्विंटल महाराष्ट्र वाले पुछो कि निकलता गप लगूगा गप उन्ना चिर ही गप की वैलिडिटी हैगी है जिन्ना चिर अपनी विवेकता दे विच वो चीज़ आई नहीं हैगी आप हंडाई नहीं पिंडे के उत्ते असी जिन्नी क गल्लां हंडाइयां मैनू लग्या भी ये चीज़ा पता होना चाहिए है जिमीदारां नूं बेस बेस तैयार हैगा तो फिर ही आप उस ते कोई काम कर सकते हैं खेत के समस्यावां हैगियां तो कोई कंपनी आके कढ दूगी ज कोई मेरे वर्गा कढ दूगा ये भुल जो तुहानू कल्ले कल्ले नूं काम करना पैणा है हाँ थोड़े खर्चे घट सकते हैं थोड़ा मैनेजमेंट सौखा हो सकता तकनीकी युग चल रहा है तकनीकी युग हुण भी 24 घंटे है पहला भी 24 घंटे सीगे ते अपने कोले विचारां दा फिल्टर नहीं है जिहड़ियां चीज़ां अपने काम दीआं नहीं हैगीआं तुसीं फेसबुक इंस्टाग्राम यूट्यूब ते पता नहीं क्या कुछ देखदे हैगे हो खेती दे वास्ते तुसीं किन्ना क समां कढ सकदे हैगे हो किसी के खेत में जाना किसी माहर नाल गल करनी मैं किसी माहर नाल गल करना 50,000 रुपया देने भी तैयार होना बस मेरे सवालों के जवाब दे दे मैं जिवें डॉक्टर जितेंद्र जी बैठे हैगे आ बराड़ साहब ये खुद खेती करते हैं एग्रीकल्चर डिपार्टमेंट जॉब करके आए हैं मेरी उन्होंने बंद थोड़ा सहचार ज़्यादा वधिया रहिंदा है जेडे खुद भी साइंटिस्ट है लोगों को खेती के दसते हैं भी ये चीज़ा किमें कर दें खुद भी खेती करता फिर उन्होंने गल के भार ज़्यादा होंगे हमेशा जेडे कोई इस तरह का वर्ग हैगा मैं किसी जात पात की गल नहीं करता किसान की कोई जात नहीं होंगी जेडे ने जमीन चो अनाज पैदा करना तो मुड़का जमीन डोलना है वह बंदा किसान ही होंदा है जेडे इदा के इंसान होंगे मैं मेरी कोशिश होंगी है हिसार के डॉक्टर जगमोहन जी को मिलया मैं PAU के डॉक्टर जतेंद्र जोधा जी को मिलया मैं होर बहुत सारे मतलब नाम किन्ने क लवा मैं जेडे खुद खेती करते हैं उन्होंने गल बड़ी वाजिब होंगी है कई बार हजम आनी अपने बहुत औखी होंगी है क्योंकि जिन्ना चिकर पिंडे नहीं हटाते खेत च नहीं हटाते उन्ना चिकर झूठ लगू खोकी लगू आप नाइट्रोजन की गल नबेड़ती जो ट्रैक्टर बारों हट जाए 2-3 स्प्रे 1.5% तो लैके 3% तक कर लो कोई प्रॉब्लम नहीं नरमे की एक खासीयत आ कि नरमे के पत्ते चौड़े होंगे ये तुम ढोली ना स्प्रे कर लो इंजन ना कर लो होम स्प्रेयर ना कर लो पत्तियां स्प्रे वधिया तरीके होंगी है तो छेती रिजल्ट आने के चांस होंगे कणक वगैरह या होर फसलों के पत्तियां का सरफस एरिया इन्ना वधिया नहीं होंदा जेकर रेतलियां जमीनों वाले खेतों के यूरिया की घाट ज़्यादा आनी हैगी जिहड़ा 60 दिन तो बाद जिन्ने भी पानी लगने है पहला टींडा बन तक मतलब 60 दिन तो लैके 90 दिन का जो सफर हैगा वो जो 2-3 पानी लगने है बरसात नहीं पैंदी हैगी बरसात के भी यूरिया पा सकते हो तो फसल के ट्रैक्टर नहीं जाता है छिट्टे ना पाओ जिहड़ा काम नरमे ने पहले 60 दिन करना सी जड़ बनानी सी जुस्सा तैयार करना सी डंडी मोटी करनी सी वाइट रूट्स बनानियां सी फॉस्फोरस की मदद लैनी सी तुसीं छिट्टे ना पाता बहाई वेले पाया नहीं 60 दिन के जाके भी तुसीं छिट्टे ना पाता तो तुहाडे कन्नियों अद्धा गट्टा जां गट्टा DAP चली गई DAP दे विच भी सिर्फ 40% वाटर सोलूबल फॉस्फोरस होंदा 50 किलो के गट्टे सिर्फ 20 किलो 30 किलो के पत्थर आ तुसीं पाया ही उन्होंने छिट्टे नाल बूटिया कोले किन्ना गया वो 5 किलो गया उन्होंने बाकी नदीना ने खाना फिक्स हो जाना पत्थर बन जाना तुहाडे लगे हुए पैसे खेत जमा हो जाते पत्थर के रूप में ये तुहाडे तों निकलने नहीं है ये 20-25 साल तो हो रहा है असी सोयल हैल्थ ते मेरा मोस्टली ध्यान होंदा है भी सोयल दे विच माड़ी चीज़ ना जाए तो मिट्टी के रूड़ी जाए वो वध सेहत बनती रहे रूड़ी भी आप गलत तरीके पाने है वेला जहाँ बाण देखा 2-3 ट्रालियां पुछ लगियां पिंड जो रूड़ियां चक्कियां ने पा लिया उन्होंने पहला पका तो लो तुम कणक पैदा करते हो सीधी कणक कोई खाता हैगा तुम छोले पैदा करते हैं सीधे कोई छोले खाता हैगा या होर बहुत सारिया चीज़ा पैदा होंगे है उबाल के खाधा जाता या आटा बना के खाधा जाता है इस तरीके रूड़ी आ रूड़ी दुनिया की सब तो पहली खाद आ जे इनू सही तरीके वरतना तो बाकी खादा घट जाएंगे अपने आप जमीन की सेहत सुधर सकती है दुनिया की हर मित्र फंगस से हर बैक्टीरिया हर मसीलोमाइसिस हर माइसीलियम रूड़ी से पल सकता है जे वो गरमैश निकली है पक्की हुई रूड़ी या गंडवा खाद आप काम निबेड़न की करते हैं काम निबड़ना नहीं है अपने दादे तो नहीं निबड़िया अपने नान्या तो नहीं निबड़िया है अपने चाचेदार तो नहीं निबड़िया है अपने तो भी नहीं निबड़िया है तो विषयों तो फिर मैं बाहर कई बार चला जाता फॉस्फोरस की गल कर लें
फॉसफोरस जिन्ना का नरमा 50 दिनों का हैगा, जे नहीं पहला पाया हैगा डी ए पी तक तो तुम बिजाई कर लो। फॉसफोरस के नाल भी यूरिया बीजा जा सकता, डी ए पी यूरिया तो पोटाश वधिया तरीके काम करना। 12-32-16 मार्केट हैगी है जिहड़ी कंपनी की मिलती है, लैके बीघे की 20-25 किलो बीज 30 किलो तक बीज बिजाई करनी, छिट्टा नहीं मार। उदू बाद गल करांगे जिंक की, पोटाश भी निबड़ गया क्योंकि पोटाश इन्हां जमीन च ज़्यादा है। मैं इस करके नरमे के उत्ते पवा दिना है पोटाश कि बी टी नरमा हुण देसी नहीं रहा, यह बी टी आ। तो पहला देसी नरमा जिहड़ा 200 दिन 180 दिन की फसल होंदी सी, वह जुस्सा बनाउंदी सी, बायोमास बहुत ज़्यादा बनाउंदी सी, ते वह फसल दे विच जड़ पहला बन जाती सी मोटी मूली वर्गी डूंगी, वह सारे तरह का तत् लेंदी सी। ते उपर बूटे को जिवें मोटर इस बिल्डिंग के उपर 1000 लीटर की टैंकी पई होवे उहनूं मोटर पानी भिजाउंदी हैगी आ, उस तरीके नाल उह जड़ थल्लों प्रैशर के नाल उहनूं भोजन पानी सारे तत् उपर पहुँचा दिंदी। 8 फुट का बूटा भी हुंदा, अजकल बी टी नरमा हैगा इन्हां दी 40 दिन तक जड़ बणदी हैगी, उस तों बाद थोड़ी बहुत जड़ बणदी हैगी आ। जिहड़ी 60 दिन तो सफ़र शुरू हुंदा, 130 दिन तक जवानी तो बुढ़ापे का सफ़र आ नरमे का, जे 7 तो लैके 30-130 दिन तक बिजाई तो लैके 150 दिन तक जाके तो नरमा पट्टन के काबिल ही हो जाना, दूजी जगाई चली जानी होनी, उदों कोई ताकत देने की लोड़ नहीं पैनी। बुढ़ेपे दे विच नहीं ताकत वाला समान खाधा जाता, जवानी दे विच ही ताकत वाला समान खाधा जाता है, फिर जूसा बनता है, फिर वह चगाठा बनता, फिर तुहाडा शरीर सही रहिंदा है। जे आपां खुराकां ही सही नाल नहीं दित्तियां हैगियां तो मच्छर मार के करांगे की आपां। खुराकां दे विच फॉसफोरस आ, दलाल घोल बनिया होया 2.5 किलो यूरिया, 2.5 किलो डी ए पी, 150 ग्राम थ्रेटेड जिंक, तिना अलग अलग घोलो, निंदरिया हुआ पानी वर्तो, शाम के समय स्प्रे करो। स्प्रे हमेशा शाम के समय कर, रात को हो जाता ज़्यादा वधिया गल है। तो सूरतगढ़ तो एक शायद फार्मर मैं उन्होंने स्नेहा लाया से आए नहीं है, तो उन्होंने को खजूर लगिया हुई 20-50 बीघे नरमा भी होता है, और रात को स्प्रे करते। मैं की गल बई, कहते रात को सारा कीट पतंगा एक्टिव होता है, थोड़ा जहा एस पी ग्रुप भी पा देंगे तो वह तो उदी मर जाता है, तो बाकी सारा तड़के उठ के फीड करना उन्हें। रात को ज़्यादा निशेषण क्रिया ज़्यादा होती है, इन्हों की सैक्स प्रक्रिया भी रात को ज़्यादा होती है। गुलाबी सुंडी का पतंगा इतने खुल के गल करा, गुलाबी सुंडी का पतंगा भी रात को 12 तो लैके 4 बजे तक उड़ता दिने नहीं, उन्हें कोई सैक्स करना है जो फीड करनी है, दिने आने भी नहीं दिता, नरमे की फसल तो बाहर भी नहीं आता, वो छटियां तो आता है, टीडिया तो आता है। पर एक साइंटिस्ट होया, उन्होंने 82-83 खोजा की है, मरण कंडे उन्होंने काफ़ी बिल मंगाया, तो उन्होंने एक चीज़ लिखी, कहते भी एवरीथिंग इज वैल एक्सप्लेन, नथिंग इज ट्रू, गॉड इज ट्रू। वो कहते भी दुनिया से कुछ भी सच नहीं है, हर एक चीज़ वधिया तरीके बस दसी हुई है, तो सच सिर्फ परमात्मा, उन्होंने ये चीज़ लिखी है। तो जे आप गुलाबी सुंडी बारे गलबात करिए, जिन्ना क मैनू जानकारी ये बारे प्राप्त हुई हैगी है, उन्होंने भी दसूँगा। पहला न्यूट्रीशन पूरा कर दीजिए, तुम लिख रहे हो तो नोट कर दो। एन पी के निबड़ गया, जिंक की गल आ गई, जिंक नरमे के बहुत ज़्यादा जरूरी है। स्किन डिसीज आपू भी जे कि कोई फलवैरी होगी ना, जे कोई मान लो अपनी बॉडी के उत्ते खराश हो रही है, तो तुम जो टूपा वगैरह लाने है तो खोल के देखो, जिंक लिखा होगा, जिंक बेसड होंगे, जिंक जिहड़ा हैगा स्किन बनाउण दे वास्ते बहुत ज़्यादा वधिया काम करता है। प्लांट दे विच भी यही काम करता है, हरापन लेके आउंदा, सारे तत् ही हरापन लेके आउंदे आ, पर उदों तक जिन्ना चाहीदा। जे मैं हुण कहां भी 100 लीटर दे विच 100-150 ग्राम थ्रेटेड जिंक पैंदा है, जां 33% वाला 300 ग्राम पैंदा है, उहदे नाल कली का पानी पैंदा है 500 ग्राम का, जां लिक्विड जिंक आउंदा है मार्केट दे विच, उह भी 150 ml 100 लीटर दे विच पैंदा है, तो इतों तक ही बूटे का हाजमा है। इस तो बाद फिर उसने साड़ा पाना शुरू कर देना, जिमें एडा वा पैलस है, ये एदा गेट बहुत छोटे आदा, गेट का जिंदा बहुत छोटा, वो जिंदे की चाबी बहुत छोटी हैगी। जिंक भी यह जी चीज़ आ भी आप कई बार उन्होंने पैलस जिनी अमाउंट कर दें, चाहिए वह चाबी जिन्ना होता। दुकानदार ने 100 ग्राम कहा, जिमीदार ने 150 ग्राम कहता, जाके अपने लेबर वाले बंदे उन्हें 200 पाता। ये आम
समस्यावां हैगियां अपने खिते दियां, इन्हां नूं किसे हरे पेन दे नाल जां किसे कानून दे नाल जां किसे डंडे दे नाल हल नहीं कीता जा सकदा। ये अपनी मानसिकता दे विच्चों जे तुसीं रिकॉर्ड बनाउण लग गए तां तुसीं इन्हां समस्यावां नूं बहुत वधिया तरीके नाल हैंडल कर लओगे। गलती एक वारी ही गलती हुंदी आ, उस तों बाद गलती नहीं हुंदी, उस तों बाद बेवकूफी हुंदी आ। नाइट्रोजन तो बाद एनपीके निबड़ गया, जिंक की गल कर रहे थे, तुहाडे टींडे दे विच बड़ेवे किन्ने बनने आ, ये जिंक ने डिसाइड करना हैगा जी, ये ब्रोन ने डिसाइड करना हैगा। तुहाडा फुल खिल रहा हैगा, उहदे विच सेक्स पार्ट बन रहे हैगे फुल दे, उहदे विच सारी खुराक शिफ्ट हो रही है। जेकर किसी तत् की कमी आउंदी हैगी आ तां जिद्दां मक्की दी छली दे दाने लगे हुंदे आ ना, कल्ले कल्ले दाने दा सैक्स हुंदा, फिर उह मक्की सिरे चढ़दी ते सारियां उहदियां लाइनां भरदियां हैगियां। इस तरीके नरमे की फुट्टी है, उहदे विच फुट्टी दे विच तिन्न तों लै के अठ बड़ेवे हो सकदे हैगे आ, चार सिकरी का नरमा हैगा तो 24 तो लैके 32 बड़ेवे हो सकते हैं। जिन्ने बड़ेवे ज़्यादा होणगे, बड़ेव्या का भार ज़्यादा होगा तो नरमे की प्रोडक्शन भी ज़्यादा रहूगी। इन इस दे लई जिंक ते सल्फर ये दो तत्त बहुत वधिया काम करते हैं। जिहड़ी जे नरमे की चिंट है जिहदे करके तुहाडा रेट लगना हैगा नरमे का, वह दो तीन चीज़ों पर निर्भर करता हैगा, जिहदे विच वैरायटी भी रोल अदा करती है, खेत का इतिहास भी रोल करता है भी तुहाडा पहला कोई फसल चक्कर बनाया होया है, तो पटाश भी बहुत वड्डा रोल अदा करती है, सल्फर भी रोल अदा करता है, सिलीकोन भी रोल अदा करता है, कैल्शियम भी रोल अदा करता है। आपां कई बार की हुंदा कि मैं देखा है जिमीदारां दे खेतां दे विच फार्मर 70-80 दिनां तक दे ला दिंदे जोर पूरा, तो जदों 90 दिन का नरमा हो जाता है वो तो फुल गुड्डी भी चल रही होंगी, वो थोड़ा जिहा उपरले पासे टूसा भी बना रहा हुंदा, उहदे विच टींडा भी बन रहा हुंदा, उहदे विच टींडा खिड़ भी रहा हुंदा 90 दिन के नरमे ते, तो वह तापमान के माड़े प्रभाव थले भी ज्यों रहा हुंदा। मतलब भादों की गर्मी कहते भी जिमें मोटर का पानी माड़ा हुंदा हैगा ते जमीन के शोरा जमा हो जाता, तो पुराने बजुर्ग कहते सी भी जे आपां भी पानी माड़ा पीने हैगे आ तां अपने शरीर दे विच भी छोरा जमा हो जाता, तो सिर्फ 12 महीने जो भादों का महीना एक इस तरीके का बनया होया जिहनूं तुसीं अद्धी जुलाई तो बाद गिणदे हो, सॉरी अद्धे अगस्त तो बाद, तां उह दे विच तुहाडे शरीर च जमा होया छोरा बाहर निकलता मुड़के दे रूप में। अजकल 2 दिन बाद मुड़का जे 3 दिन पी लिया होया हुंदा, अपने बजुर्गों ने मुड़का ही जमीनां नूं दित्ता हैगा। इस करके आपां किसान अखवाउण दे जां किसान टैग लगवाउण दे काबल होए हैगे आ, ते जमीनां नूं सांभण दे विच वी आपां कमजोर रहि रहे हैगे आ, मिट्टी दी सेहत प्रति भी कमजोर हाँ, अवेयरनैस प्रति भी कमजोर हाँ, मेहनत वाले एंगल तों पिछे हटदे जा रहे हैगे आ। ते जिंक की गल निबड़ी, 80 दिनां तक 3 स्प्रेहां कर दिओ, 50 दिन तों लै के जमीन च पाउण पाया ठीक है, घाट आ तां पा भी सकदे हो, 33% वाला 8 किलो तक पा लिया करो बहाई समें, पर इहदी भी एक अड्ड फिलोसफी हैगी है जिंक की, कि जिंक सल्फेट आ जिहड़ा वह हाई पीएच दीआं जमीनां दे विच पत्थर बन जाता है, अवेलेबल फॉर्म च नहीं आता है, तो जे बिजाई करते हैं तो ये कई बार होर चीज़ों के ना बिजाई भी नहीं होंदा। अजकल जिंक वाली सुपर आ गई, ब्रोन वाली जूपर आ गई, एक 350 का कट्टा, एक 650 का कट्टा है, उन्होंने उन्होंने जिंक ब्रोन पाता। अगे आने वाले समय के सरकार कोशिश कर रही है भी यह यूरिया भी पा लो, बहुते बंदा सुपर भी नहीं पाते हैं इन्ने कट्टे जमीनदार, यूरिया हरेक पाँगा ये जी पा लो, यदा कट्टा 400 का कट्टा। अपने आलस करके ही बहुत सारिया चीज़ा खेती के सरकारी पद्धत से गलत प्रूव हो जाएगा है, गलत गाइडलाइनस आ जाएगा है अपने वेसले बन करके, क्योंकि आप जो काम करने तो पिछा टका रहे हैं, चाहे मेहनत ना जुड़िया होया, चाहे मैनेजमेंट ना फसल के अभ्यास ना जुड़िया होया, तो उत्थे प्रॉब्लम आती हैगी। जिंक दियां 2-3 स्प्रेहां करनियां बहुत आ, खेत के सुपर बिजाई कर सकते हो, पहले पानी से सुपर बिजाई कर दो, या अजकल एक होर तुम दस दिना है जिदा समय के हिसाब ना बदलना चाहिए, पर गलत नहीं बदलना चाहिए, पॉजिटिव सही विवेक बुद्धि के नाल बदलना चाहिए। अपने साधन वड्डे हो गए, आप कारा ते शिफ्ट हो गए, पहला सैकल से बजुर्गों को उठ घोड़े से बल्द से, अज के समय के एक मशीन हैगी है जिड़ी कि नरमे की बिजाई समय खादा की बिजाई कर देती हैगी है, एको ही लाइन के नरमा बीजा जा रहा, उस लाइन के वो खाद अगले पास बिजाई करती है, नरमे का बीओ 1.5 इंच से पाँदी है, खादा वह 2 इंच से पा दी है, जो 15 दिन की जाड़ वो खाद को जाती है तो वह मिलने लग जाती है, कदम भी थोड़ा कोई भी सवान छिट्टे के रूप में पाने की जोड़ नहीं पड़ी।
ये कौन करूगा, ये थानू करना चाहिए। हाँ जी सवाल नोट करा दौ जी, मैं जो विषय से गल करनी है वह सारिया गल् मैं करने तो बाद सारे सवाल लवाना जी, है जी इन्हों को लिखा दी आ नोट कर दो सवाल, क्योंकि मैं सत्कार करता जो अगर तुम माइक लैके 20-25 मिनट बोल सकते हो तो होर भी वधिया गल हैगी है। आप विषयों के फसल दिया खुराकी तत्तों बारे गल कर रहे थे, सल्फर का काम भी निबड़ गया भी सल्फर तुहाडे खेतों में ज़्यादा हैगी है ना पाओ, सुपर पाली हो जी भी सल्फर होंगी हैगी है, तो नहीं तो 80 दिन तो लैके 100 दिन तक जो फुला का फला चल रहा हो लिक्विड सल्फर भी 2 ml प्रति लीटर के हिसाब न कर सकते, मार्केट आम ही आई है। सल्फर एक वधिया न्यूट्रीशन आ नरमे की फसल वास्ते। इस तो अलावा मैगनीशियम की गल करिए, मैगनीशियम जिहड़ियां जमीनां च शोरा हैगा, जिहड़ियां जमीनां दी ईसी बहुत ज़्यादा हैगी आ, जिहड़ियां जमीनां दे विच पीएच हाई हैगा, उत्थे मैगनीशियम पए होण दे बावजूद भी नहीं मिलता हैगा। मैगनीशियम दीआं 1-2 खादां ही आउंदियां हैगियां मार्केट दे विच, 9.5% वाला मैगनीशियम आउंदा हैगा, अगर तुसीं नहीं पाउणा हैगा तां तुसीं स्प्रे कर लो 35 दिन तो लैके 85 दिन तक 2-3 स्प्रे कर दिओ नाल यूरिया जिंक पालिओ, तुहाडी फसल दे विच मैगनीशियम की घाट नहीं आएगी, 100 ml पानी वाधू होगा। इस तो अलावा ब्रोन तत् ते जिंक तत् की महत्ता मैं एक होर दस दिया कि जो फुल मिचिया हुंदा उहदे अंदर भाग बनने शुरू हुंदे हैगे आ, जिहनूं आपां फुल गुड्डी कह दिंदे हैगे आ, तां उह जिन्नियां उहदे विच पोलन ट्यूबां खिलणगियां स्वस्थ होणगियां उहने बड़ेवें बनणे। जिहड़े नरमे दे विच उपरले पासे वैसे ही बड़ेवियां की गिणती घट हुंदी है, क्योंकि उत्थे खुराक आपां छिट्टे नाल भी पाउणी बंद कर दिंदे आ, कई बार पानी पाउणी का भी सोका लग जाता हैगा, कई बार बेमौसमी ज़्यादा तापमान भी चले जाते हैं, तो आप उपरले पासे 13-45 या होर NPK खादों का सहारा लेना भी बंद कर देने, क्योंकि अक्या बंदा हमेशा जिहड़ा हथियार उहदे कोले हुंदा चाहे शब्द है जबान है चाहे कोई हथियार हैगा वो आप दे मारदा। तुसीं भी जिहड़ी कही कहाड़ी चलाउणे हैगे उह कई बार तिखी करके आप दे मार लैंदे, क्योंकि गलती दे रूप विच उहनूं तुहानूं खमियाजा घट झार दे रूप विच भुगतना पैंदा। जे कही कहाड़ी दे नाल तुसीं कलम ते किताब भी चक्की हुंदी तां बहुत सारिया समस्यावां तुसीं खुद ही हल कर लैणियां सीगियां। तत्तां दी गल लगभग कंप्लीट हो गई, तो 13-45 कदे इह ना कि मॉडर्न क्रॉप केयर कैमिकल जिहड़ा ये खादा भी बना रहा है, 13-45 तुसीं इहनां दा वरत सकदे हो। खादा दे विच जे 13-45 वरतना तां 70 ਲੀਟਰ पानी 'ਚ किलो पैंदा, जे किसी दे नाल मिक्स करना पहली गल ते करो ना, क्योंकि जे शुगर की प्रॉब्लम आ तो डॉक्टर कहता रोटी खा के गोली खा लो, तो जो ब्लड की प्रॉब्लम आ फिर कोई डॉक्टर नहीं कहता भी विचाले गोली लेनी है, जो बाद चो कहता भी रोटी तो अद्धा घंटा घंटा बाद लो। हर एक चीज़ का एक सिस्टम आ, जो तुम खादा कला स्प्रे कर सकते हो तो नरमे के रिजल्ट ज़्यादा वधिया आउणगे। 70 ਲੀਟਰ पानी पानी है जे किसी ब्रोन जिंक मैगनीशियम ना मिक्स करना, मिक्सचर भी आ गए मार्केट के हम स्पैशल कॉटन वास्ते फोलियर स्प्रे आ गई वरत सकते हो, जे कली नूं स्प्रे करना हैगा तो 50 ਲੀਟਰ 'ਚ भी 1 ਕਿਲੋ पा सकते हो, जिन्ना पानी लाओगे उन्ना ही पा लो। कई बार की हुंदा हैगा कि 50 ਲੀਟਰ 'ਚ मैं इस करके वरजदा हैगा कि टैंपरेचर ज़्यादा चल रहा हुंदा, स्प्रे तुसीं दुपहरे करनी हुंदी आ, जदों ही तुसीं स्प्रे करती पानी वैपोरेट हो गया सारे कोले होए लूण आ, लूण ही आ 13-45 भी पोटाशियम नाइट्रेट लूण आ, तां उह बूटे दी सतह दे उत्ते जाके रुक जांदा हैगा, उहने साड़ा पैदा कर दिंदा। स्प्रे का समा हमेशा शाम समय रखो, जो बंदा भी कई बार सारा दिन मतलब धुप्पे खड़ाया हो शाम उहदा रोटी खाने जी ना करे, नरमा मिट्टी गड्ढा होया तो उस 24 घंटे एक जगह पर खड़ा रहता है, उन्हें स्ट्रैस बहुत ज़्यादा होता है, वह खुराक नहीं खाता है। जे आप दुपहरे स्प्रे करते हैं जां उस अवस्था से स्प्रे करते हैं खुशकी स्प्रे करते हैं रिजल्ट नहीं वधिया आउणगे, न बूटे का चेहरा खुश हो फिर ही खुश, खुशी वाले बंदे नूं धक्के नाल कुछ खवाया जा सकता, निराश बंदे नूं की खवाओगे। नरमे की फसल के जिहड़े टैंपरेचर हाई होण करके जिहड़े सैल वाइब्रेशन ने वो डिस्टर्ब हो जांदियां, सिल्लां दा खुलना बंद होण दा टाइम प्रभावित हो जाता, वो वास्ते सैलिसिलिक एसिड PAU ने सिफारिश किया है वरत लो, बड़ा सस्ता है मार्केट चों लिया के वरतना 10-15 ਰੁਪਈਆਂ का किले का, जे किसी कैमिकल कंपनी का वरतना है फिर 2-1.5-1.5-2 ਰੁਪਏ किले का पैना है।
पर घट्टो घट आप पता हो साल के भी किल्या 20 लाख रुपए की फसल लैनी हैगी 7 लाख रुपया खादा पानी डीजल से खर्च करना है तो 7 लाख के जिनी कुंडी ला सकते हो ला लो अपने घर रहने वैसे हो 7 लाख के 5 रुपये भी नवे ऐड करने पैंते हैं तो सोचो भी फायदा कि करेंगे कई बार आप बिना सोचे समझे भी लाने है तो इन तो अलावा जोड़ा गुलाबी सुंडी का टॉपिक आप छेड़ लेने हैं गुलाबी सुंडी एक कारण बन सकता है तो मानसिकता हैरान करने तो हैरानगी हो सकती हैगी कि उन्हें टींडे काने करते तुहाडे घर जेकर चोर आ के चोरी करके चला गया तो लपड़ लग ला के तुहाडा टींडा काना करता उन्हें बड़ेवा तुहाडा टींडे दे विचों इफेक्ट करता उस सिकरी दे थले जिहड़ी फुट्टी बन रही है वह नहीं डिवेलप होगी ऑटोमैटिक प्रैशर टींडे दे विच नहीं बनेगा खड़ाक नहीं सही होगा लेबर भी महंगा चुकेगी जे बीघे दे विचों 3 क्विंटल नरमा होया तां उहदी दिहाड़ी ते चुकाओगे इन्ना माड़ा नरमा तां उह तुहानूं बहुत महंगा पैना जिन्ने का नरमा हो जिन्ना खर्च होया उन्ने का ही उन्हें बिकना सो मैं कहना भी जिनी थोड़े को मादा मेहनत करना है प्लैनिंग करना ब्यौतबंदी का तो मादा है वो तुम 60 दिन तो लैके 130 दिन तक जोड़े हथियार थोड़े को चला लो 1-2-30 दिन तो बाद पहली चोनी दू चोनी चुगन लग जाना नरमे को जो टींडे बचे हुए तो थोड़े चुगी लाओगे तो जे टींडे ही इनफेक्ट है फिर नहीं मैं बारी बारी गल करता है कि व्यापारिक खेती है कमर्शियल फार्मिंग आ चीज़ को पैदा करके मंडी बेचना क्वालिटी भी चाहिए आ क्वांटिटी भी चाहिए आ खर्च भी तुम करते हैं पेस्टिसाइड भी तुम्हें यूज करनी पैंती है पर पेस्टिसाइड की सही डोज सही टाइम तुम्हें करनी पैनी किसी भी चीज़ का फायदा होंगे मान लो किसी चीज़ का फायदा होंगे है मान लो बदमों के नाल शरीर को फायदा होंगे है तो 5 किलो बदम खा के कह सकता भी मैं फायदा ले लूँगा वह पेट गड़बड़ हो जाना वह सारा ही सिस्टम फजल हो जाए हर एक चीज़ की कपैसिटी है पेस्टिसाइड बंदे ने बनाई है तो बंदे की बनाई हर एक चीज़ अधूरी है कुदरत ने जो बनाया है वह हर एक चीज़ संपूर्ण उसकी वैलिडिटी उसकी लाइफ बहुत ज़्यादा जरूरी है सुंडी को बंदे ने नहीं बनाया है सुंडी को कुदरत ने बनाया है ये 4 फेस है पतंग है भमक्कड़ कह दें अडल्ट कह दें आंडे आ नंगी अख ना कई बार नहीं देखते हैं सूझवान किसान टैलीस्कोप वगैरह देख लेते हैं देख के भी की करोगे आंडे बच्चे निकलने सूडी निकलनी है पहला चिट्टे रंग की होंगी फिर क्रैमिक हो जाती है फिर गुलाबी बन जाती है आपां उदों पता लगता जो गुलाबी बन जाती है उदू बाद प्यूपा सारा यह 42 दिन का सर्कल है अड्डो अड मौसम के वध घट करती रही है प्यूपा स्टेज की लंबी भी हो जाती है कई बार जो तुम नर्सरियां वढ़ के रखते हो नवंबर के दिसंबर खेत खाली करते हैं तो यह डंप के रूप में पाइया हुई छटियां जो टींडे है उन्होंने सुंडिया के प्यूपा होंगे तो जो उन्होंने सही मौसम लगता है तो वह पतंगे बाहर आ जाते हैं तो फिर खेतों के नरमे की फसल लगते नरमे के भी सोहनी फसल लभदे आ संघनी फसल लभदे आ कच्ची फसल लभदे आ तुहाडे कोले सोहनी संघनी फसल हैगी आ तां निरली गल नरमे की फसल के जिनी विरली गल इत्थे 4 पड़ का नरमा लगता कि 3 का लगता दस्सिओ 4 पड़ का नरमा लगता है भी 5 कनालां के बीज कितना पाउणे आ तुसीं 1.5 पैकेट 1.5 पैकेट के जे आपां काउंट मारीए ना तो 11,000 बूटा बनता है वो 10,000 भी जो उतर आएगा ना 10,000 उतर तो बाद भी सीधर सूधर मार के या होर कुछ हो के जो 9,000 भी नेपरे चढ़ जाता है तो जो 20 ग्राम भी चलो 30 ग्राम ला लो एक बूटे तो 30 ग्राम नरमा भी आता है फिर 3 क्विंटल नरमा बनता नरमे की फसल बीघे के हिसाब न जे आप पालीए पोछिए सामभ के खर्च करिए चगाइए तो 3 क्विंटल नरमे के पैसे बनाओ 21,000 रुपया बनता और 15-17,000 ना फसल पालनी है अज के टाइम 5,000 ना कणक पालनी है बीघे की मतलब 3 क्विंटल नरमा तो थोड़े सिर्फ थोड़ू ज्यौदे रहने लिए चाहिए जे तुसी बीघे के 5 क्विंटल लेके जाना वह भी बच जूगा 6 वाला भी बच जू 7 वाला भी बच जू 8 वाला भी बच जू भाई पंबा बैठा इन्हों
8 ਕੁਇੰਟਲ ਵੀ ਹੋਇਆ ਹੈਗਾ। ਇੱਕ ਬਾਈ ਸੁਨੀਲ ਜੀ ਨੂੰ ਐਂ ਲਾਇਆ ਸੀ ਮੈਸੇਜ, ਉਹਨਾਂ ਕੋਲ ਵੀ ਚੰਗੀ ਖੇਤੀ ਹੁੰਦੀ ਆ, ਉਹਨਾਂ ਦਾ 9 ਕੁਇੰਟਲ ਹੋਇਆ ਪਿਛਲੀ ਵਾਰ। ਤਾਂ ਉਹਨਾਂ ਫਾਰਮਰਾਂ ਤੋਂ ਕੁਝ ਸਿੱਖਣ ਦੀ ਲੋੜ ਹੈਗੀ ਆ। ਜੇ ਤੁਸੀਂ ਇਕੱਲੀਆਂ ਤੇਲੇ ਵਾਲੀਆਂ ਸਪਰੇਹਾਂ 'ਤੇ ਨਿਰਭਰ ਰਹਿ ਗਏ ਅਤੇ ਖੁਰਾਕੀ ਤੱਤ ਪੂਰੇ ਨਹੀਂ ਕੀਤੇ ਹੈਗੇ, ਲਾਂਭਾ ਜਿਹਨੂੰ ਮਰਜ਼ੀ ਦੇ ਦਿਓ, ਨੁਕਸਾਨ ਤੁਹਾਡਾ ਹੋਇਆ। ਅਤੇ ਜੇ ਤੁਸੀਂ ਫਸਲ ਕੱਢ ਗਏ ਫਿਰ ਭਾਵਾਂ ਕਿਸੇ ਨੂੰ ਦੱਸਿਓ ਵੀ ਨਾ ਵੀ ਅਸੀਂ ਫਸਲ ਕੱਢ ਲਈ, ਪੈਸੇ ਤੁਹਾਡੇ ਹੀ ਹੋਣੇ। ਗੁਲਾਬੀ ਸੁੰਡੀ ਬਾਰੇ ਗੱਲਬਾਤ ਕਰ ਰਹੇ ਹਾਂ। ਚਾਰ ਸਟੇਜਾਂ ਦੇ ਵਿੱਚੋਂ ਇੱਕ ਜ਼ਿਆਦਾ ਖਤਰਨਾਕ ਆ, ਬਾਕੀ ਤਿੰਨ ਕੁਛ ਨਹੀਂ ਕਹਿੰਦੀਆਂ ਆਪਾਂ ਨੂੰ, ਪਰ ਸਰਕਲ ਦੇ ਵਿੱਚ ਯੋਗਦਾਨ ਚਾਰੇ ਹੀ ਪਾਉਂਦਾ। ਪਤੰਗਾ ਹੈਗਾ ਉਮਰ 2 ਹਫ਼ਤੇ ਆ ਵੱਧੋ ਵੱਧ, ਹਵਾ ਹਨੇਰੀਆਂ ਪੂਰਾ ਚੱਲਦਾ ਹੈਗਾ ਜਾਂ ਪੱਛਮ ਦੀ ਹਵਾ ਚੱਲਦੀ ਹੈਗੀ ਆ, ਖੁਸ਼ਕੀ ਦੇ ਵਿੱਚ ਇਹ ਜ਼ਿਆਦਾ ਮਰ ਜਾਂਦਾ ਹੈਗਾ। ਤਰੌਤੀ ਦੇ ਵਿੱਚ ਪੂਰੇ ਦੀ ਹਵਾ ਜਾਂ ਉੱਤਰ ਦੀ ਹਵਾ ਚੱਲਦੀ ਹੈਗੀ ਆ, ਤਾਂ ਇਹ ਨਰਮੇ ਨੂੰ ਬਹੁਤ ਵਧੀਆ ਫੀਡ ਕਰਦਾ ਹੈਗਾ ਅਤੇ ਮਾਦਾ ਸਮੈਲ ਛੱਡਦੀ ਹੈਗੀ ਹੈ, ਨਰ ਉਹਦੇ ਕੋਲ ਆਉਂਦਾ ਸੈਕਸ ਕਰਦੇ ਆ ਅਤੇ ਮਾਦਾ ਇੰਨੀ ਕੁ ਜ਼ਿਆਦਾ ਸ਼ਾਤਰ ਆ ਵੀ ਉਹ ਚਾਂਸ ਇਹ ਸੋਚਦੀ ਆ ਵੀ ਜੇ ਨਰਮਾ ਲੱਗਿਆ ਹੋਇਆ ਤਾਂ ਹੋਰ ਫਸਲ 'ਤੇ ਨਹੀਂ ਜਾਣਾ, ਅਤੇ ਜੇ ਨਰਮੇ ਦੇ ਵਿੱਚ ਫੁੱਲ ਨਹੀਂ ਹੈਗਾ ਤਾਂ ਫੁੱਲ ਗੁੱਡੀ ਆ, ਫੁੱਲ ਗੁੱਡੀ 'ਚ ਟੀਂਡੇ ਦਿਓ, ਅਤੇ ਜੇ ਫੁੱਲ ਵੀ ਲੱਗਿਆ ਹੋਇਆ ਫੁੱਲ 'ਚ ਉਹਦੇ ਆਂਡੇ ਜਾਣਗੇ। ਜੇ ਫੁੱਲ ਮੰਨ ਲਓ ਖਤਮ ਹੋਣ ਦੇ ਕੱਢੇ ਦੇ ਆ 100 ਦਿਨ ਦਾ ਕਈ ਵਾਰੀ ਨਰਮਾ ਹੁੰਦਾ ਹੈਗਾ, ਤਾਂ ਫਿਰ ਟੀਂਡੇ ਦੀ ਪੰਖੜੀ 'ਚ ਵੀ ਜਾ ਕੇ ਦੇ ਸਕਦੀ ਆਂਡੇ, ਇੰਨੀ ਸ਼ਾਤਰ ਆ, ਇੰਨਾ ਉਹਨੂੰ ਸਦਗੁਰੀ ਬਖਸ਼ੀ ਹੋਈ ਆ ਪਰਮਾਤਮਾ ਨੇ। ਉਹ ਕਿਸੇ ਸਕੂਲ 'ਚ ਨਹੀਂ ਗਈ, ਕਿਸੇ ਹਸਪਤਾਲ 'ਚ ਨਹੀਂ ਗਈ, ਉਹਨੂੰ ਵੀ ਆਪਣੇ ਬੱਚਿਆਂ ਨੂੰ ਸੰਭਾਲਣਾ ਆਉਂਦਾ ਹੈਗਾ। ਮਤਲਬ ਪਰਮਾਤਮਾ ਨੇ ਇਨਸਾਨ ਦਿਮਾਗ ਅਤੇ ਜਿਹੜਾ ਸ਼ੈਤਾਨੀ ਹਿੱਸਾ ਹੈਗਾ ਉਹਨੂੰ ਕੰਟਰੋਲ ਕਰਨ ਲਈ ਹਰ ਇੱਕ ਚੀਜ਼ ਕੁਦਰਤੀ ਆਪਣੇ ਹਿਸਾਬ ਦੇ ਨਾਲ ਵਰਤੀ ਹੋਈ ਹੈ। ਜੀਵ ਤਾਂ ਛੋਟਾ ਜਿਹਾ, ਉਹਨੇ 50,000 ਸਾਇੰਟਿਸਟਾਂ ਨੂੰ ਵਾਹਣੀ ਪਾਇਆ ਹੋਇਆ। ਤੁਸੀਂ ਦਵਾਈ ਲੱਭਦੇ ਫਿਰਦੇ ਹੋ ਵੀ ਕੋਈ ਸੁੰਡੀ ਵਾਲੀ ਮਾਰ ਦਵਾਈ ਮਿਲ ਜਾਵੇ, ਉਹ ਸੁੰਡੀ ਟੀਂਡੇ ਦੇ ਵਿੱਚ ਹੀ ਚਲੀ ਗਈ, ਉਹਨੂੰ ਮਾਰੋ ਚਾਹੇ ਛੱਡੋ। ਕੋਈ ਚੋਰ ਤੁਹਾਡੇ ਘਰ ਹਥਿਆਰ ਲੈ ਕੇ ਆ ਗਿਆ, ਉਹਨੇ ਤੁਹਾਡੇ ਕਿਸੇ ਬੰਦੇ ਦਾ ਨੁਕਸਾਨ ਕਰਤਾ, ਉਹਨੂੰ ਮਾਰੋ ਚਾਹੇ ਛੱਡੋ, ਕੀ ਕਰੋਗੇ? ਆਪਣੀ ਫਸਲ ਦੇ ਵਿੱਚ ਪੱਤਾ ਵੀ ਜ਼ਰੂਰੀ ਆ, ਟੀਂਡਾ ਵੀ ਜ਼ਰੂਰੀ ਆ, ਟੀਂਡੇ ਦੇ ਵਿੱਚ ਭਾਰ ਵੀ ਜ਼ਰੂਰੀ ਆ। ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕਿ ਜੇ ਵੀਘੇ ਦੇ ਵਿੱਚ 1.5 ਪੈਟ ਪਾਉਣੇ ਹੈਗੇ ਹੋ ਤਾਂ 9,000 ਬੂਟਾ ਲੱਗਦਾ ਹੈਗਾ, ਤਾਂ ਇੱਕ ਟੀਂਡੇ ਦੇ ਵਿੱਚੋਂ ਜੇ ਤੁਹਾਡੀ 2 ਗ੍ਰਾਮ ਦੀ ਰੂੰ ਆ ਜਾਂਦੀ ਹੈਗੀ ਆ, 50 ਟੀਂਡੇ ਵੀ ਐਵਰੇਜ ਆ ਜਾਂਦੇ ਹੈਗੇ ਆ, ਤਾਂ ਵੀ ਤੁਸੀਂ 3 ਕੁਇੰਟਲ ਤੋਂ ਉੱਪਰ ਟੱਪੋਗੇ, ਤੁਹਾਡੇ ਖਰਚੇ ਪੂਰੇ ਹੋ ਜਾਣਗੇ, ਮਤਲਬ ਰਿਸਕ ਫਰੀ ਹੋ ਸਕਦੇ ਹੈਗੇ। ਜੇ ਸੁੰਡੀ ਨੂੰ ਕੰਟਰੋਲ ਕਰਨ ਦੀ ਗੱਲ ਕਰੀਏ, ਅੱਖਾਂ ਦੇ ਨਾਲ ਇਹਦਾ ਪਤੰਗਾ ਸਿਰਫ ਰਾਤ ਨੂੰ ਦੇ ਸਕਦਾ, ਨੀਲੇ ਰੰਗ ਦੀ ਲਾਈਟ ਮਾਰ ਕੇ ਦੇਖ ਲਿਓ, ਰਾਤ ਦੇ ਸਮੇਂ 12 ਵਜੇ ਤੋਂ ਲੈ ਕੇ 4 ਵਜੇ ਤੱਕ ਇਹ ਤੁਹਾਨੂੰ ਖੇਤਾਂ ਦੇ ਵਿੱਚ ਉੱਡਦਾ ਹੋਇਆ ਆਮ ਦਿਖਾਈ ਦੇਊਗਾ, ਜਦੋਂ ਨਰਮੇ ਦੀ ਫਸਲ ਗੋਡੇ ਗੋਡੇ ਤੋਂ ਉੱਪਰ ਹੋ ਜਾਂਦੀ ਹੈ। ਪਰ ਇਹ ਕੰਮ ਆਪਾਂ ਨਹੀਂ ਕਰਨਾ ਹੈਗਾ, ਕਿਉਂ ਕਰੀਏ? ਆਪਾਂ ਦੇਖਣ ਥੋੜ੍ਹੀ ਜਾਣਾ ਹੈਗਾ, ਆਪਾਂ ਉਹਨੂੰ ਕੈਦ ਕਰਨਾ, ਕੈਦ ਕਰਕੇ ਗਿਣ ਲਾਂਗੇ, ਸਪਰੇਅ ਕਰਨ ਦਾ ਫੈਸਲਾ ਲੈ ਲਾਂਗੇ। ਕੈਦ ਕਰਨ ਦੇ ਲਈ ਫੈਰੋਮੈਨ ਟ੍ਰੈਪ ਹੈਗੇ ਆ ਕਿ ਜਿਹੜਾ ਨਰ ਆ ਉਹ ਮਾਦੇ ਵੱਲ ਅਟਰੈਕਟ ਹੁੰਦਾ ਹੈਗਾ ਅਤੇ ਜਿਹੜਾ ਮਾਦਾ ਹੈਗਾ ਉਹ ਸਮੈਲ ਛੱਡਦਾ ਹੈਗਾ। ਸਾਇੰਸ ਨੇ ਥੋੜ੍ਹੀ ਜਿਹੀ ਖੋਜ ਕੀਤੀ, ਵਿਗਿਆਨੀਆਂ ਨੂੰ ਪਰਮਾਤਮਾ ਨੇ ਵਿਵੇਕ ਬੁੱਧੀ ਬਖਸ਼ੀ, ਉਹਨਾਂ ਨੇ ਫੈਰੋਮੈਨ ਡਿਊਡ ਹੈਗਾ ਜਿਹੜਾ ਉਹ ਤਿਆਰ ਕਰਤਾ, ਅਤੇ ਉਹ ਜਿਹੜਾ ਤੁਸੀਂ ਆਪਣੇ ਖੇਤ ਦੇ ਵਿੱਚ ਲਾਉਣੇ ਹੋ, ਵੀਘੇ 'ਚ 2 ਲਾ ਲਓ, ਕਿੱਲੇ 'ਚ 3 ਲਾ ਲਓ, ਅਤੇ ਉਹਦੇ ਨਾਲ ਰਾਤ ਨੂੰ ਜਿਹੜੇ ਬੰਬਕਣ ਘੁੰਮਣਗੇ ਉਹਨਾਂ ਨੂੰ ਥੋੜ੍ਹੀ ਪਜਨੈਸ ਹੋਊਗੀ, ਉਹ ਗਲਤ ਤਰੀਕੇ ਦੇ ਨਾਲ ਆਊਗਾ, ਜਿਹੜੇ ਨਰ ਹੈਗੇ ਆ ਉਹਦੇ ਵਿੱਚ ਆ ਕੇ ਫਸ ਜਾਣਗੇ। ਉਹਦੇ ਵਿੱਚ ਲੈਮਡਾ SP ਪਾਊਡਰ ਲੱਗਿਆ ਹੁੰਦਾ, ਉਹਨਾਂ ਨੇ ਮਰ ਜਾਣਾ ਹੈਗਾ ਜਾਂ ਕੈਦ ਹੋ ਜਾਣਾ ਹੈਗਾ। ਜੇਕਰ ਜ਼ਿਆਦਾ ਮਾਤਰਾ 'ਚ ਆ ਰਹੇ ਆ ਤਾਂ ਤਿਆਰ ਹੋ ਜਾਓ, ਵੀ 15-20 ਦਿਨਾਂ 'ਚ ਸਾਰੇ ਟਿੰਡਾਂ 'ਚ ਸੁੰਡੀ ਮਿਲਣੀ ਹੈ, ਜ਼ਿਆਦਾ ਆ ਰਹੇ ਆ। ਫਿਰ ਰੌਲਾ ਪਾਵਾਂਗੇ, ਫਿਰ ਧਰਨਾ ਲਾਵਾਂਗੇ, ਫਿਰ ਕਿਸੇ ਕੰਪਨੀ ਵੱਲ ਨੂੰ ਪੁੱਛਾਂਗੇ, ਉਹਦੀ ਬਾਂਹ ਮਰੋੜਾਂਗੇ, ਕੋਈ ਫਾਇਦਾ ਨਹੀਂ ਹੈਗਾ, ਤਿਆਰੀ ਆਪਣੀ ਹੋਣੀ ਚਾਹੀਦੀ ਹੈ। ਜੇ ਇੰਡੀਆ ਇੱਕ ਇਸ ਤਰ੍ਹਾਂ ਦੀ ਕੰਟਰੀ ਹੈਗੀ ਹੈ ਪੂਰੇ ਵਰਲਡ ਦੇ ਵਿੱਚ ਕਿ ਇਹਦਾ ਬਹੁਤ ਸਾਰਾ ਸਿਸਟਮ ਖੇਤੀ ਦੇ ਆਧਾਰਿਤ ਹੈਗਾ। ਇੰਡੀਆ ਦੇ ਕਿਸਾਨ ਜੇ ਖੇਤੀ ਤੋਂ ਪੈਸਾ ਕਮਾ ਲੈਣ ਤਾਂ ਦੁਨੀਆ ਦੀ ਸਭ ਤੋਂ ਵੱਧ ਇਕੋਨਮੀ ਸਟਰੋਂਗ ਇੰਡੀਆ ਦੀ ਹੋਊਗੀ। USA ਦੇ ਵਿੱਚ ਦੇਖੋ ਨਾ ਮਾੜੀ ਜੀ ਖੇਤੀ ਕਿੰਨੀ ਹੁੰਦੀ ਹੈਗੀ ਆ, ਸਾਰੀ ਦੁਨੀਆ ਨੂੰ ਡਾਲਰ ਦੇ ਪਿੱਛੇ ਲਾਇਆ ਹੋਇਆ, ਰੁਪਈਆ ਪਿੱਛੇ ਫੇਰ ਲਾ ਸਕਦਾ ਹੈਗਾ। ਜੇ ਇੱਥੋਂ ਦੇ ਕਿਸਾਨਾਂ ਨੂੰ ਪੈਸਾ ਕਮਾਉਣਾ ਆ ਜਾਏ ਜ਼ਮੀਨ ਦੇ ਵਿੱਚ, ਉਹਦੇ ਕਮਾਉਣ ਤੋਂ ਬਾਅਦ ਸਾਹਮਣਾ ਆ ਜਾਏ। ਅਸੀਂ ਮੁਕਤਸਰ ਦੇ ਫਾਰਮਰ ਦੇ ਵਿੱਚ ਬੈਠੇ ਸੀਗੇ, ਉਹ ਕਹਿੰਦੇ ਬਾਈ ਜੀ ਤੁਸੀਂ ਕਿਤਾਬ ਦੇ ਵਿੱਚ ਇੱਕ ਚੈਪਟਰ ਐਡ ਨਹੀਂ ਕੀਤਾ। ਮੈਂ ਕਿਹਾ ਜੀ ਕੀ ਗੱਲ, ਦੱਸੋ ਜੀ ਤੁਹਾਡਾ ਸੁਝਾਅ ਸਿਰ ਮੱਥੇ, ਸਭ ਸੁਲਝੇ ਹੋਏ ਫਾਰਮਰ ਸੀਗੇ। ਉਹ ਕਹਿੰਦੇ ਬਾਈ ਜੀ ਖੇਤੀ 'ਚ ਪੈਸਾ ਕਮਾਉਣਾ ਇੱਕ ਜ਼ਰੂਰਤ ਬਣ ਚੁੱਕੀ ਹੈਗੀ ਆ, ਖੇਤੀ ਇੱਕ ਬਿਜ਼ਨਸ ਆ, ਵਪਾਰਕ ਖੇਤੀ ਹੈਗੀ ਆ,
पर कल्ले पैसे दे नाल भी सारे मसले हल नहीं होंगे है जी। आप मिट्टी की सेहत खराब करी चलेंगे, मैं कहा चैप्टर है, कहना मैं गल कुछ होर जाना चाहना, मैं दसो जी थोड़ा सिर मत्ते, कहना पैसा कमा के खेती के सामना किमें, देश की तरक्की योगदान किमें पाना, आप प्लेटा के जोड़ा भोजन पैदा है, हर एक वर्ग का बंदा खाना खा के सौंदा है, मोबाइल तो नहीं खा सकता, वो गड्डी थोड़े को चंकी हो सकती है, फोन चंगा हो सकता, उन्ना चेर ये दोनों चंगे लगने है, जो शाम को ढिड भरया हो बच्चे थोड़े को ढिड भर के सौते हैं, तो यह जिम्मेदारी किसानों के कोल आ, तो जे किसानों ने एड्डी वड्डी जिम्मेदारी चुकी हुई है भी किसी वो प्रधानमंत्री के मूहरे भी वो आपकी गल कहण की हिम्मत रखते हैं, कुदरत भी चपेड़ा सह जाते हैं, पांच बार खेती नहीं होती, छेवीं बार भी वह जमीन के बीज पाने का वादा रखते हैं, तो उन्होंने सल्यूट बनता, ये काम कोई छोटा नहीं है, जे वह आपका योगदान देश को अगे ले जाने भी पा सकते हैं, तो तुम वह भी चैप्टर लिखो, मैं जरूर लिखा। अगली किताब अपनी सब्जियां तो फ्रूट प्लांट्स से आ रही है, जेडे आप सारे जिमीदार क्लास के इतने बंदे बैठे है, आप मुल लेके खाने है वो तो आ रही, तो इस विषय तो मैं ना उल्टा गुलाबी सुंडी का जोड़ा ज़्यादा व्डा हमला हैगा वो अगेते नरमे से शुरू होया ही होया, कि मौसम के इन्हें बदना फुदना है, जोड़ा मौसम सिला तो गिला होया उस मौसम के मक्कड़ ने बहुत ज़्यादा एग लेइंग करती हैं, 150 तो लैके 200 आटा दे सकता, तो 200 आंडे के बीचों जो 20-25 भी सूडियां वढ़ के टींडे च वड़ जाए तो 50 टींडे लगने होंगे एक बूटे को भारे, जिहड़ा थले 4 फुट के फ्रूट सैट हो रहा हमेशा भारा हों, उपरले पासे वाले जोड़े टींडे होंगे हमेशा घट छोटे घट भार के घट बड़ेवें वाले होंगे, उन्होंने थल्यों खुराक भेजन के बहुत ज़्यादा समा लगता है, बूटे को मात्रा उन्नी नहीं जा पाती हैगी, मात्रा तो जाऊगी या जड़ मोटी होगी, जड़ वेले आप खेत गए नहीं है, समान वो पाना से जोड़ा पाया ही नहीं है, तो उपरले पासे स्परेहां भी तुम पहल देनी है, 80 दिन तो बाद जो भी पूरे फुल चल रहे हो, 1-13 जी में बंदा जो डंगा लैना नहीं, 4 तो घट्टो घरों करो, जे किसी के वधिया खेत है बिरला नरमा किया हो 5 स्परेहां करो, कोई चक्कर नहीं है, 2 किलो 100 लीटर पानी जो कली करनी है, जो किसी के नाल मिक्स करनी है तो 1.5 किलो 100 लीटर गुलाबी सुंडी दे वास्ते स्परेहां की गल करते हैं, रिकमेंडेशन की हुई है प्रोफेनोबॉस की रिकमेंडेशन हुई है, प्रोक्लेम की एमएमएक्न बेंजोएट की रिकमेंडेशन हुई है, स्पाइन टॉर्म की भी रिकमेंडेशन पहला हुई थी बाद फिर पता नहीं घट वट जी दी, किसी होर टैक्नीकल की गुलाबी सुंडी नू लारवा स्टेज दे विच जेकर कोई पेस्टिसाइड मार दिया टींडे च बैठी हुई नू तो वह सिर्फ लारवे ना उहदी प्रोडक्शन बनता, वो गैस वेस्ट आ, जे तुहानू कितों मिल भी गई तो सम टाइम तुसीं उहदे नाल नुकसान कर लो, सम टाइम जिवें डाइफेंथ्रोन, मैं नाम तो नहीं लवांगा दवाई तो आप ही समझ जाओगे, खुश्की दे विच तेले मार स्प्रे हो जाए तो कई बार नरमे ते माड़ा प्रभाव पा, सो जिहड़े इह एक इस तरह के हथियार है पेस्टिसाइड के चाहे हारमोन आ चाहे ग्रोथ प्रमोटर आ खादा छड के चाहे पेस्टिसाइड कीड़े मार दवाइया है कि यह अणजाण के हाथ में चलिया जा नुकसान कर दया है, जानकर के हाथ में चलिया जा सही डोज सही टाइम पर हो जाए तो कम कर जाने, जिमें एक अणजाण बंदे के हाथ में उही चाकू हो वो आपने भी मार सकता किसी ने भी मार सकता, जो डॉक्टर के हाथ में होपरेशन करेगा वो कोई बंदे की जान बचाने वाला काम करूगा, स्परेहां जिहड़ियां हैगियां इन्हां सही तरीके वरतना अज्जे समय की लोड़ बन चुकी है, जिवें मैं कह रहा कि बहुत देशों के DAP तत् बैन डाइमोनियम फॉसफेट अपने देश सबसिडी तुहानूं मिल रहा है वधिया गल आ, पाकिस्तान च DAP की बोरी 9600 रुपए की है, वो लुको के रखते हैं जी ले जाओ, वो 2-2.5 किलो 3-4 बारी स्प्रे करके डंगा ला रहे हैं, तुम 25 थान 50-50 किलो पाई जाते हो, DAP वाला जिंक वाला काम DAP ने नहीं करना है, मिट्टी के व्यापारिक खेती कर रहे हो फसल बना के बेचनी हैगी है, तो खादा संतुलन तुहानूं रखना बहुत ज़्यादा जरूरी है, जे खादा का संतुलन बिगड़ता है मिट्टी की दुर्दशा होगी, जिवें मैं कहा कि ऑरगैनिक कार्बन का मैंने मैटर लिखा हुआ वो किताब के तुहाडे विच जिदा ब्लड है बूटे दे विच सैल सैप हुंदा है जमीन दे विच ऑरगैनिक मैटर हुंदा, जे वो कित्थों बनता है वो रूड़ी तो बनता, वो खादा तो बनता, खादा तो नहीं सारी कुदरती खादा तो बनता, गंडोआ खाद हो रही कोई किसी नरमे दी छटियां विच पाउणे हैगे पराली पाउणे हैगे जां कोई पोल्ट्री वेस्टेज पाउणे हैगे
वह फिर बनता है। वह जो थोड़ी जमीन के तीन पॉइंट तीन तो भी थले चल रहा है तो फिर तुम कि सेहत मानते हैं जोड़े बंद जो तीन ग्राम खून पहलवानी कराई जा सकती है। वह डॉक्टर कहना तू डांस खेडन भी ना जा, तू पहला खुराक लै पांच सत्त ग्राम खून कर फिर तोरा फेरा करी तो फिर जा तेरे खून की बोतल लगू। जे कई बार वह एमरजेंसी के इलाज करवाना भी पै जाए इस तरह जे बंद जो दो ढाई तीन ग्राम खून हो डॉक्टर वह कहता कि फैमिली मैंबर सदला दिया सैन करते एक कोरे कागज से असं ये लिख दें है भी ताकत टीका लाने लगे हाँ कि सानू नहीं पता भी ये लगन तो बाद सही काम करूगा कि गलत मर भी सकता बच भी सकता किस्मत जमीन के पॉइंट तीन तो थले ऑरगैनिक कार्बन चल रही है ताकत समान पा के भी कई बार फसल मार दें। जमीन बोलती तो है पर आप सुनती नहीं हैगी, इशारे भी करती आप दिखती नहीं हैगी। कई भी मिट्टी टैस्ट नहीं कराते हैं, मिट्टी टैस्ट ना कराओ थोनू माफ किया। नरमे के एक किले के पंद्रह क बूटे मक्की के बीज लिया करो, मक्की का बूटा यह जहाँ भी जो खेत की एम आर आई कर दिता किड़े तत्तों की घाट आ जे उ मक्की पांच फुट तो वध होगी तो चार तत्त पूरे आ जोड़े बेसिक आ। जे मक्की लाल पीली हो गई छिंब पै गए धारियां बन गई समझ लो जमीन नुकसान ज है, कोई बाली चंकी नहीं है। गल्ला मैं थोड़े नाल इस करके ठेठ पास करता है कि खुद भी जिमीदार हाँ, दादे परदादे ने भी खेती की हैगी है। चलो मैं इंजीनियर सीगा एक साल लिए मैं नौकरी कर ली तो उस मैं भी लग्या भी खेती तो वधिया काम कोई हो नहीं सकता है तो जे खेती वाले बंद की गिणती ज्यादा आते फिर वो बहुत बड़ा योगदान पाते जि दुनिया को जिंदा रखने लिए भी तो देश में देश की तरक्की भी वह बहुत बड़ा योगदान पाते। इस करके इस काम को सिलेक्ट किया बाई जी वर्गों को साडा मैटर आया होया पंजाबी किताबा भी थोड़ी है हिंदी किताबा नरमे दिना को रखिया हुई इतने जो मैं थोड़ा ज़्यादा समा लेंदा है तो तुम्हें बहुत सारिया चीज़ा हाजम नहीं आनी है क्योंकि पहला भी बोल के हटा कि डेढ़ दो घंटे तुम पहले बैठे है आराम के सुन रहे हैं तो मैं लंबा नहीं बोलना मैं टू द पॉइंट गल करा। मैं सत्त विषय से गल करनी थी तीन नबेड़ दे उस तो बाद आ गया जी टूसे तोड़ने कि ज़्यादा जरूरी है। देखो ये हारमोन भी काम करता है जादूगर जी पहला जो रिकमेंड किया है फ्रूट सैटिंग बढ़ा जे खुराक ही बूटे को पूरी ना पचाई तो ज़्यादा टीले ला के भार नहीं बनना है खुराक पचाई जरूरी आ। जे पहलवानी लई किसी खाड़े के जाके थापी मारनी है तो तीन साल मुड़का जमीन पर हर रोज बोलना पौ फिर जाके कंपीटिशन के हिस्सा ले सकते हो फिर ताकत परखण का मौका मिलेगा। तुम बूटे के उत्ते 400 टीडा ला गया अद्धे ग्राम तो घट भार आ गया टीडे नहीं टीडिया लग गई लेबर को कहना चूडिया छटी जा चूना नहीं क्वालिटी नहीं वधिया आनी मंडी रेट नहीं वधिया लगना है रूम की क्वालिटी वधिया नहीं बननी हैगी स्टैपल वधिया नहीं बनना रूम का। तो जिन्हें भी इस तरह के हारमोन है नरमे नूं विरला कर लो लोड़ों वध कदे भी यूरिया वरतना नहीं है 70 दिन तो बाद स्प्रेहां के रूप में ही वरतना है यूरिया। जो तुम रेतली जमीन च बैठे हो दरम्यानी जमीन च बैठे हो नहरी पानी का उत्थे लगना घट हुंदा है तो तुम 20-25 किलो यूरिया पहला टीडा खिड़ने वेले भी दे सकते हो। खास आम तौर पर यूनिवर्सिटियां कहदियां हैगियां कि फुल लाउण तो पहला तो फुल लाउण तो बाद फार्मूला सिर्फ भारियां जमीनां लई चलता जिथे लाल मिट्टियां उत्थे बहुत सारे तत्त हुंदे आ फेरोक्साइड हुंदा उत्थे बूटा बायोमास बहुत वधिया तरीके नाल तैयार कर लैंदा पर जिहड़ियां जमीनां दे विच रेतला पाणा उत्थे कोई भी तत्त बूटे नूं लंबा समां नहीं मिलदा उत्थे सेक पड़सेक भी जड़ां दे विच जांदा जदों मिट्टी दा टैंपरेचर वधदा हैगा तां बूटे दी खुराक ब्लॉक हो जांदी हैगी आ। तो तुम यूमिक एसिड स्प्रे करते हो जां कोई कोबाल्ट क्लोराइड स्प्रे करते हैं वो भी एमरजेंसी के वरतन वाली चीज़ होंगी है जी 100 लीटर के एक ग्राम पैंती है इन्नी वो भी तुम 5 ग्राम पा दें 10 ग्राम पा दें बिना तोले मिले पा दें कई बार तुम्हें फ्री मिल जाता कोबाल्ट क्लोराइड बिल्टिंग से काम करता है पैराबिल्ट से जो तुम कई बार दोपहर के समय पानी लाने तो खुराक की कमी होने करके बूटिया दड़ा के जो गर्म पानी जाता है तो बूटे खड़े खड़ोते ही कमला के सुक जाते हैं उन्हों की रिकवरी के लिए कोबाल्ट क्लोराइड कमेंडेड आ 1% नहीं है वो 0.1% भी नहीं है वो 1 ग्राम 100 लीटर दे गलू याद रख लो जो कि फ्री मिल गया तो वध पा के ना बूटे खराब कर लो। इस तो अलावा जी परूनिंग आसे तोड़ने जानदार जमीना के जो ही नरमा तो 5 फुट चला गया तो तोड़ सकते हो
एक दादा लाट तकनीक हैगी आ, महाराष्ट्र के किसान हैगे आ, किसान यूनियन के प्रधान हैगे आ, चंगी खेती करते हैं, नरमे के किसान आ, उन्होंने तकनीक डिवेलप की है। मैं भी पिछली बार पता लग्या, मिलने का मौका हजे नहीं मिले, इस बार शायद कोशिश करा उन्होंने मिलने की। उन्होंने कहा कि नरमे के बूटे तीन छड़ियां होंगे, तीन ब्रांचा होंगे, जिदे सारा पौधा बनाया हुआ भोजन जाता। नरमे की मान लो 160 दिन उम्र आ, उगरन तो लैके 7-8 दिन उगर आता है, तो छोटा बूटा घट भोजन तैयार करता है, तो वड्डा बूटा ज़्यादा भोजन तैयार करता जो उमड़ता है। सारा ही लगभग अद्धा किलो भोजन तैयार करता है। अद्धा किलो भोजन तैयार होने तो बाद फिर कि जाके 100 ग्राम 80 ग्राम 50 ग्राम नरमा बनता है। वो कहते भी ये भोजन चोरी नहीं होना चाहिए, जिहड़ा बंदा ये चोरी कर रहा है भोजन उन्होंने सांभ दो, बूटा आप ही चोरी कर रहा ये भोजन। जिदा तुम बाग किन्नू वाले बाग के फार्मर कि हाथ खड़े करो, किन्नू की तुम कटिंग करते हो, नहीं बाग है कटिंग होती देखी होनी है, जो फ्रूट लै लेंगे वो कटिंग करते हैं। क्यों करते हैं? क्योंकि नवी ब्रांच आऊगी, वो नवे टूसे बन गए, नवे फुल फलश आऊगा, तो फ्रूट ज़्यादा वधिया होगा, ज़्यादा आऊगा, चंगी क्वालिटी बन सकती हैगी है, वो फसल दूरी बार देने के काबल हो जाना बूटे ने। तुम देखो नरमे की फसल के थल्यों 6 इंच छट के, जेकर तुहाड़े 2 फुट के नरमे के छटियां इस तरीके तरशूल वांगू आ, 2 साइडां नूं जांदियां, 1 तां नूं जांदी हैगी आ, तां साइडां वालियां दोनों कट दिओ, ये 66% भोजन खांदियां, ते इहनां दे टीडे 20% भी नहीं लगदे, इहनां नूं सिर्फ मच्छर खांदा। उस तों बाद जिहड़ियां 1 फुट छड के धरती दे नाल जिन्नियां भी टाहणियां लगणगियां, सपोर्टिकल ब्रांचिस जां मोनोपोडियल ब्रांचिस, उहनां दे 3 तों लैके 9 टीडे लगणगे, ते उहनां दी फुल वड्डी भी डिगदी हैगी, ते उह टीडे तुहाडे वजन भी ज़्यादा बनाउणगे, तो गुआढ़ी के नालों 5-7 दिन बाण पहला खाली होगी, फिर टूसे तोड़ने की भी लोड़ नहीं, जिन्ना लंबा होंदा हो जाए हरेक टाणी के 2-2-3 टीडे लगन ही लगन, हजे 6 फुट ज्यादा देखे तो टूसे तोड़ लो। इस तरीके दल्ला करने के लिए मैं भाई जी ने सू बेनती की कि तुम आ जाओ सू किताबा दे, जो इतने पाँगी पंजाबी भाईचारा, किताब तो 2 साल तो आई है, तो गंगानगर भी किसी को रखी हुई थी, पर है कि अपने किताब कापी के उत्ते कुछ लिखन भी नहीं है, जिमें मैक दिना इतने किसी को 15 मिनट नहीं कोई बोल सकता, एज ए जिमीदारी है। मैं कोई साइंटिस्ट या विज्ञानी या किसी होर तरीके का मैं कोई अदारे नाल भी नहीं डायरैक्टली जुड़िया होया, सीधा लेंगे इंस्टीट्यूशन तो भी लेंगे, फार्मर तो भी लेंगे, माहरां तो भी लेंगे, कंपनियां तो भी लेंगे, जितों भी कोई पॉजिटिव चीज़ मिलती है इकट्ठी कर लें, आपकी बुराई कितों सुनने मिलती है सुन लें, किसी की बुराई करके आपका समा जाया नहीं करते, किसी की गंदगी आपकी जबान के नाल नहीं करते, ये अपन गुरबाणी सिखाउंदी है। इस तो बाद दादा लाड़ तकनीक की गल कर रहे थे भी जो भी थोड़ा नरमे के 70 दिनों तक 1.5-2 फुट का नरमा हो गया, खादा पानी बिजाई कर दो, पानी जल्दी जान दो, पानी ज़्यादा लाना भी नरमे की फसल की वैजीटेटिव ग्रोथ के कारण बनता, ज़्यादा सूंडी आने का कारण बनता है, ज़्यादा खादा पाने का भी नरमे के कच्चे होने का कारण बनिया है, ज़्यादा नरमे को कच्चे करने वाला कोई भी होर प्रोडक्ट थोड़ी सूंडी को अट्रैक्ट कर सकता, वो पतंगे ओवर क्लोरोफिल कॉटन प्लांट के प्रॉब्लम करती है। साउथ इंडिया के अमोनियम सल्फेट काम कर रहा है, यूरिया का बदल जिसे नाइट्रोजन से सल्फर होता, नॉर्थ इंडिया ट्रायल लग रहे हैं सफल हो गया, तो बहुत वधिया यूरिया तो खेड़ा छुट जू। यूरिया एक इस तरह का तत् हैगा कि बूटे एकदम जंप करता है, चकदा है। तुम कहते यूरिया के आप मुठ्ठी टिकी हुई अपनी, कहते अद्धे घंटे का छिट्टा नहीं आता है, फिर गट्टा पा लेते हो, फिर तुम्हें जल्दी स्परेह का सहारा लेना पैदा, स्परेह का सहारा लो जो लोड़ आ, हवा के सिल ज्यादा है, चिट्टा मच्छर बढ़ जाता है, हवा के खुशकी ज्यादा तो जूं ज्यादा बढ़ जाती हैगी, नरमा कच्चा ज्यादा तिंदी बढ़ जाते हैं, सूडी भी आ जाती हैगी, एक मारोंगे कि सारे मारोंगे, कोई 5,000 रुपये की कंपनी कोई किले की स्परे कर देना भी सारा कुछ ही कंट्रोल होंगे, फंगस भी कंट्रोल होंगी है, जिमें एक कंपनी ने कढ़िया सीगा खीरे के वास्ते 3,300 रुपये किले की कॉस्ट पैंदी सीगी, उहदे रिजल्ट आए कॉटन के रिजल्ट नहीं आए, तुसीं सारे पैसे खर्चन नूं तैयार हो जाओ, पर जिहड़ा काम तुहाडे हत्थां दे नाल होना, तुहाडा मुड़का डोलण दे नाल होना जमीन दे विच, उहदों तुसीं भज जांदे हो सम टाइम। इस तों इलावा मैं 2 विशे होर इहदे विच टच करना चाहांगा कि नरमे की फसल के
ਜਿਹੜਾ ਤੁਸੀਂ ਫਲੱਸ਼ ਹੈਗਾ, ਪਹਿਲਾਂ ਦੇਸੀ ਨਰਮਾ ਜ਼ਿਆਦਾ ਲੱਗਦਾ ਸੀਗਾ, ਉਸ ਨਰਮੇ ਦੀ ਉਮਰ ਵੀ ਵੱਡੀ ਹੁੰਦੀ ਸੀ, ਬਾਇਓਮਾਸ ਵੀ ਜ਼ਿਆਦਾ ਆਉਂਦਾ ਸੀ, ਪੱਤਿਆਂ ਦੀ ਗਿਣਤੀ ਵੀ ਜ਼ਿਆਦਾ ਹੁੰਦੀ, ਛੱਟੀਆਂ ਦਾ ਕੋਈ ਮੁੱਲ ਹੈ, ਛੱਟੀਆਂ ਤੋਂ ਆਮਦਨ ਹੁੰਦੀ ਹੈ, ਛੱਟੀਆਂ ਇੱਥੇ ਵਿਕਦੀਆਂ, ਕੌਣ ਲੈਂਦਾ 50 ਰੁਪਏ ਕੁਇੰਟਲ ਤੋਂ ਉੱਪਰ, 60 ਰੁਪਏ ਕੁਇੰਟਲ ਤੋਂ ਉੱਪਰ। ਬਾਇਓਮਾਸ ਤਿਆਰ ਅਤੇ ਖਾਦਾਂ ਨਾਲ ਹੀ ਹੋਇਆ, ਕੁਦਰਤੀ ਸ਼ਤਰ ਖਾਇਆ ਥੱਲੇ ਹੀ ਪਲਿਆ, ਉਹ ਵਿਕਿਆ ਹੀ ਨਹੀਂ ਹੈਗਾ, ਹੈਗੀ ਤਾਂ ਉਹ ਵੀ ਫਸਲ ਆਪਣੀ, ਜਿੱਦਾਂ ਤੂੜੀ ਤੁਸੀਂ ਵੇਚਦੇ ਹੋ ਕਣਕ ਦੀ, ਅਤੇ ਛੱਟੀਆਂ ਵੀ ਤਾਂ ਫਸਲ ਆ ਵਿਕਣੀ ਚਾਹੀਦੀ, ਵਿਕਦੀ ਨਹੀਂ ਹੈਗੀ, ਫਿਰ ਛੱਟੀ ਜ਼ਿਆਦਾ ਬਣਾ ਕੇ ਕੀ ਲੈਣਾ ਆਪਾਂ, ਪੱਤੇ ਜ਼ਿਆਦਾ ਲਾ ਕੇ ਕੀ ਲੈਣਾ ਆਪਾਂ। ਕਈ ਫਾਰਮਰ ਕਹਿ ਰਹੇ ਨੇ ਸਾਡਾ ਨਰਮਾ ਛਾਂਟ ਮਾਰ ਗਿਆ ਜੀ, ਬਿਲਟ ਆ ਗਈ ਜੀ, ਪੈਰਾ ਬਿਲਟ ਆ ਗਈ ਜੀ, ਖੇੜਾ ਪੈ ਗਿਆ ਜੀ। ਮੈਂ ਕਿਹਾ ਜੀ ਆਉਣਾ ਚਾਹੀਦਾ, ਮੈਂ ਤਾਂ ਮੰਗਦਾ ਵੀ ਆਵੇ, ਤੁਸੀਂ ਵੀ ਉਲਟ ਕਹੋਗੇ ਵੀ ਉਲਟ ਬੋਲ ਰਿਹਾ ਹੈਗਾ। ਪਹਿਲਾਂ 2 ਚੋਣੀਆਂ ਚੁੱਕੀਆਂ ਗਈਆਂ, ਉਹ ਤੋਂ ਬਾਅਦ ਨਰਮੇ ਹਰੇ ਕਰਕੇ ਰੱਖਣਾ ਕੀ ਆਪਾਂ, ਉਹਨੂੰ ਕਹਾਂ ਵੀ ਕੰਮ ਨਿਬੜ ਗਿਆ ਆਪਣਾ, 60% 70% ਫਸਲ ਆਪਣੇ ਹੱਥ ਲੱਗ ਗਈ, ਕੁਦਰਤ ਨੇ ਬਚਾ ਕੇ ਆਪਾਂ ਨੂੰ ਪਾਲਣ ਪੋਸ਼ਣ ਦਾ ਮੌਕਾ ਦਿੱਤਾ ਅਤੇ ਆਪਾਂ ਫਸਲ ਇਕੱਠੀ ਕਰ ਲਈ। ਉਹ ਤੋਂ ਬਾਅਦ ਉਹਨੂੰ ਹਰਾ ਰੱਖ ਕੇ ਕੀ ਕਰਨਾ ਆਪਾਂ ਨੇ, ਤੁਸੀਂ ਦੇਖਿਆ ਹੋਣਾ ਪੁਰਾਣੀਆਂ ਕਿਸਮਾਂ ਦੇ ਵਿੱਚ, ਖਾਸ ਕਰਕੇ 776 ਜਾਂ ਹੋਰ ਲੰਬੇ ਸਮੇਂ ਦੀਆਂ ਕਿਸਮਾਂ ਜਿਹੜੀਆਂ ਸੀਗੀਆਂ, ਉਹਨਾਂ ਦੇ ਵਿੱਚ ਇੱਕ ਵਿਘੇ ਦੇ ਵਿੱਚੋਂ ਵੀ ਅੱਧੀ ਅੱਧੀ ਟਰਾਲੀ ਟੀਂਡਿਆਂ ਦੀ ਟੁੱਟ ਜਾਂਦੀ ਸੀ, ਅਸੀਂ ਤੋੜੀ ਹੋਣੀ ਆ। ਨਰਮੇ ਦੇ ਫਸਲ ਦੇ ਵਿੱਚ ਜੇ ਬੂਟੇ ਦੇ ਉੱਪਰ ਟਿੰਡਾ ਖਿੜਦਾ ਹੈਗਾ, ਲੱਗਿਆ ਲਗਾਇਆ, ਉਹਦੇ ਵਿੱਚੋਂ ਵਜਨ 2 ਗ੍ਰਾਮ ਨਿਕਲ ਸਕਦਾ, 2.5 ਗ੍ਰਾਮ ਨਿਕਲ ਸਕਦਾ, ਜਾਂ ਵੱਧ ਵੀ ਨਿਕਲ ਸਕਦਾ ਕਿਸੇ ਤਕਨੀਕ ਦੇ ਨਾਲ। ਜਦੋਂ ਟਿੰਡਾ ਤੁਸੀਂ ਉਹਦੇ ਉੱਪਰੋਂ, ਪਹਿਲੀ ਗੱਲ ਤਾਂ ਟੂਸੇ ਵਾਲਾ ਟਿੰਡਾ ਤੋੜਿਆ, ਉਹਦੇ ਵਿੱਚ ਵੜੇਵਿਆਂ ਦੀ ਗਿਣਤੀ ਘੱਟ ਹੋਣੀ ਆ, ਉਹਦੇ ਵਿੱਚ ਸਾਈਜ਼ ਵੀ ਘੱਟ ਹੋਣਾ, ਉਹਦਾ ਬਾਲ ਵੇਟ ਵੀ ਘੱਟ ਹੋਣਾ ਹਰੇ ਟਿੰਡੇ ਦਾ। ਜਦੋਂ ਉਹਨੇ ਖਿੜਨਾ ਹੈਗਾ, ਉਹਦੇ ਵਿੱਚ 60% ਪਾਣੀ ਉੱਡ ਜਾਣਾ ਹੈਗਾ, 3 ਗ੍ਰਾਮ ਦਾ ਤੁਹਾਡਾ 1.5 ਗ੍ਰਾਮ ਰਹਿ ਗਿਆ, 1 ਗ੍ਰਾਮ ਦੀ ਸਿਕਰੀ ਨਿਕਲੀ ਰਹਿ ਗਿਆ, 50 ਗ੍ਰਾਮ, 5 ਗ੍ਰਾਮ, ਸੋਰੀ 5 ਨਹੀਂ 0.5, 0.5 ਗ੍ਰਾਮ ਰਹਿ ਗਿਆ। ਟਿੰਡੇ ਤੋੜਨੇ ਹੀ ਨਾ ਫਸਲ ਦੇ ਵਿੱਚੋਂ ਪੈਣ, ਇਹ ਤੁਹਾਡੀ ਪਲੈਨਿੰਗ ਹੋਣੀ ਚਾਹੀਦੀ ਹੈ। ਨਰਮੇ ਦੀ ਚੁਗਾਈ 11-12 ਰੁਪਏ ਕਿਲੋ ਦੀ ਚੱਲ ਰਹੀ ਹੈ, ਜੇ ਤੁਸੀਂ ਡੀਜ਼ਲ ਖਰਚਾ ਹੋਰ ਉਹਨਾਂ ਲੇਬਰ ਨੂੰ ਜਿਹੜਾ ਦੁੱਧ ਪਾਣੀ ਦੇਣਾ ਉਹ ਸਾਰਾ ਪਾਉਂਦਾ, 14-15 ਰੁਪਏ ਕਿਲੋ ਪੈਂਦੀ ਹੈ ਚੁਗਾਈ। ਅਤੇ ਜੇ ਤੁਸੀਂ ਨਰਮੇ ਤੜਾਈ ਕਰਕੇ ਛੱਤ 'ਤੇ ਪਾਉਣੀ ਆ, ਅਤੇ ਫਿਰ ਬਾਅਦ 'ਚ ਲੇਬਰ ਨੂੰ ਦਿਹਾੜੀ ਨੂੰ ਚੁਕਾਉਣਾ ਹੈਗਾ, ਅੰਦਾਜ਼ਾ ਲਓ ਵੀ 1 ਰੁਪਏ ਕਿਲੋ ਪੈਂਦੀ ਹੋਊਗੀ। ਕੁਇੰਟਲ ਟਿੰਡੇ ਜੇ ਤੋੜਦੇ ਹਾਂ, 8 ਤੋਂ ਲੈ ਕੇ 15 ਕਿਲੋ ਨਰਮਾ ਬਣਦਾ ਹੈਗਾ। 8 ਕਿਲੋ ਦੀ ਨਰਮੇ ਕੱਢਣ ਵਾਸਤੇ ਕੁਇੰਟਲ ਤੋੜਿਆ, 300 ਰੁਪਈਆ 350 ਰੁਪਈਆ ਦਿਹਾੜੀ ਉਹਦੇ ਦਿੰਦੀ। ਜਦੋਂ ਉਹ ਖੇਤ ਜਾ ਆਪਣੇ ਛੱਤ ਦੇ ਉੱਪਰ ਪਾਇਆ ਜਾਂ ਖੇਤ ਦੇ ਵਿੱਚ ਹੀ ਪਾਤਾ ਖੜਾਉਣ ਲਈ, ਉਹਨੂੰ 8 ਦਿਨ ਤੋਂ ਲੈ ਕੇ 15 ਦਿਨ 20 ਦਿਨ ਦਾ ਸਮਾਂ ਦਿੱਤਾ, ਉਹ ਸਮਾਂ ਗਿਆ, ਉਹਨੂੰ ਫਿਰ ਇਕੱਠਾ ਕਰਾਇਆ, ਫਿਰ ਦਿਹਾੜੀ ਦਿੱਤੀ, 1 ਬੰਦਾ 2-3 ਕੁਇੰਟਲ ਟਿੰਡੇ ਚੁੱਕ ਕੇ ਦੇਊਗਾ, ਉਹਦੇ ਵੀ 100 ਰੁਪਈਆ ਕੋਸਟ ਆ ਗਈ, 400 ਰੁਪਈਆ ਪੈ ਗਿਆ। ਫਿਰ ਚੁਗਾਈ ਦੇਣੀ ਹੈ, ਚੁਗਣ ਵਾਲਾ ਬੰਦਾ ਜੇ ਵਧੀਆ ਤਰੀਕੇ ਨਾਲ ਟਿੰਡੇ ਖਿੜੇ ਹੋਏ ਹੈਗੇ ਆ, 20 ਕਿਲੋ ਨਰਮਾ ਨਹੀਂ ਚੁੱਕਦਾ, ਸ਼ਾਮ 'ਤੇ ਦਿਹਾੜੀ ਲਊਗਾ 400, ਉਹਦੀ ਕਿੰਨੀ ਕੋਸਟ ਪੈ ਗਈ, 400 ਉਹ ਕਰ ਲਓ, 20 ਕਿਲੋ ਨਰਮੇ ਦੀ 5 ਨਾਲ ਗੁਣਾ ਕਰ ਲਓ, 2,000, 2,500, 3,000 ਰੁਪਈਏ ਕੁਇੰਟਲ ਤੁਹਾਨੂੰ ਚੁਗਾਈ ਪੈ ਜਾਣੀ ਹੈ ਮੋਟੀ ਮੋਟੀ, ਜੇਕਰ ਟਿੰਡਾ ਤੋੜ ਕੇ ਤੁਹਾਡੇ ਘਰੇ ਚਲਾ ਗਿਆ, ਸੁਰੱਖਿਅਤ ਤੁਸੀਂ ਉਹਨੂੰ ਜੋਗੋਗੇ ਤਾਂ। ਇਹ ਕੰਮ ਆਪਾਂ 11-12-15 ਰੁਪਈਆਂ 'ਚ ਹੀ ਕਰ ਦੇਣਾ ਸੀ, ਖੇਤ ਵਿੱਚ ਖੜ੍ਹੇ ਹੋਏ ਉਹ ਵੀ ਅਸੀਂ ਲਿਖਿਆ ਹੋਇਆ ਉਹਦੇ ਵਿੱਚ, 0-0-50 ਦਾ ਸਹਾਰਾ ਲੈ ਲਓ, ਬਾਇਓਮਾਸ ਘੱਟ ਬਣੇ, ਜਿਹੜੀ ਤੁਹਾਨੂੰ ਦੱਸੀ ਆ ਵੀ ਦਾਦਾ ਲਾਡ ਤਕਨੀਕ ਆ, ਸੈੱਡਾਂ ਵਾਲੀਆਂ ਦੋਨੇ ਤੋੜ ਦਿਓ ਸਿੱਧੀ ਖੜ੍ਹੀ ਰਹੇ, ਅਤੇ ਤੁਹਾਡੇ ਨਰਮੇ ਦੇ ਵਿੱਚ ਬਾਇਓਮਾਸ ਮਤਲਬ ਪੱਤੇ ਘੱਟ ਬਣਨਗੇ, ਸਖਾਵਾਂ ਦੇ ਨਾਲ ਨਰਮੇ ਦਾ ਇੱਕ ਗੁਣ ਆ, ਜਿੱਥੇ ਵੀ ਇਹਦੀ ਸਿੰਬੋਲੀਕਲ ਬ੍ਰਾਂਚ ਦੇ ਉੱਤੇ ਪੱਤਾ ਲੱਗਦਾ ਉਹਦੇ ਨਾਲ ਹੀ ਫੁੱਲ ਬੂਟੀ ਲੱਗਦੀ ਹੈ। ਤੁਸੀਂ ਦੇਖਿਆ ਹੋਣਾ ਵੀ ਜਿਹੜੀਆਂ ਸਾਈਡਾਂ 'ਤੇ ਬ੍ਰਾਂਚਾਂ ਲੱਗ ਰਹੀਆਂ ਹੈਗੀਆਂ ਉਹਦੇ ਪੱਤੇ ਜ਼ਿਆਦੇ ਆ, ਟਿੰਡੇ ਘੱਟ ਆ, ਬੂਗੀ ਨਹੀਂ ਹੈਗੀ। ਉਹ ਤੋਂ ਬਾਅਦ ਜਿਹੜੀਆਂ ਬ੍ਰਾਂਚਾਂ ਲੱਗਣੀਆਂ ਸ਼ੁਰੂ ਹੁੰਦੀਆਂ ਉਹਨਾਂ ਦੇ ਪੱਤਿਆਂ ਦੇ ਨਾਲ ਟਿੰਡੇ ਲੱਗਣੇ ਸ਼ੁਰੂ ਹੋ ਰਹੇ ਹੈਗੇ ਆ, ਤਾਂ ਮਤਲਬ ਕਿ ਉਹਨਾਂ ਬ੍ਰਾਂਚਾਂ ਦਾ ਜਿਹੜਾ 66% ਆਪਾਂ ਸਪਲਾਈ ਭੋਜਨ ਦੀ ਕਰ ਰੱਖੀ ਸੀ ਬੂਟੇ ਨੇ, ਉਹ ਬਲੌਕ ਕਰ ਦੇਣੀ, ਉਹਨੂੰ 1 ਇੰਚ ਛੱਡ ਕੇ ਕੱਟ ਦਿਓ, ਪਲਾਇਰ ਦੇ ਨਾਲ ਜਾਂ ਬਾਗਾਂ ਦੇ ਕਟਿੰਗ ਟੂਲ ਆਉਂਦੇ ਜਿਹੜੇ ਉਹਦੇ ਨਾਲ ਕੱਟ ਸਕਦੇ ਹੋ, ਅਤੇ ਤੁਹਾਡੇ ਨਰਮੇ ਦੇ ਵਿੱਚ ਜਿਹੜਾ ਸਾਰਾ ਬੂਟੇ ਨੇ ਭੋਜਨ ਬਣਾਉਣਾ ਸੀਗਾ ਉਹ ਜ਼ਿਆਦਾ ਬਣੇਗਾ, ਖਾਦਾਂ ਵਰਤੋਂਗੇ ਉਹਦੇ ਰਿਜ਼ਲਟ ਵੀ ਆਉਣਗੇ, ਤੇਲਾ ਵੀ ਕੰਟਰੋਲ ਹੋ ਜੂਗਾ, ਤੁਹਾਡਾ ਬਾਲ ਵੇਟ ਵਧੀਆ ਬਣੂਗਾ, ਤੁਹਾਡੀਆਂ ਛੱਟੀਆਂ ਘੱਟ ਮਾਰਨਗੀਆਂ। ਇਸ ਤੋਂ ਇਲਾਵਾ ਇੱਕ ਮੈਂ ਹੋਰ ਵਿਸ਼ਾ ਇਹਦੇ ਵਿੱਚ ਐਡ ਕਰਨਾ ਸੀ, ਬਿਲਟ ਵਾਲਾ ਜਿਹੜਾ ਤੁਸੀਂ ਕਹਿ ਰਹੇ ਸੀ, ਸੋਰੀ ਖੇੜੇ ਵਾਲਾ, ਬਲਾਸਟ ਅਲੱਗ ਚੀਜ਼ ਆ, ਬਿਲਟ ਅਲੱਗ ਚੀਜ਼ ਆ, ਦੋਨਾਂ ਨੂੰ ਬੁਲਾਉਣਾ ਨਹੀਂ ਹੈਗਾ। ਬਿਲਟ ਦੀ ਜਿਹੜੀ ਜ਼ਿਆਦਾ ਆਉਣ ਦਾ ਕਾਰਨ ਹੈਗਾ,
वो थोड़ा खादा का प्रबंध माड़ा होगा, पानी का प्रबंध माड़ा होगा, तो मिट्टी की सेहत कमजोर होगी। जो तीन चीज़ा जो खेत थोड़े दे कमियां है तो फिर वह हल किसी दवाई के नाल होना नहीं है। वो हल लई रूड़ी पालो, नहरी पानी की रौनी करके नरमा बीज लिया करो। नहरी पानी जिन्ना चिकर फुलों से लगता ठीक है, फुलों से जाके जिन्ना मर्जी माड़ा पानी हो मोटर का वह भी ला सकते हो, कोई प्रॉब्लम नहीं आएगी। जी बलास्ट की गल हैगी जो बदलवाई रही है तो कपड़े लाने जी करता है, मीह पिया हो चंगी धुप निकल आए तो बहुत ज़्यादा सेक बन जाए, हवा के नमी की मात्रा ज़्यादा हो, हवा के जोड़े बी एल बी बैक्टीरियल ली बलास्ट रोग पैदा करने वाले कुदरत ने बैक्टीरिया छटे हुए हैं, उन्होंने वधन फसल का मौका मिल जाता तो वह फिर चंद घंटिया के ही फट लें फसल। कि फसल में वध पैंता जिते जी कच्ची जा रही जी का रोगों के नाल लड़न की शक्ति घट आ, इम्यून सिस्टम जी फसल का कमजोर आनू ज़्यादा पैना है। पत्ते ब्लास्ट चले जाते हैं, फंगस पैंती हैगी पेरीकलेरिया पैंता है, मैगनापोर से पैंता है, फिजेरियम बिल्ट पैंती है, जड़ काली हो जाती है। फंगसा वधन का मौका तो खेत उदों ही मिलता जो थोड़े खेत की मिट्टी के दुश्मन ज़्यादा है तो मित्र घट आ। तुम मित्रों जड़ के नेड़े वहा दौ, ट्राइकोडर्मा दे दौ, माइकोराजा दे दौ, पसीलोमाइसिस दे दौ, होर कोई बायोदा एजेंट दे दौ, बैसीलस दे दौ, रूड़ी पाओ, बर्मी कंपोस्ट पाओ। तुम चैनल पर वीडियो देखी होनी है, कुछ दिन पहला एक काम किया है अपने नरमे के आप रूड़ी पाने पांच करालों में तुम दो ट्रालियां पा दोगे, किले के तीन पा दोगे, बड़ा कोई चंगा मेहनती जिमीदार आ पांच ट्रालियां पा दूगा। पर मैं कह भी आप दस क्वंटल ही पाने पर मेहनत ज़्यादा लगनी, तुम शायद सहमत ना हो। असी छे सत्त किले नरमा मेरे को मैं छे किल्या के तजर्बे वरत्या है, पिछली बार थोड़ी जगह च वरत्या, इस बार सानू हौसला वध्या तो असी उन्होंने वरत लिया। वर्मी कंपोस्ट लई गंडोआ खाद, तो गंडोआ खाद दे विच ट्राइकोडर्मा मल्टीप्लाई करता, मिक्स करके रखता, छोरे नू खाण वाला सिलीकोन बैक्टीरिया मल्टीप्लाई करता, एस एस बी माइकोराइजा देता, उहदे विच एन पी के कंसल्टिया देता, नरमे दीआं जड़ां दे विच जाके अद्धी अद्धी मुट्ठी पा दी सिले वाण दे विच, पानी लगन तो बाद उस दिन सीलर मारते मिट्टी बंद करती, उत्तों बारिश पैगी दो तीन दिन बाद, नहीं तो फिर दस दिन बाद पानी लग ही जाना सी। जिहड़ी खाद तुसीं छिट्टे दे रूप में पाउंदे हो, रूड़ी वगैरह आपां ढेरियां ला के खिलारदे हैगे आ, तां उह खाद जे बूटे नूं देखिया जावे, बूटे की पहुँच मान लो छे इंच अठ इंच डूंगी है तो चार क इंच अगल बगल ला लो, अठो छी अड़ताली, छे इंच चौड़ी ला लो, अड़ताली छीका 300 के लगभग, 300 स्केयर इंच तो बाद बूटे की पहुँच नहीं हैगी किसी पासों जाके खाद खुराक लिया की। फॉसफोरस तो जमे नहीं लैके आता, वो तो जड़ के कोले पिया हो तो लू नहीं ठीक ठाक। फॉसफोरस वाली खाद भी स्प्रे कर लिया करो, वैसे साइंटिफिकली कदे भी यही कहा जाता है कि प्लांट को तुम स्प्रे के राही डी ए पी दे सकते हो, बट मैं मानता है कि जिमें 0-59 बत्ती है, 0-52 चौंती है, 12-61 आता है, होर आते हैं एन पी के, जिदे एन पी के पी कुछ 0 ना हो, पी की वैल्यू हो, वो तुम 35 दिन तो लै 25 दिन तो लैके कदों भी कर सकते हो, फुलों पर भी कर सकते हो, पहला भी कर सकते हो, वो थोड़े प्लांट का फॉसफोरस थोड़ा पूरा हो गया। जिहड़ा असीं ये काम किया है ये हुण बूटे को चाहे 3 तोले 30-40 ग्राम खाद गई हैगी है, पर वो बूटे के कोले गई हैगी, इन्हां नूं खाण दा आपां ने मौका दिता है। जिहड़ी तुसीं 5 ट्रालियां खाद खिलारदे हैगे कि 40-45 ग्राम खाद बूटे को खाण का मौका मिलता नहीं मिलता है, कोई छिट्टे राही खाता पाने दानेदार जां कोई पाउडर वगैरह होर सरफ चीज़ा, वो भी वो पूरा बूटा नहीं खाता है, जां कोल के थल्लियां चले चलिया जाएगा, जां पत्थर बन जाएगियां, जां नदीना ने ही खानिया है। नदीना नूं तुसीं कई वारी ज़्यादा बराती सज्जन बना लैंदे हो, फिर वो पूरे वधिया फुलदे आ तुहाडे खेत दे विच, तां इह तजर्बा भी तुसीं कर सकते हैगे हो। गुलाबी सुंडी तों डरन दी लोड़ नहीं, मोनीटरिंग कर लो, तुहाडे खेत दे विच पहरा देण दी लोड़ नहीं, पहरा फेरोमैन ट्रैप ने देना है, वीघे दे 2-3 ट्रैप ला लो, हर 15 दिन बाद कैप्सूल चेंज कर दो, 2-3 कैप्सूल चेंज करने हैगे, सारे सीजन दे विच वीघे दा 300-400 रुपया खर्चा आना है। स्परेहां नालों तां चंगी चीज़ आ, जदों ज़्यादा आउणगे भमक्कड़
ਉਦੋਂ ਹੀ ਕੋਈ ਜੇ ਨਰਮੇ ਦੇ ਪਹਿਲਾਂ ਫਲ ਪੱਕ ਰਿਹਾ ਹੈਗਾ ਉਦੋਂ ਬਾਅਦ ਐਸ ਪੀ ਗਰੁੱਪ ਚੱਕ ਲਓ, ਲੈਮੜਾ ਚੱਕ ਲਓ, ਹੋਰ ਵੀ ਕੀਤੇ ਜਾ ਸਕਦੇ ਹੈਗੇ ਆ। ਇਸ ਤੋਂ ਇਲਾਵਾ ਜਿਹੜਾ ਪਹਿਲਾਂ ਟਾਈਮ ਚੱਲ ਰਿਹਾ ਹੈਗਾ 60 ਦਿਨ ਤੋਂ ਲੈ ਕੇ ਨਰਮੇ ਦਾ 80 ਦਿਨ ਤੱਕ, ਉਹਦੇ ਵਿੱਚ ਐਸ ਪੀ ਗਰੁੱਪ ਨੂੰ ਨਾ ਵਰਤੋ, ਕਿਉਂਕਿ ਉਹਦੇ ਨਾਲ ਕਈ ਵਾਰੀ ਚਿੱਟਾ ਤੇਲਾ ਜ਼ਿਆਦਾ ਵੱਧ ਜਾਂਦਾ ਹੈਗਾ। ਤਾਂ ਉਹਦੇ ਵਿੱਚ ਜਿਹੜੀ ਯੂਨੀਵਰਸਿਟੀ ਨੇ ਰਿਕਮੈਂਡ ਕੀਤੀ ਹੈਗੀ ਆ ਉਹਦੇ ਵਿੱਚ ਐਮਾਮੈਕਸ ਬੈਂਜੂਏਟ ਆ ਪੂਰਾ ਕਰਵਾਉਣਾ ਜਿਹੜੀ ਆਮ ਵਰਤੀ ਜਾਂਦੀ ਹੈ, ਜਾਂ ਸਪਾਈਨ ਟੋਨ। ਪਰ ਕੋਈ ਵੀ ਸਪਰੇਅ ਤੁਹਾਡੀ ਸੁੰਡੀ ਨੂੰ ਨਹੀਂ ਮਾਰੇਗੀ, ਇਹ ਯਾਦ ਰੱਖਣਾ। ਉਹ ਬਮੱਕੜ ਨੂੰ ਮਾਰ ਸਕਦੀ ਹੈ, ਕੰਟੈਕਟ ਵੈਸ ਇਨਸੈਕਟੀਸਾਈਡ ਹੈਗਾ ਜਿੱਥੇ ਬਮੱਕੜ ਰਸ ਚੂਸਣ ਆਊਗਾ, ਕੋਈ ਪੱਤੇ 'ਤੇ ਫੀਡ ਕਰਨ ਆਊਗਾ ਜਾਂ ਪੱਤੇ ਦੇਣ ਆਊਗਾ, ਆਂਡੇ ਦੇਣ ਆਊਗਾ। ਆਂਡਿਆਂ ਦੇ ਵਿੱਚੋਂ ਜੇ ਮੰਨ ਲਓ ਵੀ 4-5 ਦਿਨਾਂ ਦੇ ਵਿੱਚ ਬੱਚੇ ਨਿਕਲਦੇ ਹੈਗੇ, ਤਾਂ ਜੇਕਰ ਉੱਥੇ ਕੋਈ ਇਸ ਤਰ੍ਹਾਂ ਦਾ ਜ਼ਹਿਰ ਕੰਮ ਕਰ ਰਿਹਾ ਹੈਗਾ ਤਾਂ ਉਹ ਬੱਚੇ ਨਿਕਲਣ ਸਾਰ ਮਰ ਜਾਣਗੇ। ਬਸ ਇੰਨਾ ਕੁ ਕੰਮ ਹੋ ਸਕਦਾ। ਅਤੇ ਤੁਸੀਂ ਫਿਰ ਫੁੱਲ 'ਤੇ ਇੱਕ ਸਪਰੇਅ ਨਹੀਂ ਪਹੁੰਚਾ ਸਕਦੇ, ਫੁੱਲ ਦੇ ਆਸੇ ਪਾਸੇ ਜਿਹੜੀ ਪੰਖੜੀ ਹੁੰਦੀ ਆ ਉੱਥੇ ਸਪਰੇਅ ਨਹੀਂ ਪਹੁੰਚਾ ਸਕਦੇ ਹੈਗੇ ਤੁਸੀਂ। ਜੇਕਰ ਟੀਂਡਾ ਬਣਿਆ ਹੋਇਆ ਟੀਂਡੇ ਦੀ ਪੰਖੜੀ ਸਪਰੇਅ ਨਹੀਂ ਪਹੁੰਚਾ ਸਕਦੇ ਹੈਗੇ। ਕਈ ਵਾਰੀ ਵੱਡਾ ਨਰਮਾ ਹੁੰਦਾ, ਸੰਘਣਾ ਹੁੰਦਾ ਹੈਗਾ, ਤਾਂ ਉੱਥੇ ਸਪਰੇਹਾਂ ਦਾ ਅਸਰ ਨਹੀਂ ਵਧੀਆ ਹੁੰਦਾ, ਤੇਲੇ ਵਾਲੀਆਂ ਸਪਰੇਹਾਂ ਦਾ ਵੀ ਅਸਰ ਨਹੀਂ ਹੁੰਦਾ ਜਿਹੜਾ ਇੰਨਾ ਮਾੜਾ ਮੂਹੀ ਉੱਡਿਆ ਫਿਰਦਾ ਹੈਗਾ। ਅਤੇ ਸੁੰਡੀ ਤਾਂ ਬਹੁਤ ਛੁਪੇ ਰੁਸਤਮ ਦੇ ਨਾਲ ਕੰਮ ਕਰਦੀ ਹੈਗੀ ਹੈ, ਤਾਂ ਇਹ ਤੋਂ ਡਰਨ ਦੀ ਲੋੜ ਨਹੀਂ। ਨਰਮਾ ਅਤੇ ਮੀਹਾਂ ਦੇ ਨਾਲ ਵੀ ਖਰਾਬ ਹੋ ਜਾਂਦਾ, ਆਪਣੀ ਕਿਸੇ ਗਲਤ ਸਪਰੇਅ ਨਾਲ ਵੀ ਖਰਾਬ ਹੋ ਸਕਦਾ ਹੈਗਾ। ਉਹ ਮੀਂਹ ਦੀ ਕਮੀ ਕਰਕੇ ਵੀ ਉਹ ਪਾਣੀ ਦੀ ਪੂਰਤੀ ਨਾ ਹੋਵੇ, ਖਾਦਾਂ ਦੀ ਪੂਰਤੀ ਨਾ ਹੋਵੇ, ਉਹ ਫਿਰ ਵੀ ਸੁੱਕ ਸਕਦਾ ਹੈਗਾ। ਨਰਮੇ ਦਾ ਪਹਿਲਾ ਫਲ ਜਲਦੀ ਆਵੇ, ਇਹ ਸਾਰੀਆਂ ਵਰਾਇਟੀਆਂ ਹੁਣ ਉਹੀ ਮਾਰਕੀਟ ਸਪਲਾਈ ਕਰੀਆਂ ਹੋਈਆਂ ਕੰਪਨੀਆਂ ਨੇ ਵੀ ਜਿਨ੍ਹਾਂ ਦੇ ਫਲ ਅਤੇ ਫੁੱਲ ਬੂਟੀ ਅਤੇ ਟਿੰਡਾ ਅਤੇ ਹਲਕੀ ਫੁਲਕੀ ਜੜ ਦੀ ਗਰੋਥ, ਇਹ 60 ਦਿਨਾਂ ਤੋਂ 4 ਸਟੇਜਾਂ ਹੀ ਸ਼ੁਰੂ ਹੋ ਜਾਂਦੀਆਂ। ਜੜ ਵਾਲੀ ਸਟੇਜ ਆ ਜਿਹੜੀ ਉਹ ਅੱਗੇ ਜਾ ਕੇ ਰੁਕ ਜਾਂਦੀ ਹੈਗੀ, ਉਦੋਂ ਬਾਅਦ 3 ਸਟੇਜਾਂ ਚੱਲਦੀਆਂ ਰਹਿੰਦੀਆਂ, ਫਿਰ ਨਰਮਾ ਖਿੜਨ ਲੱਗ ਜਾਂਦਾ ਹੈਗਾ। ਟਿੰਡਾ ਉਹੀ ਖਿੜੂਗਾ ਜਿਹਦੇ ਅੰਦਰਲੇ ਪਾਸੇ ਕੁਦਰਤ ਨੇ ਸਹੀ ਤਰੀਕੇ ਨਾਲ ਪ੍ਰੋਪਰ ਕੰਮ ਕੀਤਾ ਹੈਗਾ, ਤੁਸੀਂ ਖਾਦ ਖੁਰਾਕ ਪੂਰੀ ਦਿੱਤੀ ਹੈਗੀ, ਉਹਨੇ ਖਿੜ ਜਾਣਾ 2 ਦਿਨ ਲੇਟ ਖਿੜ ਜਾਣਾ। ਪਰ ਜੇ ਖਾਦ ਖੁਰਾਕ ਹੀ ਨਹੀਂ ਪੂਰਾ ਕੀਤਾ ਹੈਗਾ, ਤੇਲਾ ਮਾਰ ਕੇ ਟਾਈਮ ਟਪਾਇਆ ਹੈਗਾ, ਅਤੇ 120 ਦਿਨਾਂ 'ਤੇ ਜਾ ਕੇ ਆਪਾਂ ਨਰਮੇ ਦੀ ਫਸਲ ਜਿਹੜਾ ਟਿੰਡਾ ਤੋੜ ਕੇ ਅਤੇ ਸੁੰਡੀ ਹੋਵੇ ਅਤੇ ਫਿਰ ਧਰਨਾ ਲਾਓ ਅਤੇ ਕੁਛ ਫਸਲ ਵਾਹੋ, ਕੁਛ ਮਰਜ਼ੀ ਕਰੋ, ਤੁਹਾਡਾ ਨੁਕਸਾਨ ਹੋ ਚੁੱਕਿਆ ਹੈਗਾ। ਤਾਂ ਜਿਹੜਾ ਗੁਲਾਬੀ ਸੁੰਡੀ ਤੋਂ ਡਰ ਸੀਗਾ, ਮੇਰਾ ਖਿਆਲ ਤੁਹਾਡਾ ਨਿਕਲ ਗਿਆ ਹੋਣਾ। ਜਿੰਨੇ ਵੀ ਸਵਾਲ ਦਿਓ ਜੀ ਮੈਨੂੰ, ਅਤੇ ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗਾ, ਤੁਹਾਡਾ 1:15 ਹੋ ਚੁੱਕਿਆ ਹੈਗਾ। ਤਾਂ ਮੈਨੂੰ ਤੁਹਾਡੇ ਵਾਜਬ ਸਵਾਲ ਜ਼ਰੂਰ ਦੱਸੋ, ਮੈਨੂੰ ਲੱਗੂਗਾ ਕਿ ਤੁਸੀਂ ਮੈਥੋਂ ਕੁਛ ਗੇਨ ਕੀਤਾ। ਆਜੋ ਜੀ, ਆਜੋ ਭਾਈ ਜੀ। ਜਿਵੇਂ ਨਾ 7 ਮਈ ਦੀ ਬਿਜਾਈ ਹੈ, 50 ਤੋਂ 55 ਦਿਨ ਦਾ ਨਰਮਾ, ਹਾਂਜੀ, ਵਧੀਆ ਨਿਊਟ੍ਰੀਸ਼ਨ ਵੀ ਥੱਲੇ ਦਿੱਤਾ, ਹਾਂਜੀ, ਉਹ 'ਚ ਜਿਵੇਂ ਕਿਆਰੇ 'ਚ 5-7 ਫੁੱਲਾਂ ਦੇ ਵਿੱਚ ਜਿਵੇਂ ਤੁਸੀਂ ਕਹਿੰਦੇ ਨਾ ਫਿਰਕੀ ਬਣੀ ਹੈ, ਹਲਕੀ ਚਿੱਟੀ ਸਟੇਜ 'ਤੇ ਜਿਵੇਂ ਹੈਗੀ ਹੈ ਸੁੰਡੀ, ਨਾ ਘਬਰਾਓ ਨਹੀਂ, ਉਹ ਤਾਂ ਪਹਿਲਾਂ ਨਿੰਮ ਵਾਲੀ ਸਪਰੇਅ ਕਰੀਏ ਜਾਂ ਜਿੱਦਾਂ ਇਨਸੈਕਟੀਸਾਈਡ ਦੇਈਏ, ਉਹਦੇ ਬਾਰੇ ਜ਼ਰੂਰ ਦੱਸੋ। ਬੈਠੋ, ਪਹਿਲੀ ਸਪਰੇਅ ਰਿਕਮੈਂਡ ਕਰੋ ਵੀ ਕਿਹੜੀ ਕਰੀਏ। ਧੰਨਵਾਦ ਜੀ। ਕਿਸੇ ਵੀਰ ਦੀ ਐਸ ਐਲ ਡੀ ਮੋਟਰਸਾਈਕਲ ਦੀ ਚਾਬੀ ਹੈ ਅਤੇ ਇੱਥੇ ਪਈ ਹੈ, ਵੀਰ ਲੈ ਜੀ। ਬਾਈ ਜੀ ਨੇ ਸਵਾਲ ਕੀਤਾ, ਸਰਦਾਰ ਜੀ ਨੇ, ਕਿ ਨਰਮੇ ਦੇ ਵਿੱਚ ਹੁਣ ਪਿਛਕੇ ਹੋਏ ਫੁੱਲ ਭੰਭੂਰੀ ਵਰਗੇ ਫੁੱਲ ਦਿਖਾਈ ਦੇ ਰਹੇ ਹੈਗੇ, ਸੁੰਡੀ ਵੀ ਦਿਖਾਈ ਦੇ ਰਹੀ ਹੈਗੀ ਆ, ਅਤੇ ਮੈਂ ਤੁਹਾਡੇ ਵੀ ਸਵਾਲ ਪੁੱਛ ਲੈਣਾ ਹੈਗਾ ਵੀ ਇਹਨਾਂ ਫੁੱਲਾਂ ਨੂੰ ਖਾ ਲੈਣ ਦਿਓ ਸੁੰਡੀ ਨੂੰ, ਕੋਈ ਗੱਲ ਨਹੀਂ, ਇਹ ਫੁੱਲ ਜੇ ਸਿਰੇ ਚੜ੍ਹ ਵੀ ਜਾਂਦੇ ਤਾਂ ਤੁਹਾਡੇ ਹੱਥ ਤਾਂ ਇਹ ਫਿਰ ਵੀ ਨਹੀਂ ਲੱਗਣੇ ਸੀਗੇ। ਇੱਕ ਇਹ ਤੋਂ ਖਤਰਾ ਜ਼ਰੂਰ ਹੈਗਾ ਵੀ ਇਹ ਸੁੰਡੀ ਅੱਗੇ ਜਾ ਕੇ ਸੁੰਡੀ ਦੇ ਵਾਧੇ ਵਿੱਚ ਆਪਣਾ ਯੋਗਦਾਨ ਪਾ ਸਕਦੀ ਹੈਗੀ ਆ, ਇਹਨੂੰ ਮਾਰ ਤਾਂ ਨਹੀਂ ਸਕਦੀ, ਇਹਨੂੰ ਮਾਰ ਤਾਂ ਕੁਦਰਤ ਸਕਦੀ ਹੈ। ਖੁਸ਼ਕੀ ਆ ਗਈ, ਤੇਜ਼ ਹਵਾਵਾਂ ਚੱਲ ਗਈਆਂ, ਇਹਦਾ ਪਤੰਗਾ ਕਿਤੇ ਉੱਡ ਕੇ ਹੋਰ ਚਲਾ ਜਾਣਾ ਹੈਗਾ, ਤੁਹਾਡੇ ਖੇਤ 'ਚੋਂ ਪ੍ਰੋਬਲਮ ਨਹੀਂ ਆਉਣੀ ਹੈਗੀ। ਪਰ ਜਿੱਥੇ ਵੀ ਨਰਮੇ ਦੀਆਂ ਛੱਟੀਆਂ ਪਈਆਂ ਹੈਗੀਆਂ ਉਹਨੂੰ ਜਾ ਕੇ ਕਵਰ ਕਰ ਦੇ। ਵੈਸੇ ਮੈਂ ਵੀ ਜ਼ਿਮੀਂਦਾਰ ਹਾਂ, ਮੈਨੂੰ ਪਤਾ ਇਹ ਕੰਮ ਕਰਨਾ ਬੜਾ ਮੁਸ਼ਕਲ ਹੁੰਦਾ ਹੈਗਾ, ਹੁੰਦਾ ਨਹੀਂ ਹੈਗਾ। ਪਰ ਤੁਸੀਂ ਕੰਮ ਕਰੋ, ਉਹਦੇ ਲੈਮੜਾ ਸਪਰੇਅ ਕਰ ਦਿਓ, ਛੱਟੀਆਂ ਦਾ ਢੇਰ ਜਿੱਥੇ ਵੀ ਪਿਆ ਹੈਗਾ। ਅੱਜ ਕੱਲ੍ਹ ਮਾਰਕੀਟ ਦੇ ਵਿੱਚ ਲੈਮੜਾ ਸਾਈ ਹਾਲੋਥਰਨ ਦਾ ਪਾਊਡਰ ਵੀ ਆ ਰਿਹਾ ਹੈਗਾ, ਮਿੱਟੀ ਵਿੱਚ ਘੋਲ ਕੇ ਉੱਪਰ ਸਪਰੇਅ ਮਾਰ ਦਿਓ, ਜਦੋਂ ਹੀ ਬਾਰਿਸ਼ ਪਈ, ਜਦੋਂ ਹੀ ਐਕਟਿਵ ਹੋਇਆ ਪਤੰਗਾ ਬਾਹਰ ਨਿਕਲੂਗਾ ਅਤੇ ਫੰਗਾਂ ਨੂੰ ਲੱਗ ਜਾਣਾ, ਪਤੰਗਾ ਮਰ ਜਾਣਾ ਹੈਗਾ। ਇਹ ਕਿਸੇ ਅਥੈਂਟਿਕ ਜਾਣਕਾਰੀ ਦਾ ਹਿੱਸਾ ਨਹੀਂ, ਇਹ ਫਾਰਮਰਾਂ ਤੋਂ ਪਤਾ ਲੱਗਿਆ ਹੈਗਾ। ਉਹਦੇ ਹੋਰ ਕੋਈ ਟ੍ਰੀਟਮੈਂਟ ਨਹੀਂ ਹੁੰਦਾ ਛੱਡੀਆਂ ਝਾੜ ਕੇ ਰੱਖਣ ਨੂੰ, ਵੈਸੇ ਮਹਿਕਮਾ ਕਹਿੰਦਾ ਹੈਗਾ, ਬਟ ਉਹ ਇੱਕ ਮਕੈਨੀਕਲ ਪ੍ਰੋਸੈਸ ਆਪਾਂ ਸਾਰੇ ਮਿਲ ਕੇ ਨਹੀਂ ਕਰ ਸਕਦੇ ਹੈਗੇ। ਉਹ ਡੇਰਿਆਂ ਦੇ ਵਿੱਚ ਪਈਆਂ, ਸਟੇਸ਼ਨਾਂ 'ਤੇ ਪਈਆਂ, ਹੋਰ ਲੇਬਰ ਕੋਲ ਪਈਆਂ, ਕਿਹੜੀਆਂ ਕਿਹੜੀਆਂ ਛੱਡੀਆਂ ਆਪਾਂ ਚੁਕਾਵਾਂਗੇ, ਉਹ ਮੁਸ਼ਕਲ ਆ ਕੰਮ ਥੋੜ੍ਹਾ ਜਿਹਾ। ਅਤੇ ਜਿਵੇਂ ਬਾਈ ਜੀ ਨੇ ਇੱਕ ਸਵਾਲ ਪੁੱਛਿਆ ਕਿ ਨਿੰਮ ਦੇ ਤੇਲ ਦਾ ਜਾਂ ਨਿੰਮ ਦੀ ਸਪਰੇਅ ਦਾ ਰੋਲ ਹੈਗਾ, ਹਾਂਜੀ, ਇਹ ਵਿਸ਼ਾ ਮੇਰੇ ਧਿਆਨ 'ਚ ਲਿਆਤਾ ਤੁਸੀਂ, ਵਧੀਆ ਗੱਲ ਕੀਤੀ। ਅਸੀਂ ਇਹ 'ਤੇ ਲਿਖਿਆ ਵੀ ਹੋਇਆ ਕਿਤਾਬ ਦੇ ਵਿੱਚ
कि तीन तरह के पत्ते निम अक ते सुखा अक की थान दंदूरा भी लै सकते तीन तीन किलो सारे अक दे विच भी जहर निम दे विच अजहरा डिक्टना ते सुखे दे विच भी मरजुआने दे विच भी नशा तिना का समेल तुसी 50 लीटर पानी घोल के रख लो हफ्ते बाद धुप्पे रखो इनू हफ्ते बाद सारे पत्ते कढ के रूड़ी सुट दो जिन्ना पानी बनया हैगा उस नू किले दे हिसाब नाल सारा होर नवा पानी पा के 100 लीटर बना लो ते स्प्रे कर दो शाम के समय जां फिर कंपनी दीआं स्प्रेहां आउंदीआं हैगीआं 300 ppm वाला निम का तेल स्प्रे आउंदा हैगा ਉਹ ਤੁਸੀਂ 1/2 ਲੀਟਰ 100 ਲੀਟਰ 'ਚ ਕਰ ਸਕਦੇ ਹੈਗੇ ਹੋ 1 ਲੀਟਰ ਵਧੋਗੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਜਦੋਂ ਵੀ ਪਤੰਗੇ ਨੇ ਆਂਡੇ ਦੇ ਕੇ ਮਰਨਾ ਹੈਗਾ ਉਹ ਆਂਡਿਆਂ ਨੇ ਬਾਹਰ ਨਿਕਲਣਾ ਹੈਗਾ ਚਾਂਸ ਹੋਣਗੇ ਕਿ ਆਂਡਿਆਂ ਦੇ ਵਿੱਚੋਂ ਬੱਚੇ ਨਾ ਨਿਕਲਣਗੇ ਤਾਂ ਜੇਕਰ ਉਹ ਟੀਂਡਾ ਕੜੱਤਣ 'ਚ ਹੋਇਆ ਫੁੱਲ ਕੜੱਤਣ 'ਚ ਹੋਇਆ ਫੁੱਲ ਗੁੱਡੀ ਕੜੱਤਣ 'ਚ ਹੋਈ ਤਾਂ ਉਹ ਉਹਨੂੰ ਚੁਆਇਸ 'ਚ ਨਹੀਂ ਲੈਣਗੇ ਉਹ ਮਿੱਟੀ 'ਤੇ ਡਿੱਗ ਕੇ ਮਰ ਜਾਣਗੇ ਜਾਂ ਤੁਹਾਡੇ ਮੱਛਰ ਹੈਗਾ ਤੁਹਾਡਾ ਜੂ ਹੈਗੀ ਆ ਹੋਰ ਬਹੁਤ ਸਾਰੇ ਕੀੜੇ ਰਸ ਚੂਸ ਕੀੜੇ ਹੈਗੇ ਆ ਤੁਹਾਨੂੰ ਤੰਗ ਕਰਦੇ ਆ ਨਰਮੇ ਦੀ ਫਸਲ ਉੱਤੇ ਨਿੰਮ ਦੀਆਂ ਸਪਰੇਹਾਂ ਜਾਂ ਤੁਹਾਡੀਆਂ ਜਿਹੜੀਆਂ ਜਿਵੇਂ ਲੈਨੋ ਸਪਰੇ ਆ ਸਪੈਰੋਮੈਸੀ ਫੈਨ ਜਾਂ ਐਬਰੋਨ ਓਬਰੋਨ ਸਪਰੇ ਆ ਇਹ ਤੁਹਾਡੇ ਮੱਛਰ 'ਤੇ ਚੱਲ ਰਹੀ ਅਵਸਥਾ 'ਤੇ ਜਿਹੜੀ ਅਗਲੀ ਅਵਸਥਾ ਆਂਡੇ ਦੇਣ ਦੀ ਆ ਰਹੀ ਆ ਉਹਨਾਂ ਬੱਚਿਆਂ ਨੂੰ ਖਤਮ ਕਰਦੀ ਆ ਬਜ਼ੁਰਗਾਂ ਨੂੰ ਨਹੀਂ ਮਾਰਦੀ ਇਹ ਬਜ਼ੁਰਗਾਂ ਦਾ ਮਤਲਬ ਜਿਹੜੇ ਵੱਡੇ ਮੱਛਰ ਨੇ ਜ਼ਿਆਦਾ ਭੋਜਨ ਦੇ ਵਿੱਚ ਖਾਂਦੇ ਨੇ ਉਹਨਾਂ ਨੇ ਵੈਸੇ 7-8 ਦਿਨਾਂ ਬਾਅਦ ਆਪਦੀ ਅਵਸਥਾ ਪੂਰੀ ਕਰਕੇ ਮਰ ਜਾਣਾ ਹੁੰਦਾ ਅਤੇ ਜਿਹੜੀ ਬੱਚ ਨਵੀਂ ਬੱਚ ਪੈਦਾ ਹੋ ਰਹੀ ਹੈਗੀ ਆ ਉਹਦੇ ਨਾਲ ਇਹ ਸਪਰੇਹਾਂ ਕੰਟਰੋਲ ਕਰਦੀਆਂ ਹੈਗੀਆਂ ਕਈ ਵਾਰੀ ਜੀਵੀਦਾਰਾਂ ਨੂੰ ਸਵਾਦ ਨਹੀਂ ਆਉਂਦਾ ਸਪਰੇਅ ਕਰਕੇ ਕਹਿੰਦੇ ਮੱਛਰ ਤਾਂ ਉਨਾ ਹੀ ਉੱਡੀ ਜਾਂਦਾ ਤੁਸੀਂ ਸਹੀ ਤਰੀਕੇ ਨਾਲ ਉਹ ਸਪਰੇਅ ਦਾ ਕੰਮ ਹੀ ਨਹੀਂ ਲਿਆ ਹੈਗਾ ਤੁਸੀਂ ਪਹਿਲਾਂ ਬੱਚ ਮਾਰਨਾ ਸੀ ਫਿਰ ਵੱਡੇ ਮਾਰ ਦਿੰਦੇ ਰਿਜ਼ਲਟ 15-20 ਦਿਨਾਂ ਦਾ ਬਣ ਜਾਣਾ ਸੀ ਪਰ ਮੈਂ ਤੁਹਾਨੂੰ ਇੱਕ ਗੁਜ਼ਾਰਿਸ਼ ਵੀ ਕਰਾਂਗਾ ਕਿ ਮੌਸਮ ਦੇ ਛਤਰ ਛਾਇਆ ਹੇਠ ਹੀ ਸਾਰੀ ਖੇਤੀ ਹੋ ਰਹੀ ਹੈਗੀ ਹੈ ਕੈਮੀਕਲ ਤਰੀਕੇ ਖੇਤੀ ਹੋਰ ਤਰੀਕੇ ਦੀ ਹੈ ਕੁਦਰਤੀ ਖੇਤੀ ਹੋਰ ਤਰੀਕੇ ਦੀ ਹੈ ਔਰਗੈਨਿਕ ਖੇਤੀ ਹੋਰ ਤਰੀਕੇ ਦੀ ਹੈ ਪੈਸਟੀਸਾਈਡ ਫਰੀ ਖੇਤੀ ਹੋਰ ਤਰੀਕੇ ਦੀ ਹੈ ਸਾਰੀਆਂ ਖੇਤੀਆਂ ਇੱਕ ਦੂਜੇ ਦੇ ਖਿਲਾਫ ਆ ਤੁਸੀਂ ਕਿਹੜੀ ਖੇਤੀ ਕਰ ਰਹੇ ਹੋ ਤੁਸੀਂ ਦੇਖ ਲਓ ਜੇ ਤੁਸੀਂ ਇੱਕੋ ਹੀ ਖੇਤ 'ਚ ਦੋਨੇ ਖੇਤੀਆਂ ਇਕੱਠੀਆਂ ਕਰਨ ਲੱਗ ਗਏ ਤਾਂ ਉਲਝ ਜਾਓਗੇ ਤਾਂ ਮੈਂ ਤੁਹਾਨੂੰ ਇਹੀ ਗੁਜ਼ਾਰਿਸ਼ ਕਰਦਾ ਵੀ ਜਿਹੜੀ ਤੁਹਾਨੂੰ ਸੌਖੀ ਲੱਗਦੀ ਹੈ ਉਹ ਕਰ ਤਾਂ 1 ਤਰੀਕ ਨੂੰ ਐਲਨਾ ਵਾ ਕਾਸੀ ਕਬਾਸ ਉੱਥੇ ਪੈਸਟੀਸਾਈਡ ਫਰੀ ਕਾਟਨ ਸਿਰਫ ਖਾਦਾਂ ਦੇ ਨਾਲ ਤੁਸੀਂ ਕਾਟਨ ਕਿਵੇਂ ਲੈਣਾ ਹੈਗਾ ਉਹਨਾਂ ਨੇ ਆਯੋਜਿਤ ਕੀਤਾ ਹੈਗਾ ਪ੍ਰੋਗਰਾਮ ਖੇਤ ਦੇ ਵਿੱਚ ਖੜ੍ਹ ਕੇ ਫਾਰਮਰ ਟ੍ਰੇਨਿੰਗ ਦੇਣਗੇ ਫਾਰਮਰ ਹੀ ਹੈਗਾ ਉਹਨਾਂ ਦਾ ਜਿਹੜਾ ਗਿਆਨ ਵੰਡ ਪ੍ਰੋਗਰਾਮ ਹੈਗਾ ਫਰੀ ਰੱਖਿਆ ਗਿਆ ਹੈਗਾ ਜਿਹੜੇ ਵੀਰਾਂ ਕੋਲ ਸਮਾਂ ਹੋਇਆ 1 ਜੁਲਾਈ ਨੂੰ 9-11 ਉਹਨਾਂ ਦਾ ਲਾਹਾ ਲੈ ਸਕਦੇ ਅਤੇ ਮੈਂ ਤੁਹਾਡੇ ਸਵਾਲ ਹੋਰ ਹੋਵੇ ਤਾਂ ਮੈਂ ਦੱਸ ਸਕਦਾ ਹੈਗਾ ਨਿੰਮ ਦੀ ਸਪਰੇਅ ਦਾ ਤੁਹਾਨੂੰ ਇੱਕ ਹੋਰ ਫਾਇਦਾ ਹੋਣਾ ਜੇ ਤੁਸੀਂ ਨਹੀਂ ਕੈਮੀਕਲ ਕੰਪਨੀ ਤੋਂ ਲੈਣਾ ਇਹਨੂੰ ਇੱਕ ਮਿਕਸਿੰਗ ਦਾ ਵੀ ਦਿੱਕਤ ਹੈਗੀ ਆ ਤੁਸੀਂ ਕੈਮੀਕਲ ਜਿਹੜਾ ਨਿੰਮ ਦੀ ਸਪਰੇ ਆਉਂਦੀ ਆ 300 ppm ਵਾਲੀ ਵੈਸੇ ਤਾਂ ਅੱਜ ਕੱਲ੍ਹ ਤਾਂ 1500 ppm 10,000-50,000 ppm ਵੀ ਆਉਣ ਲੱਗ ਗਿਆ ਬਟ ਉਹ ਨਿੰਮ ਦੀ ਸਪਰੇ ਨਹੀਂ ਉਹਦਾ ਨਿੰਮ ਦਾ ਅਰਕ ਹੋ ਜਾਂਦਾ ਹੈਗਾ ਅਤੇ ਕੁਦਰਤ ਨੇ ਅਰਕ ਦੇ ਨਾਲ ਹੋਰ ਬਹੁਤ ਕੁਛ ਪਾਇਆ ਹੁੰਦਾ ਹੈਗਾ ਉਹ ਤੇਲ 'ਚ ਹੁੰਦਾ ਹੈਗਾ ਨਿੰਮ ਦੀ ਸਪਰੇ ਵੀ ਤੇਲ 'ਚੋਂ ਹੀ ਬਣਦੀ ਤੇਲ ਨੂੰ ਐਕਸਟ੍ਰੈਕਟ ਕੀਤਾ ਜਾਂਦਾ ਉਹਨੂੰ ਕੁਦਰਤ ਨੇ ਜਿਹੜਾ ਜ਼ਹਿਰ ਪਾਇਆ ਹੈਗਾ ਕੜੱਤਣ ਵਾਲਾ ਉਹ ਕੱਢ ਕੇ ਉਹਨਾਂ ਨੇ ਪਰਸੈਂਟੇਜ ਬਣਾ ਕੇ ਦੇਣਾ ਹੁੰਦਾ ਤਾਂ ਜਿਹੜਾ ਤਾਂ ਕੈਮੀਕਲ ਵਾਲਾ ਮਾਰਕੀਟ 'ਚੋਂ ਮਿਲਦਾ ਪੈਸਟੀਸਾਈਡ ਕੰਪਨੀਆਂ ਵੇਚਦੀਆਂ 300 ppm ਵਾਲਾ ਉਹ 5 ml ਪ੍ਰਤੀ ਲੀਟਰ ਮਤਲਬ 100 ਲੀਟਰ 4 ਲੀਟਰ ਅਤੇ ਜਾਂ 1 ਲੀਟਰ ਤੱਕ ਵੀ ਪਾ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਹੈਗੀ ਉਹਨੂੰ ਤੁਸੀਂ ਕਿਸੇ ਸਪਰੇ ਨਾਲ ਮਿਕਸ ਕਰ ਲਓ ਕੋਈ ਪ੍ਰੋਬਲਮ ਨਹੀਂ ਪਾਊਡਰ ਵਾਲੀ ਸਪਰੇ ਨਾਲ ਮਿਕਸ ਨਹੀਂ ਕਰਨਾ ਯਾਦ ਰੱਖੋ ਪਹਿਲੀਆਂ 2-3 ਸਪਰੇਹਾਂ 'ਚ ਪਾਓ ਤੁਹਾਨੂੰ ਰਿਜ਼ਲਟ ਸ਼ਾਨਦਾਰ ਮਿਲਣਗੇ ਨਰਮੇ ਦੀ ਸਮੈਲ ਚੇਂਜ ਕਰਨੀ ਆ ਤਾਂ ਸਰਫ ਦੀ ਸਪਰੇ ਵੀ ਕਰ ਸਕਦੇ ਹੋ 100-200 ਗ੍ਰਾਮ ਪਾਈਆ ਸਰਫ ਕੋਈ ਵੀ ਲੈ ਕੇ 100 ਲੀਟਰ ਪਾਣੀ 'ਚ ਪਾ ਕੇ ਸਪਰੇ ਕਰੋਗੇ ਨਰਮੇ ਸਮੈਲ ਚੇਂਜ ਹੋਊਗੀ ਅਤੇ ਨਰਮੇ ਨੂੰ ਰਾਤ ਦੇ ਸਮੇਂ ਨਰਮਾ ਹੀ ਨਹੀਂ ਲੱਗਣਾ ਹੈਗਾ ਜਿਹੜਾ ਪੰਪਕੜ ਉੱਥੇ ਆ ਰਿਹਾ ਹੈਗਾ ਉਸ ਨੂੰ ਸਮੱਸਿਆ ਆਊਗੀ ਉਸ ਨੇ ਫਿਰ ਹੋਰ ਫਸਲ ਲੱਭਣੀ ਹੈਗੀ ਜਿੱਥੇ ਉਹਨੂੰ ਵਧੀਆ ਸਮੈਲ ਲੱਗੀ ਉੱਥੇ ਆਂਡੇ ਲੈ ਕੇ ਜਾਓ ਵੈਸੇ ਤਾਂ ਜਿਹੜਾ ਨਰਮੇ ਦੀ ਗੁਲਾਬੀ ਸੁੰਡੀ ਦਾ ਜਿਹੜਾ ਪਤੰਗਾ ਹੈਗਾ ਪਮਾਕੜ ਹੈਗਾ ਇਹ ਕੋਈ ਬਾਹਲੀ ਦੂਰ ਨਹੀਂ ਜਾਂਦਾ ਹੈਗਾ ਪਰ ਜਦੋਂ ਤੇਜ਼ ਹਵਾਵਾਂ ਚੱਲਦੀਆਂ ਹੈਗੀਆਂ ਫਿਰ ਇਹ 7-8-10-14-15 ਕਿਲੋਮੀਟਰ ਤੱਕ ਵੀ ਚਲਾ ਜਾਂਦਾ ਹੈਗਾ ਤੁਸੀਂ ਦੇਖੋ ਪੰਜਾਬ ਦੇ ਵਿੱਚ ਪੱਛਮੀ ਅਤੇ ਪੂਰਬੀ ਹਵਾਵਾਂ ਚੱਲਦੀਆਂ ਹੈਗੀਆਂ ਸਾਉਣ ਦੇ ਭਾਦੋ ਦੇ ਮਹੀਨੇ ਵਿੱਚ ਅਤੇ ਜਦੋਂ ਪਿਛਲੇ 2 ਸਾਲਾਂ ਤੋਂ ਹਮਲਾ ਜ਼ਿਆਦਾ ਹੋ ਰਿਹਾ ਗਿੱਦੜਵਾਹਾ ਮਲੋਟ ਮੁਕਤਸਰ ਅਤੇ ਭੀਖੀ ਮੰਡੀ ਬਰੇਟਾ ਇਹ ਬਚੇ ਹੋਏ ਆ ਇਹਨਾਂ ਦੇ 8-10 ਕੁਇੰਟਲ ਨਰਮਾ ਹੋ ਰਿਹਾ ਸੀਗਾ
ਅਤੇ ਜਿਹੜਾ ਇਹ ਏਰੀਆ ਪੈਂਦਾ ਹੈਗਾ ਤੁਹਾਡਾ ਹਿੰਦਮਲ ਕੋਟ ਅਬੋਹਰ ਬੈਲਟੀ ਹੋ ਗਈ ਸਾਰੀ, ਇਹ ਸਾਰਾ ਇੱਥੋਂ ਲੈ ਕੇ ਭੂਨਾ ਮੰਡੀ ਤੱਕ ਜਿੰਨੀ ਇਹ ਪੱਛਮ ਦੀ ਹਵਾ 'ਚ ਬਲੇਡ 'ਚ ਆਉਂਦਾ ਹੈਗਾ, ਇਹ ਹਮਲੇ ਇਸ ਏਰੀਏ 'ਚ ਸਭ ਤੋਂ ਵੱਧ ਹਮਲਾ ਹੋਇਆ, ਕਿਉਂਕਿ ਇਹ ਬੈਲਟ ਬਣਦੀ ਹੈਗੀ ਹੈ ਲਗਭਗ 800 ਕਿਲੋਮੀਟਰ ਦੀ, ਅਤੇ ਜੇ ਪਤੰਗਾ ਇੱਥੋਂ ਉੱਠ ਕੇ 50-15 ਕਿਲੋਮੀਟਰ ਚਲਾ ਗਿਆ ਤਾਂ ਉਹ ਨਰਮਾ ਮਿਲ ਜਾਂਦਾ ਸੀਗਾ, ਉਹ ਚਾਹੇ ਹਵਾ ਇੱਧਰੋਂ ਚੱਲੇ ਚਾਹੇ ਪੂਰਬ ਦੀ ਚੱਲੇ ਅਤੇ ਉਹਨੂੰ ਨਰਮਾ ਮਿਲਦਾ ਰਿਹਾ, ਉਹ ਉਸਨੇ ਲੰਬਾ ਸਮਾਂ ਹਮਲਾ ਕੀਤਾ। ਆਪਾਂ ਸੁੰਡੀ ਦੀ ਭਾਲਦੇ ਰਹੇ, ਜਦੋਂ ਸੁੰਡੀ 'ਤੇ ਆਈ ਉਦੋਂ ਆਪਾਂ ਨੇ ਹਥਿਆਰ ਚੱਕੇ, ਹਥਿਆਰ ਕੰਮ ਨਹੀਂ ਆਏ ਹੈਗੇ। ਅਤੇ ਮੈਂ ਵੀ 3-4 ਦਿਨ ਤੋਂ ਲਗਾਤਾਰ ਬੋਲ ਰਿਹਾ ਹੈਗਾ, ਮੈਂ ਇਸੇ ਕਰਕੇ ਵੀ ਸਿਰਕਲਾ ਪਾਣੀ ਪੀ ਰਿਹਾ ਹੈਗਾ, ਅਤੇ ਤੁਸੀਂ ਮੈਨੂੰ ਬੜੇ ਧਿਆਨ ਦੇ ਨਾਲ ਸੁਣਿਆ ਅਤੇ ਮੈਨੂੰ ਵੀ ਬੋਲਣ ਦਾ ਬਹੁਤ ਸਵਾਦ ਆਇਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਜ਼ਮੀਨ ਕਿਵੇਂ ਤਿਆਰ ਕਰਨੀ ਚਾਹੀਦੀ ਵਾਹੁਣ ਤੋਂ ਪਹਿਲਾਂ, ਨਰਮਾ ਵੀ ਸੁੱਕੀ ਵਾਹੁਣੀ ਚਾਹੀਦੀ ਕਿ ਰੌਣੀ ਵਾਹੁਣੀ ਚਾਹੀਦੀ? ਹਾਂਜੀ, ਇੱਕ ਸਵਾਲ ਆਇਆ ਜੀ ਕਿ ਨਰਮੇ ਦੀ ਫਸਲ ਬਿਜਾਈ ਕਰਨ ਵੇਲੇ ਵਾਹਣ ਕਿੰਨਾ ਕੁ ਵਾਹੁਣਾ ਚਾਹੀਦਾ ਹੈਗਾ। ਮਿੱਟੀ ਦੀ ਸਿਹਤ 'ਤੇ ਡਿਪੈਂਡ ਕਰਦਾ ਜੀ, ਮਿੱਟੀ ਦੇ ਵਿੱਚ ਬਿਮਾਰੀ 'ਤੇ ਡਿਪੈਂਡ ਕਰਦਾ ਹੈਗਾ, ਜੇ ਬਿਮਾਰੀਆਂ ਜ਼ਿਆਦਾ ਆ ਅਤੇ ਜਿੱਦਾਂ ਅੱਜ ਦੇ ਸਮੇਂ ਅੱਜ ਦੀ ਗੱਲ ਕਰਾਂ, ਟਿੰਡੀਆਂ ਭਰਿੰਡੀਆਂ ਖੱਖੜੀਆਂ ਕਰੇਲੇ ਕੱਦੂ ਆਮ ਲੱਗ ਰਹੇ ਆਪਣੇ ਖੇਤਾਂ ਦੇ ਵਿੱਚ, ਹਰ ਰੋਜ਼ ਆਪਾਂ ਕੱਦੂ ਖਾਈ ਜਾਈਏ, ਆਪਾਂ ਕਹਿ ਦਿੰਦੇ ਯਾਰ ਅੱਜ ਤਾਂ ਮੂੰਗੀ ਧਰ ਲਓ, ਅੱਕ ਗਿਆ ਜੀ ਅੱਕ ਗਿਆ। ਵਾਰੀ ਵਾਰੀ ਨਰਮਾ ਲੱਗਣਾ ਆਪਣੇ ਖੇਤਾਂ ਦੇ ਵਿੱਚ ਹੈਬਚੁਅਲ ਸੋਇਲ ਦੀ ਪ੍ਰੋਬਲਮ ਆ, ਖੇਤ ਆਪਣਾ ਥੱਕ ਚੁੱਕਿਆ ਅੱਕ ਚੁੱਕਿਆ, ਉੱਥੇ ਸਰੋਂ ਲਾ ਲਓ, ਗੁਆਰਾ ਲਾ ਲਓ, ਬਰਸੀਮ ਲਾ ਲਓ, ਕੋਈ ਹੋਰ ਖੇਤੀ ਕਰ ਲਓ, ਮਿੱਟੀ ਦੇ ਵਿੱਚ ਕੁਦਰਤ ਨੂੰ ਹੋਰ ਅੰਗਾਂ ਤੋਂ ਵੀ ਵਧਣ ਫੁੱਲਣ ਦਾ ਮੌਕਾ ਦਿਓ। ਡੂੰਗੀ ਵਹਾਈ ਦੀ ਗੱਲ ਕਰੀਏ, ਪੱਕੜ ਜ਼ਮੀਨਾਂ ਨੂੰ ਜ਼ਰੂਰ ਡੂੰਘਾ ਵਾਲਿਆ ਕਰੋ, ਤੋਤੇ ਮਾਰ ਲਓ ਜਾਂ ਕੋਈ ਡੂੰਘੇ ਹਲ ਡੂੰਘੇ ਫਾਲੇ ਮਾਰ ਸਕਦੇ, ਕੋਈ ਦਿੱਕਤ ਨਹੀਂ ਹੈਗੀ। ਜੀਰੋ ਟਿੱਲ 'ਚ ਕੋਟਨ ਦਾ ਵੀ ਕੰਮ ਸ਼ੁਰੂ ਹੋਇਆ ਹੈਗਾ, ਤੁਸੀਂ ਸੰਦੀਪ ਬਿਸ਼ਨੋਈ ਦੀਆਂ ਵੀਡੀਓ ਦੇਖੀਆਂ ਹੋਣੀਆਂ ਹੈਗੀਆਂ, ਤਾਂ ਜੀਰੋ ਟਿੱਲ 'ਚ ਕੋਟਨ 'ਤੇ ਅਸੀਂ ਵੀ ਕੰਮ ਕਰ ਰਹੇ ਹਾਂ, ਜਿੱਦਾਂ ਜੀਰੋ ਡਰਿੱਲ ਦੇ ਨਾਲ ਕਣਕ ਬੀਜੀ ਜਾਂਦੀ ਹੈਗੀ, ਜੀਰੋ ਡਰਿੱਲ ਦੇ ਨਾਲ ਨਰਮਾ ਵੀ ਬੀਜਿਆ ਜਾ ਸਕਦਾ ਹੈਗਾ, ਕਿਉਂਕਿ ਇਹ ਉੱਥੇ ਹੋ ਸਕਦਾ ਹੈਗਾ। ਜੀਰੋ ਡਰਿੱਲ ਹਮੇਸ਼ਾ ਮੀਡੀਅਮ ਸੋਇਲ ਦੇ ਵਿੱਚ ਕਾਮਯਾਬ ਰਹੀ, ਅੱਜ ਤੱਕ ਦੀ ਰੀਸਰਚ ਮੁਤਾਬਕ ਹਾਰਡ ਸੋਇਲ ਕਲੇ ਸੋਇਲ ਰੋੜਾਂ ਵਾਲੀ ਧਰਤੀ ਦੇ ਵਿੱਚ ਜੀਰੋ ਟਿੱਲ 'ਚ ਨਹੀਂ ਕਾਮਯਾਬ ਹੈਗੀ। ਅਤੇ ਜਿਹੜੀਆਂ ਜ਼ਮੀਨਾਂ ਦੇ ਵਿੱਚ ਚੰਗਾ ਬਲੱਡ ਹੈਗਾ, ਔਰਗੈਨਿਕ ਮੈਟਰ ਜ਼ਿਆਦਾ ਆ, ਜੈਵਿਕ ਕਾਰਬਨ ਜ਼ਿਆਦਾ ਹੈਗੀ ਆ, ਤਾਂ ਤੁਸੀਂ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਤਜਰਬੇ ਕਰ ਸਕਦੇ ਹੈਗੇ। ਧੰਨਵਾਦ, ਥੈਂਕ ਯੂ। ਆਜੋ ਆਜੋ, ਪਾਣੀ ਦਿਓ ਜੀ। ਮੈਨੂੰ ਮੁੜਕਾ ਬਦਲਾ ਆ, ਅਤੇ ਪਰ ਜਵਾਬ ਵੀ ਹੈਗੇ ਜੇ ਤੁਸੀਂ ਸੁਣਨੇ ਆ ਵਧੀਆ, ਤੁਸੀਂ ਸ਼ੋਰ ਨਾ ਬਚਾਓਗੇ, ਜਵਾਬ ਮੈਂ ਵਧੀਆ ਦਲੀਲਾਂ ਦੇ ਨਾਲ ਦਿੰਦਾ ਹੈਗਾ। ਹਾਂ, ਦੋ ਸਵਾਲ ਆਏ ਹੈਗੇ ਆ, ਇੱਕ ਤਾਂ ਵੀ ਬੈਡਾਂ ਵਾਲਾ ਨਰਮਾ ਵੱਟਾਂ ਵਾਲਾ ਨਰਮਾ ਜੀ ਵਧੀਆ? ਹਾਂਜੀ ਵਧੀਆ, ਫਸਲ ਨੂੰ ਬੀਜਣ ਦਾ ਤਰੀਕਾ ਹੈ, ਨਾ ਕਿ ਫਸਲ ਦੇ ਝਾੜ ਦੀ ਗਰੰਟੀ ਆ, ਠੀਕ ਹੈ। ਕੋਈ ਵੀ ਤਰੀਕਾ ਹੋ ਸਕਦਾ, ਇੱਥੇ ਝੋਨੇ ਦੇ ਵਿੱਚ ਕੱਦੂ ਹੋ ਕੇ ਲੱਗਦਾ, ਦੁਨੀਆ ਦੇ ਵਿੱਚ ਬਹੁਤ ਦੇਸ਼ਾਂ 'ਚ ਕੱਦੂ ਹੋ ਹੀ ਨਹੀਂ ਰਿਹਾ, DSR ਕਹਿੰਦੇ ਮਸ਼ੀਨਾਂ ਨਾਲ ਆਉਂਦਾ, ਲੋਕ ਹੱਥਾਂ ਨਾਲ DSR ਕਰੀ ਜਾਂਦੇ, ਜਹਾਜ਼ਾਂ ਨਾਲ DSR ਕਰੀ ਜਾਂਦੇ ਆ, ਕਿਸੇ ਖਿੱਤੇ ਦੇ ਵਿੱਚ ਕੋਈ ਵੀ ਮਕੈਨੀਕਲ ਕਰੋਪ ਪ੍ਰੈਕਟਿਸ ਐਕਟਿਵ ਹੋ ਸਕਦੀ ਹੈ। ਜੇ ਤੁਹਾਡੇ ਲਈ ਵੱਟਾਂ ਦਾ ਨਰਮਾ ਨਵਾਂ ਹੈਗਾ, ਕੋਈ ਪ੍ਰੋਬਲਮ ਨਹੀਂ, ਖਾਦਾਂ ਦਾ ਪ੍ਰਬੰਧ ਉਹਦਾ ਸਹੀ ਕਰਨਾ ਪਊਗਾ, ਉਹਨੂੰ ਵਧੀਆ ਹਵਾ ਦੀ ਮਾਤਰਾ ਮਿਲਦੀ ਹੈਗੀ, ਕਿਉਂਕਿ ਬੈੱਡ 'ਤੇ ਇੱਕ ਸਾਈਡ ਪਾਣੀ ਲੱਗਦਾ, ਦੂਜੀ ਸਾਈਡ ਖੁਸ਼ਕੀ ਰਹਿੰਦੀ ਹੈਗੀ ਆ, ਅਤੇ ਜੜ ਨੂੰ ਕਦੇ ਵੀ ਫਲੱਡ ਸਟ੍ਰੈਸ ਨਹੀਂ ਮਿਲਦਾ ਹੈਗਾ। ਇੱਕ ਮੈਂ ਗੱਲ ਕਰਨੀ ਭੁੱਲ ਗਿਆ, ਨਿਊਟ੍ਰੀਸ਼ਨ ਦੀ ਜਦੋਂ ਗੱਲ ਕਰ ਚੱਲ ਰਹੀ ਸੀ, ਯੂਰੀਆ ਦੇ ਨਾਲ ਧਰਤੀ ਦੇ ਨੇੜਲੇ ਪੱਤੇ ਪੀਲੇ ਪੈਂਦੇ ਆ, ਪੁਰਾਣੇ ਪੱਤੇ ਪੀਲੇ ਹੋ ਜਾਣਗੇ, ਸੰਤਰੀ ਜੇ ਹੋ ਜਾਣਗੇ ਲਾਲ ਹੋ ਜਾਣਗੇ, ਝੜ ਜਾਣਗੇ ਇਕੱਠੇ ਹੋ ਜਾਣਗੇ, ਯੂਰੀਆ ਦੀ ਘਾਟ ਰੇਤਲੀਆਂ ਜ਼ਮੀਨਾਂ 'ਚ ਜ਼ਿਆਦਾ ਆਉਂਦੀ, ਅਸੀਂ ਬੁੱਕ ਦੇ ਵਿੱਚ ਫੋਟੋਆਂ ਵੀ ਲਾਈਆਂ ਹੋਈਆਂ ਹੈਗੀਆਂ। ਅਤੇ ਸਲਫਰ ਦੀ ਘਾਟ ਨਵੇਂ ਪੱਤਿਆਂ 'ਚ ਆਉਂਦੀ ਹੈ, ਚੋਟੀ 'ਤੇ ਆਉਂਦੀ ਆ, ਜਦੋਂ ਤੁਹਾਡੇ ਖੇਤ ਦੇ ਵਿੱਚ 3 ਬਾਰਿਸ਼ ਹੋਈ ਜਾਂਦੀ ਹੈਗੀ ਆ, ਪਾਣੀ ਨਿਕਲਦਾ ਨਹੀਂ ਹੈਗਾ, ਜਾਂ ਨਿਕਲ ਕੇ ਗੁਆਂਢੀ ਦੇ ਖੇਤ ਚਲਾ ਗਿਆ, ਜਾਂ ਰੇਤਲੀ ਜ਼ਮੀਨ ਆ, ਸਾਰਾ ਸਮਾਨ ਘੋਲ ਕੇ ਉਹਨੇ ਥੱਲੇ ਪੋਚਾ ਮਾਰਤਾ, ਤਾਂ ਤੁਹਾਡੇ ਟੂਸੇ ਪੀਲੇ ਪੈਂਦੇ ਹੈਗੇ ਆ, ਤਾਂ ਜਾਂ ਤਾਂ ਮਾਰਕੀਟ ਦੇ ਵਿੱਚੋਂ ਅਮੋਨੀਅਮ ਸਲਫੇਟ 1/2 ਕਿਲੋ 100 ਲੀਟਰ ਪਾਣੀ 'ਚ ਕੱਟ ਲਓ, ਅਤੇ ਜਾਂ ਫਿਰ ਆਮ ਯੂਰੀਆ ਅਤੇ ਸਲਫਰ ਦੀ ਸਪਰੇਅ ਕਰ ਲਓ। ਸਲਫਰ ਦੀ ਡੋਜ਼ ਪਹਿਲਾਂ ਮੈਂ ਦੱਸੀ ਆ, ਅਤੇ ਇੱਕ ਤੁਸੀਂ ਗੱਲ ਯਾਦ ਰੱਖਿਓ, ਯੂਰੀਆ ਦੀ ਸਪਰੇਅ ਜਦੋਂ ਵੀ ਕਰਨੀ ਆ ਤੁਰਤ ਘੋਲ ਕੇ ਕਰਨੀ ਆ,
ਅਤੇ ਨਾਲ ਦੀ ਨਾਲ ਕੰਮ ਨਿਬੇੜਨਾ। ਮੈਂ ਦੇਖਿਆ ਬਾਗਾਂ ਵਾਲੇ ਬੰਦਿਆਂ ਕੋਲ 2-2 ਹਜ਼ਾਰ ਲੀਟਰ ਦੇ ਡਰੰਮ ਆਉਂਦੇ ਹੈਗੇ ਆ, ਅਤੇ ਜਦੋਂ ਤੁਸੀਂ 5-7 ਸਪਰੇਹਾਂ ਪਾ ਕੇ ਸਪਰੇ ਕਰਦੇ ਹੈਗੇ ਨਾ, ਸਮ ਟਾਈਮ ਕ੍ਰਿਸਟਲ ਬਣ ਜਾਂਦੇ ਹੈਗੇ ਆ, ਸਪਰੇ ਮਿਕਸ ਹੋਣ ਦੇ ਯੋਗ ਨਹੀਂ ਹੁੰਦੀ। ਤੁਸੀਂ ਉਸ ਨੂੰ ਥੱਲੇ ਮੰਡੀ ਉਹ ਸੈਟਲ ਡਾਊਨ ਹੋਣ ਲੱਗ ਜਾਂਦਾ, ਉਹਦੇ ਵਿੱਚ ਕ੍ਰਿਸਟਲ ਬਣ ਕੇ ਅਨਘੁਲਨਸ਼ੀਲ ਪਦਾਰਥ ਰਹਿਣ ਲੱਗ ਜਾਂਦਾ, ਉਹ ਫਿਰ ਜਾਂ ਤਾਂ ਮਗਰਲੀ ਜਿਹੜੀ 100 ਲੀਟਰ ਸਪਰੇ ਹੁੰਦੀ ਆ ਉਹਦੇ ਵਿੱਚ ਫਿਰ ਸਾੜਾ ਪੈ ਜਾਂਦਾ ਫਸਲ ਦੇ ਉੱਪਰ। ਯੂਰੀਆ ਇੱਕ ਇਸ ਤਰ੍ਹਾਂ ਦੀ ਚੀਜ਼ ਆ, ਪਾਣੀ ਦੇ ਵਿੱਚ ਘੁਲ ਸਕਦਾ, ਯੂਰੀਆ ਦੇ ਵਿੱਚ ਕਦੇ ਪਾਣੀ ਨਾ ਪਾਓ, ਪਾਣੀ ਨੂੰ ਯੂਰੀਆ ਦੇ ਵਿੱਚ ਪਾਣੀ ਨਾ ਪਾਓ, ਪਾਣੀ ਦਾ ਬਰਤਨ ਭਰ ਕੇ ਉਹਦੇ ਵਿੱਚ ਯੂਰੀਆ ਪਾਓ ਹਮੇਸ਼ਾ। ਤੁਸੀਂ ਕੀ ਕਰਦੇ ਹੋ, ਜੇ ਮੰਨ ਲਓ ਕਿਸੇ ਵੱਡਾ ਜ਼ਿਮੀਂਦਾਰ ਹੈਗਾ ਤਾਂ ਤੁਸੀਂ 200 ਲੀਟਰ ਡਰੰਮ ਦਾ ਗਲ ਵੱਢਿਆ ਹੁੰਦਾ ਅਤੇ ਉਹਦੇ ਵਿੱਚ ਪਾਣੀ ਭਰ ਕੇ ਅਤੇ ਗੱਟਾ ਖੋਲ੍ਹ ਦਿੰਦੇ ਹੋ ਸਿੱਧਾ, ਜਾਂ ਪਹਿਲਾਂ ਗੱਟਾ ਖੋਲ੍ਹ ਕੇ ਅਤੇ ਬਾਅਦ 'ਚ ਉਹਦੇ ਵਿੱਚ ਪਾਣੀ ਪਾ ਦਿੰਦੇ ਹੋ ਬਾਲਟੀਆਂ ਦੇ ਨਾਲ, ਤਾਂ ਉਹਦੇ ਨਾਲ ਟੈਂਪਰੇਚਰ ਡਾਊਨ ਆਉਂਦਾ ਹੈਗਾ, ਪਾਣੀ ਠੰਡਾ ਹੋ ਜਾਂਦਾ ਹੈਗਾ, ਘੁਲਨਸ਼ੀਲਤਾ ਘੱਟ ਜਾਂਦੀ ਹੈਗੀ ਆ, ਯੂਰੀਆ ਦੁਬਾਰੇ ਫਿਰ ਯੂਰੀਆ ਬਣਨ ਲੱਗ ਜਾਂਦਾ। ਯੂਰੀਆ ਸਿੱਧਾ ਬੂਟਾ ਖਾ ਨਹੀਂ ਸਕਦਾ, ਇਹਨੂੰ ਟੁੱਟਣਾ ਪੈਣਾ। ਬਹੁਤ ਸਾਰੀਆਂ ਖਾਦਾਂ ਹੁਣ ਜਿਹੜੀਆਂ ਨਵੀਆਂ ਤਕਨੀਕਾਂ, ਇਜ਼ਰਾਈਲ ਦੀ ਤਕਨੀਕ ਹੈਗੀ ਆ ਜਾਂ ਹੋਰ ਕੰਟਰੀਆਂ ਦੀਆਂ ਤਕਨੀਕਾਂ ਹੈਗੀਆਂ, ਉਹ ਕਹਿੰਦੇ ਵੀ ਜਿਹੜੇ 17 ਤੱਤ ਹੈਗੇ ਆ ਇਹ ਆਪਾਂ ਉਸ ਅਵਸਥਾ ਜੀ ਬੂਟੇ ਨੂੰ ਦੇ ਦਈਏ ਜਿਹੜੀ ਅਵਸਥਾ 'ਚ ਉਹ ਖਾ ਸਕਦਾ ਹੈਗਾ। ਇਸੇ ਕਰਕੇ NPK ਖਾਦਾਂ ਆਈਆਂ, ਇਸੇ ਕਰਕੇ ਹੋਰ ਡ੍ਰਿਪ, ਜਿੱਦੇ ਆਪਣੀ ਖੇਤੀ ਹਿੰਦੁਸਤਾਨ ਦੀ ਡ੍ਰਿਪ 'ਤੇ ਆ ਗਈ, ਆਪਾਂ ਬਹੁਤ ਸਾਰੇ ਝਾੜ ਚਲਾ ਜਾਣਾ ਹੈਗਾ। ਤਾਂ ਡ੍ਰਿਪ 'ਤੇ ਇਹ ਚੀਜ਼ਾਂ ਪੋਸੀਬਲ ਹੈਗੀਆਂ, ਕਿਉਂਕਿ ਜੜ ਦੇ ਕੋਲ ਖਾਦ ਜਾਂਦੀ, ਛਿੱਟੇ 'ਚ ਕੁਝ ਪਾਉਣਾ ਨਹੀਂ ਹੈਗਾ। ਤਾਂ ਜਿਹੜਾ ਵੱਟਾਂ ਵਾਲਾ ਨਰਮਾ ਸੀਗਾ ਉਹ ਵੀ ਇੱਕ ਵਧੀਆ ਚੀਜ਼ ਹੈਗੀ ਆ, ਕਿ ਉਹਦੇ 'ਚ ਨਦੀਨ ਕੰਟਰੋਲ ਰਹਿੰਦੇ ਆ, ਜੇ ਲੇਟ ਬਿਜਾਈ ਹੋ ਰਹੀ ਆ ਤਾਂ ਵੀ ਗਰੋਥ ਬਹੁਤ ਜ਼ਿਆਦਾ ਵਧੀਆ ਹੁੰਦੀ, ਨਰਮਾ ਥੋੜ੍ਹਾ ਜਿਹਾ ਸੰਘਣਾ ਲਾ ਲਓਗੇ ਤਾਂ ਵੀ ਕੋਈ ਦਿੱਕਤ ਨਹੀਂ ਆਉਣੀ ਹੈਗੀ, ਤਾਂ ਲਾ ਸਕਦੇ। ਜਿਹੜਾ ਦੂਸਰਾ ਸਵਾਲ ਆਇਆ ਸੀਗਾ ਕਿ ਜਿੱਦਾਂ ਬਵੇਰੀਆ ਬੇਸੀਆਨਾ ਹੈਗਾ ਬਾਇਓ ਦਾ, ਪਸੀਲੋਮਾਈਸਿਸ ਹੈਗਾ ਜਾਂ ਨੈਪਥਾਲਿਨ ਹੋਏਗਾ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਐਕਟਿਵ ਹੈਗੀਆਂ ਬਾਇਓ ਦੀਆਂ, ਬਾਇਓ ਕਦੇ ਵੀ ਹਾਈ ਟੈਂਪਰੇਚਰ 'ਤੇ ਜ਼ਿਆਦਾ ਵਧੀਆ ਰਿਜ਼ਲਟ ਨਹੀਂ ਦਿੰਦੀ, ਅਤੇ ਖੇਤ ਤੋਂ ਖੇਤ ਵੀ ਇਹਦੇ ਰਿਜ਼ਲਟ ਵੱਖੋ ਵੱਖਰੇ ਹੁੰਦੇ ਆ, ਕਿਉਂਕਿ ਖੇਤ ਦੇ ਵਿੱਚ PH ਸੇਮ ਨਹੀਂ ਹੈਗੀ, ਖੇਤ ਦੀ ਸਿਹਤ ਠੀਕ ਨਹੀਂ ਹੈਗੀ, ਖੇਤ ਦੇ ਵਿੱਚ ਕਿੰਨੀ ਕੰਟੈਮੀਨੇਸ਼ਨ ਹੋਈ ਹੈ, ਕਿੰਨਾ ਪੁਰਾਣਾ ਖੇਤ ਆ, ਉਹਦਾ ਇਤਿਹਾਸ ਕੀ ਰਿਹਾ ਹੈਗਾ, ਉੱਥੇ ਕਿੰਨੇ ਭੈੜੇ ਹਰਬੀਸਾਈਡ ਯੂਜ਼ ਹੋਏ ਆ, ਫੰਗੀਸਾਈਡ ਯੂਜ਼ ਹੋਏ ਆ, ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਹੈਗੀਆਂ। ਅਤੇ ਇਹ ਬਾਇਓ ਦੇ ਵਿੱਚ ਵੀ ਨਹੀਂ ਚੀਜ਼ ਨਿਕਲ ਕੇ ਸਾਹਮਣੇ ਆਈ ਹੈਗੀ ਆ ਵੀ ਜੇ ਆਪਾਂ ਇੱਥੇ ਖੇਤੀ ਕਰ ਰਹੇ ਹੈਗੇ ਹਾਂ ਪਦਮਪੁਰ ਦੇ ਵਿੱਚ, ਅਤੇ ਪਦਮਪੁਰ ਦੀ ਮਿੱਟੀ 'ਚੋਂ ਨਿਕਲਿਆ ਹੋਇਆ ਟ੍ਰਾਈਕੋਡਰਮਾ ਹੀ ਤੁਹਾਨੂੰ ਮਿਲਣਾ ਚਾਹੀਦਾ, ਜਿਹੜਾ ਕੁਦਰਤ ਨੇ ਇੱਥੇ ਬਣਾਇਆ। ਤੁਹਾਨੂੰ ਮਹਾਰਾਸ਼ਟਰ ਦੇ ਪੂਨੇ ਦਾ ਟ੍ਰਾਈਕੋਡਰਮਾ ਨਹੀਂ ਚਾਹੀਦਾ, ਉਹ ਜਿਹੜੀ ਪ੍ਰਜਾਤੀ ਆ ਉਹ ਉੱਥੇ ਕੁਦਰਤ ਨੇ ਬਣਾਈ, ਉੱਥੇ ਕੰਮ ਕਰਦੀ ਆ, ਇੱਥੇ ਆ ਜਾਂਦੀ, ਉਹ ਕੰਮ ਨਹੀਂ ਕਰਦੀ ਹੈਗੀ, ਇਹ ਚੀਜ਼ ਨਿਕਲ ਕੇ ਸਾਹਮਣੇ ਆਈ ਹੈ। ਇਹ ਆਪਣੀ ਪਰ ਹਜੇ ਤੱਕ ਕਦੇ ਮੰਗ ਹੀ ਨਹੀਂ ਹੁੰਦੀ ਹੈਗੀ, ਨਾ ਇਹ ਚੀਜ਼ ਰਿਕਮੈਂਡੇਸ਼ਨ 'ਚ ਆਉਣੀ ਆ, ਨਾ ਇਹ 'ਤੇ ਕੋਈ ਹਰਾ ਪਹਿਲ ਕੰਮ ਕਰਦਾ ਹੈਗਾ। ਹੋਰ ਸਵਾਲ ਹੋਇਆ ਦੱਸੋ ਜੀ। ਮੈਨੂੰ ਯੂਰੀਆ ਜੋ ਡਾਲੇ, ਹਾਂ ਉਸਦੀ ਮਾਤਰਾ ਕਿਤਨੀ ਹੋ? ਨਹੀਂ ਡਾਲਣਾ ਹੀ ਨਹੀਂ, ਇੱਕ ਮਿੰਟ, ਮੈਨੂੰ ਯੂਰੀਆ ਜੋ ਆ ਰਹੀ ਹੈ ਫਿਰ ਕਰਕੇ ਰਹੀ ਹੈ ਗੱਲ, ਜਾਂ ਤਾਂ ਡਾਲੇ ਨਹੀਂ, ਜਾਂ ਡਾਲੇ ਤਾਂ ਉਸਦੀ ਕਿਤਨਾ ਕੁਛ ਹੋਰ ਕੁਛ ਡਾਲ ਸਕਦੇ ਹੈ ਜਾਂ ਨਹੀਂ ਡਾਲ ਸਕਦੇ? ਨੈਨੋ ਯੂਰੀਆ ਬਾਰੇ ਸਵਾਲ ਆਇਆ ਜੀ, ਤੁਹਾਨੂੰ ਫ੍ਰੀ ਵੀ ਮਿਲੀ ਹੋਣੀ ਹੈ, ਧੱਕੇ ਨਾਲ ਵੀ ਮਿਲੀ ਹੋਣੀ ਆ, ਅਤੇ ਤੁਸੀਂ ਪੈਸਾ ਦੀ ਵੀ ਲਈ ਹੋਣੀ। ਦੇਖੋ ਰੋਟਾਵੇਟਰ 2003 ਦੇ ਵਿੱਚ ਇਨਵੈਂਸ਼ਨ ਹੋਈ ਸੀਗੀ, 2007 'ਚ ਸਬਸਿਡੀ ਆਈ ਸੀ, ਉਦੋਂ ਹੀ BT ਗੋਰਡਨ ਆਇਆ ਸੀਗਾ। ਅਤੇ ਜੇ ਆਪਾਂ ਇਤਿਹਾਸ ਦਾ ਹਵਾਲਾ ਦਈਏ ਤਾਂ ਗੱਲ ਛੇਤੀ ਹਾਜ਼ਮ ਆ ਜਾਂਦੀ, ਤੁਸੀਂ ਗਾਂਹ ਵੀ ਕਿਸੇ ਨੂੰ ਦੱਸਣ ਜੋਗੇ ਹੋ ਜਾਂਦੇ ਹੋ। ਅਤੇ ਸਬਸਿਡੀ ਵੇਲੇ ਤਾਂ ਲੋਕਾਂ ਨੇ ਬਹਾਨਾ ਲਾਇਆ ਵੀ ਸਾਡੇ ਕੋਲ ਤਾਂ ਸਕੋਟ ਹੈ 35-11 ਹੈ ਜੀ, ਸਾਡੇ ਤੋਂ ਤਾਂ ਚੱਲਣਾ ਨਹੀਂ ਹੈਗਾ, ਸਾਨੂੰ ਤਾਂ 6 ਮਹੀਨੇ ਬਾਅਦ ਟਰੈਕਟਰ ਬੋਰ ਕਰਾਉਣਾ ਪਿਆ ਕਰਨਾ ਪਿਆ ਕਰੂਗਾ। ਅੱਜ ਦੇ ਟਾਈਮ ਦੇ ਵਿੱਚ 15 ਸਾਲ ਲੱਗੇ ਸਾਡੀ ਮਾਨਸਿਕਤਾ ਚੇਂਜ ਹੋਣ ਵਾਸਤੇ, ਹਰੇਕ ਘਰੇ ਰੋਟਾਵੇਟਰ ਖੜ੍ਹਾ, ਵੱਡੇ ਜ਼ਿਮੀਂਦਾਰ ਕੋਲ 2 ਵੀ ਖੜ੍ਹੇ ਆ। ਜਿਹੜੀ ਨੈਨੋ ਯੂਰੀਆ ਦੀ ਗੱਲ ਹੈਗੀ ਆ, ਕਿਸੇ ਯੂਨੀਵਰਸਿਟੀ ਨੇ ਸਿਫਾਰਸ਼ ਨਹੀਂ ਕੀਤਾ, ਕਿਉਂਕਿ ਲੀਵ ਸਕਰੀਨਿੰਗ ਦੇ ਵਿੱਚ ਉਹਨੇ ਵਧੀਆ ਰਿਜ਼ਲਟ ਉਹਨਾਂ ਨੂੰ ਦੇਖ ਨਹੀਂ ਰਹੇ, ਪੋਲੀਟੀਕਲ ਪ੍ਰੈਸ਼ਰ ਅੰਡਰ ਵਿਕ ਰਿਹਾ ਜਾਂ ਕਿੱਦਾਂ ਵੀ ਪ੍ਰੈਸ਼ਰ ਹੈ, ਜਾਂ ਪ੍ਰੋਡਕਟ ਦੇ ਵਿੱਚ ਦਮ ਹੈਗਾ। ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈਗਾ ਵੀ ਇਹਦੇ ਵਿੱਚ ਭਾਵਾਂ 15-20 ਗ੍ਰਾਮ ਨਾਈਟ੍ਰੋਜਨ ਆ 240 ਰੁਪਈਆਂ ਦੇ ਬੁਕਤੇ ਦੇ ਵਿੱਚ, ਅਤੇ ਪਰ ਇਹ ਬੂਟੇ 'ਚ ਸਟੋਰ ਹੋ ਜਾਂਦੀ ਹੈ, ਛੇਤੀ ਚਲੀ ਜਾਂਦੀ ਹੈਗੀ ਆ। ਜਿਹੜੇ ਜਿੰਨਾ ਫਸਲਾਂ ਦਾ ਪੱਤਾ ਜ਼ਿਆਦਾ ਵੱਡਾ ਹੁੰਦਾ, ਜਿਵੇਂ ਕੇਲਾ ਹੋ ਗਿਆ, ਅਰਬੀ ਹੋ ਗਈ, ਨਰਮਾ ਹੋ ਗਿਆ, ਹੋਰ ਫਸਲਾਂ ਹੋ ਗਈਆਂ, ਉਹਨਾਂ ਦੇ ਵਿੱਚ ਇਹ ਜਮ੍ਹਾਂ ਹੋ ਜਾਂਦੀ ਹੈ, ਅਤੇ ਬੂਟੇ ਦੇ ਨਾਲ ਜਿਹੜੇ ਨਾਈਟ੍ਰੋਜਨ ਦੇ ਕੰਮ ਹੋਣੇ ਆ ਉਹ ਜਲਦੀ ਛੇਤੀ ਅਤੇ ਲੰਬਾ ਸਮਾਂ ਹੁੰਦੇ ਰਹਿੰਦੇ ਆ, ਉਹ ਇਹ ਕਹਿੰਦੇ ਆ। ਅਤੇ ਮੈਂ ਇਹ ਕਹਿੰਦਾ ਵੀ ਜੇ ਤੁਸੀਂ ਟ੍ਰਾਇਲ ਕਰਨਾ ਤਾਂ ਕਰ ਲਓ, ਜੇ ਤੁਹਾਡਾ ਕੰਮ ਯੂਰੀਆ ਦੀ ਸਪਰੇ ਨਾਲ 2 ਕਿਲੋ ਸਪਰੇ ਯੂਰੀਆ ਤੁਹਾਡੀ 12 ਰੁਪਈਆਂ ਦੀ ਹੈ, ਅਤੇ 250 ਰੁਪਈਆ ਲਾਉਣ ਦੀ ਲੋੜ ਨਹੀਂ ਹੈ। ਥੈਂਕ ਯੂ।
ठीक है जी, थैंक यू जी, थैंक यू। हाँ हाँ, थैंक यू।